ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਦਰਗਾਹ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਦਰਗਾਹ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਦਰਗਾਹ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਦਰਗਾਹ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਨ ਪਾਈਏ, ਦਰਗਾਹ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਦਰਗਾਹ ਬੈਸਨ ਪਾਈਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਏ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਇਹ ਹਜ਼ੂਰ ਬਾਬਾ ਜੀ ਦਾ ਘਰ ਗੋਲਿਆਂ ਦਾ ਹੈ, ਗੁਰੂ ਨਾਨਕ ਦੀ ਗੱਦੀ 'ਤੇ ਜੋ ਵੀ ਕੋਈ ਵੀ ਪਾਪੀ ਹੈ, ਗਰੀਬ ਹੈ, ਕੈਸਾ ਵੀ ਹੈ, ਜਿਹੜਾ ਗੋਲਾ ਬਣ ਕੇ ਨਿਸ਼ਕਾਮਤਾ ਨਾਲ ਸੇਵਾ ਕਰਦਾ ਹੈ, ਇਸ ਘਰ ਦੀ ਸੇਵਾ ਜਿਹੜੀ ਹੈ, ਗੁਰੂ ਪੰਚਮ ਪਾਤਸ਼ਾਹ ਚੌਥੇ ਪਾਤਸ਼ਾਹ ਤੋਂ ਬਚਨ ਕੀਤਾ, ਜੋ ਵੀ ਇਸ ਘਰ ਦੀ ਸੇਵਾ, ਬਾਬਾ ਆਨੰਦ ਸਿੰਘ ਕਲੀਰਾਂ ਵਾਲੇ ਬਚਨ ਕਰਦੇ ਸੀ, ਗੋਲਾ ਬਣਨ ਵਾਸਤੇ ਮੋਹ ਦੀਆਂ ਤੰਦੀਆਂ ਤੈਨੂੰ ਛੱਡਣੀਆਂ ਪੈਣੀਆਂ, ਘਰ ਦੀਆਂ ਪਿਆਰ ਜ਼ਰੂਰ ਕਰ ਘਰਦਿਆਂ ਦੇ ਨਾਲ, ਪਰ ਮੋਹ ਦੇ ਜਾਲ 'ਚ ਨਾ ਪੈ। ਅਤੇ ਦੂਸਰਾ, ਅੱਖਾਂ 'ਤੇ ਪੱਟੀ ਬੰਨ ਲਾ ਗੋਲਾ ਬਣਨ ਵਾਸਤੇ, ਕੰਨਾਂ 'ਚ ਰੂੰ ਦੇ ਲਾ, ਅਤੇ ਰਸਨਾ ਨਾ ਵਾਹਿਗੁਰੂ ਜਪੀ ਜਾ, ਅਤੇ ਹੱਥ 'ਚ ਫੜ ਲਾ ਝਾੜੂ ਗੁਰੂ ਨਾਨਕ ਦੇ ਘਰ ਦਾ। ਬਾਬਾ ਜੀ ਕਹਿੰਦੇ ਸਨ ਝਾੜੂ ਮਾਰੀ ਜਾ, ਮਾਰੀ ਜਾ ਝਾੜੂ, ਮਾਰੀ ਜਾ, ਮਾਰੀ ਇਉਂ ਹੀ ਮਾਰੀ ਜਾ ਝਾੜੂ, ਜੇ ਕਿਸੇ ਨੇ ਝਾੜੂ ਮਾਰਤਾ ਉਹਦੇ ਤੋਂ ਫੇਰ ਮਾਰੀ ਜਾ, ਦਿਨ ਰਾਤ ਹੀ ਝਾੜੂ ਮਾਰੀ ਜਾ। ਬਾਬਾ ਜੀ ਕਹਿੰਦੇ ਇੱਕ ਦਿਨ ਸਮਾਂ ਆਵੇਗਾ, ਤੂੰ ਇਸੇ ਗੁਰੂ ਨਾਨਕ ਦੇ ਘਰ ਦਾ ਹੀ ਮਾਲਕ ਬਣ ਜਾਵੇਂ, ਇਸੇ ਘਰ ਦਾ ਹੀ ਤੂੰ ਮਾਲਕ ਬਣ ਜਾਵੇਂਗਾ, ਪਰ ਸੇਵਾ ਕਰਨੀ ਔਖੀ ਹੈ। ਆ ਹੁਣ ਮੀਂਹ ਪੈਂਦਾ, ਮੀਂਹ ਦੇ ਵਿੱਚ ਵੀ ਸੇਵਾ ਕੀਤੀ ਜਿਨ੍ਹਾਂ ਨੇ ਕਰਨੀ ਹੈ,
ਗਰਮੀ ਦੇ ਵਿੱਚ ਵੀ, ਠੰਡ ਦੇ ਵਿੱਚ ਵੀ। ਇਸ ਕਰਕੇ ਜਿਨ੍ਹਾਂ ਨੇ ਵੀ ਸੇਵਾ ਕੀਤੀ ਅੱਜ ਤੀਕਰ, ਉਹ ਗੋਲੇ ਬਣ ਗਏ ਅਤੇ ਗੋਲੇ ਬਣ ਕੇ ਅਤੇ ਸਾਧ ਸੰਗਤਾਂ ਉਹ ਮਾਲਕ ਬਣ ਗਏ ਇਸ ਘਰ ਦੇ। ਜਿਵੇਂ ਗਿਆਨੀ ਜੀ ਨੇ ਸੇਵਾ ਬਹੁਤ ਕੀਤੀ ਅਤੇ ਸਾਰਾ ਪਰਿਵਾਰ ਨਾਸ ਵੀ ਵਿੱਚ ਹੀ ਹੈ, ਉਹਨਾਂ ਦੀ ਸੇਵਾ ਨੇ ਰੀਣੀ ਕਰਤਾ, ਰੀਣੀ ਉਹਨਾਂ ਦੇ ਅਧੀਨ ਹੋ ਗਏ ਉਹਨਾਂ ਦੀ ਸੇਵਾ ਦੇ ਕਾਰਨ। ਪਰ ਸੇਵਾ ਵੀ ਗੁਰੂ ਨਾਨਕ ਦੇ ਘਰ ਦੀ ਹੋਵੇ। ਸੋ ਵੱਡੇ ਭਾਗਾਂ ਦੇ ਨਾਲ ਸਮਾਂ ਬਣਿਆ, ਹੁਣ ਟੇਕ ਕੇ ਬਹਿ ਜਾਓ, ਇਮਤਿਹਾਨ ਹੀ ਆਪਣਾ ਸਾਰਿਆਂ ਦਾ, ਅਤੇ ਧਾਰਨਾ ਲਾ ਲਈਏ। ਇੰਦਰ ਦੇਵਤਾ ਵੀ ਖੁਸ਼ ਹੈ, ਕਿਉਂ ਗੁਰਮੁਖੋ ਜੀਵਨ ਦੀ ਆਵਾਜ਼ ਜਿਤਨੀ ਬੜੀ ਔਖੀ ਹੈ, ਅੰਤ ਤਾਂ ਹੀ, ਅੰਤ ਦੇ ਸਮੇਂ ਤਾਂ ਹੀ ਜੀਵਨ ਦੀ ਬਾਜੀ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਬੰਦੇ ਦੇ। ਕਈ ਮੌਕੇ ਇਹੋ ਜਿਹਾ ਰੋਗ ਲੱਗ ਜਾਂਦਾ, ਪੀਰਾਂ ਦੇ ਜਾਣ ਲੱਗ ਜਾਂਦਾ, ਕਈ ਮੌਕੇ ਗੁਰੂ ਨੂੰ ਛੱਡ ਕੇ ਸ਼ਰਾਬਾਂ ਪੀਣ ਲੱਗ ਜਾਂਦੇ। ਪਰ ਗਿਆਨੀ ਜੀ ਤੁਹਾਡੇ ਪਿੰਡ ਦੇ ਇੱਕ ਵਧਾਈ ਦੇ ਪਾਤਰ, ਤੁਹਾਡਾ ਪਿੰਡ ਉਹ ਇਕੱਲੇ ਜੀਵਨ ਦੀ ਬਾਜੀ ਨੂੰ ਜਿੱਤ ਗਏ ਅਤੇ ਤੁਹਾਡੇ ਪਿੰਡ ਵਾਸਤੇ, ਇਲਾਕੇ ਵਾਸਤੇ ਪੂਰਨਾ ਪਾ ਗਏ ਵੀ ਜੀਵਨ ਦੀ ਬਾਜੀ ਐਂ ਜਿੱਤੀ ਜਾਂਦੀ ਹੈ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ, ਅਤੇ 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਪਹਿਲੀ ਵਾਰ। 12 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਜੀ ਨੇ ਸ੍ਰੀ ਅੰਮ੍ਰਿਤਸਰ ਧਰਤੀ 'ਤੇ ਗੁਰੂ ਨਾਨਕ ਦੇ ਦਰਸ਼ਨ ਕੀਤੇ। ਬਸ ਫਿਰ ਜੁੜ ਗਏ, ਸੇਵਾ ਕਰਦੇ ਰਹੇ ਅਤੇ 126 ਸਾਲ ਉਮਰ ਹੋਈ ਬਾਬਾ ਬੁੱਢਾ ਜੀ ਦੀ, 126 ਸਾਲ, ਅਤੇ 113 ਸਾਲ ਸੇਵਾ ਕੀਤੀ ਗੁਰੂ ਨਾਨਕ ਦੇ ਘਰ ਦੀ, ਇੱਕ ਸਰੀਰ ਦੇ ਨਾਲ ਹੀ। ਅਤੇ 5 ਪਾਤਸ਼ਾਹੀਆਂ ਨੂੰ ਗੁਰਗੱਦੀ ਦਾ ਤਿਲਕ ਦਿੱਤਾ, ਡਿਊਟੀ ਉਹਨਾਂ ਦੀ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਪਹਿਲੇ ਸਤਿਗੁਰਾਂ ਦੇ ਤਾਬਿਆਂ ਬੈਠਣ ਵਾਲੇ ਸਭ ਤੋਂ ਪਹਿਲਾਂ ਗ੍ਰੰਥੀ ਉਹੀ ਬਣੇ, ਬਾਬਾ ਬੁੱਢਾ ਜੀ। ਕਿੰਨੇ ਮੁਤਾਬਰੇ ਪਾ ਗਏ, 113 ਸਾਲ, ਅਤੇ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, 8। ਬਾਬਾ ਟਲ ਰਾਏ ਨੂੰ ਵੀ ਖੜਾਉਂਦੇ ਰਹੇ ਚੱਕ ਕੇ, ਸੂਰਜਮੱਲ ਨੂੰ ਵੀ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਮੌਰਾ 'ਤੇ ਚੱਕ ਕੇ ਅਤੇ ਲਈ ਫਿਰਦੇ ਰਹੇ। ਬਾਹਲੀ ਵੱਡੀ ਕਮਾਈ ਹੈ। ਪਰ 6ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਜਿਹੜੇ ਸੀ 5 ਹੀ, ਬਾਬਾ ਗੁਰਦਿੱਤਾ ਜੀ ਦੀ ਵੀ ਸੇਵਾ ਕਰਦੇ ਰਹੇ। ਬਾਹਲੀ ਵੱਡੀ ਕਮਾਈ। ਅਰਦਾਸ ਕਰੋ ਆਪਾਂ ਵੀ ਕੋਈ ਐਸਾ ਘਰ ਮਿਲ ਜਾਵੇ ਅਤੇ ਆਪਣਾ ਵੀ 8 ਪਾਤਸ਼ਾਹੀਆਂ ਦੇ ਇੱਕੇ ਸਰੀਰ ਨਾਲ, ਇੱਕੀ ਅੱਖਾਂ ਨਾਲ ਦਰਸ਼ਨ ਕੀਤੇ, ਕਿੱਡੀ ਮਿਹਰ ਹੈ। ਇਵੇਂ ਆਪਣੇ ਗਿਆਨੀ ਜੀ, ਸਾਡੇ ਬਾਬਾ ਜੀ ਦੀ ਸੇਵਾ ਕੀਤੀ ਉਹਨਾਂ ਨੇ। ਦੇਖੋ
ਫਿਰ ਧੰਨ ਮਾਤਾ ਜੀ, ਮਾਤਾ ਜੀ ਦਾ ਇੰਨਾ ਪਿਆਰ ਸੀ ਹੱਦ ਤੋਂ ਬਾਅਦ। ਕਈ ਮੌਕੇ ਠੰਡ ਆਉਣੀ ਤੇ ਬੇਬੇ ਮਾਤਾ ਜੀ ਨੇ ਕਹਿਣਾ ਕੋਈ ਨੀ ਤੂੰ ਮੰਜੇ ਤੇ ਬਹਿ ਜਾ, ਉਹਨੇ ਕਹਿਣਾ ਮਾਤਾ ਜੀ ਤੁਸੀਂ ਰੱਬ ਦੇ ਮਾਤਾ, ਅਸੀਂ ਗਰੀਬ ਲੋਕ ਹੁੰਦੇ ਆ, ਐਂ ਕਰਨਾ ਅਸੀਂ ਗਰੀਬ ਲੋਕ ਹੁੰਦੇ ਆ, ਅਸੀਂ ਤੁਹਾਡੇ ਚਰਨਾਂ 'ਚ ਬੈਠੇ ਚੰਗੇ ਲੱਗਦੇ ਆ, ਨਿਮਰਤਾ ਨੂੰ ਫਲ ਲੱਗਦਾ ਵੇਖੋ, ਤੇ ਅਸੀਂ ਤੋਂ ਲੱਗ ਕੇ ਸਾਰੇ ਪਰਿਵਾਰ ਦੀ ਸੇਵਾ ਕੀਤੀ। ਇਹ ਗਿਆ ਗੁਰਬਾਸ਼ ਦੇ ਜਨਮ ਤੋਂ ਉਹਨਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਘਰ ਵਿੱਚ ਬਾਲ ਚਾਹੀਦਾ, ਅਤੇ ਸ਼ਕਤੀ ਬਖਸ਼ੀ ਪਹਿਲਾਂ ਬਖਸ਼ਿਸ਼ ਹੋ ਗਈ ਸੀ। ਮੈਂ ਕਿਹਾ ਵੀ ਬਾਬਾ ਜੀ ਦੀ ਮਿਹਰ ਜਿਵੇਂ ਉਹਨਾਂ ਦਾ ਹੁਕਮ ਹੈ ਨਿਰੰਕਾਰ ਦਾ ਉਵੇਂ ਹੋਣਾ, ਉਹਦੀ ਮਿਹਰ ਦੇ ਨਾਲ ਹੀ ਜਿਹੜੇ ਰਾਮ ਸਿੰਘ ਕੂਕੇ ਪਹਿਲੇ ਹੋਏ ਮਹਾਂਪੁਰਸ਼, ਅਤੇ ਉਹਨਾਂ ਦੇ ਵੀ ਬੱਚਾ ਨਹੀਂ ਸੀ ਮੁੰਡਾ, ਲੜਕੀ ਸੀ ਇੱਕ, ਅਤੇ ਜਿਹੜੇ ਸੰਤ ਮੱਘਰ ਸੀ ਉਹਨਾਂ ਨੇ ਦੋ ਵੀ ਵਿਆਹ ਕਰਾਏ, ਉਹਨਾਂ ਦਾ ਬੱਚਾ ਹੈ ਨਹੀਂ ਸੀ। ਰਣੀਏ ਵਾਲੇ ਸਰਦਾਰਾ ਸਿੰਘ, ਲੋਪੋ ਵਾਲੇ ਸੰਤ ਦਰਬਾਰੀ ਦਾਸ, ਬਹੁਤ ਸੰਤਾਂ ਨੇ ਕਿ ਸੰਤ ਵੰਡ ਦਿੰਦੇ ਸੀ, ਕਿਉਂ ਆਪਦਾ ਵੀ ਵੰਡਦੇ ਸਾਧੂ ਇਵੇਂ। ਅਤੇ ਵੇਖੋ ਬਾਬਾ ਜਗਜੀਤ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਦੀ ਗੱਦੀ 'ਤੇ ਉਹਨਾਂ ਦੇ ਵੀ ਮੁੰਡਾ ਹੈਲੇ ਸੀ, ਅਤੇ ਗਿਆਨੀ ਜੀ ਨੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ, ਅਸੀਂ ਇਹ ਵੀ ਸੰਤਾਂ ਅੰਮ੍ਰਿਤ ਛਕਾਉਣ ਦੀ ਡਿਊਟੀ ਲਾਤੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓ ਅਤੇ ਨਾਮ ਜਪਾਓ, ਅਤੇ ਤੁਸੀਂ ਬੇਨਤੀ ਕਰੋ। ਗਿਆਨੀ ਜੀ ਮਾਤਾ ਜੀ ਨੂੰ ਲੈ ਕੇ ਪੰਜ ਗੁਰਸਿੱਖ ਨਾਲ ਲੈ ਕੇ ਮੂਹਰੇ ਲੱਗ ਕੇ ਸਾਡੇ ਕਹਿਣ ਨਾਨਕ ਸਰ ਗਏ, ਫਿਰ ਇੱਥੇ ਅਰਦਾਸਾਂ ਕਰਨ ਲੱਗੇ। ਗਿਆਨੀ ਜੀ ਕਹਿੰਦੇ ਪਾਤਸ਼ਾਹ ਕੋਈ ਆਪਦੇ ਘਰ ਦਾ ਸੇਵਾਦਾਰ ਭੇਜਿਓ, ਇਉਂ ਬਚੋ ਆਪ ਹੀ ਆਇਓ, ਇਉਂ ਬੇਨਤੀਆਂ ਕਰਦੇ, ਇੱਕ ਸਾਲ ਬੇਨਤੀਆਂ ਕਰਦੇ ਗਿਆਨੀ ਜੀ ਮੁੱਢ। ਅਤੇ ਫਿਰ ਗੁਰਬਾਸ਼ ਜੀ ਦਾ ਜਨਮ ਹੋਇਆ, ਉਹਨਾਂ ਦੀਆਂ ਅਰਦਾਸਾਂ ਜਾਣੀ ਭਗਤਾਂ ਦੀਆਂ, ਅਤੇ ਫਿਰ ਬਸ ਜਨਮ ਤੋਂ ਹੀ ਫਿਰ ਚੱਕਣਾ ਜਾਂ ਹੋਰ ਕਈ ਕਹੋਗੇ ਗੱਡੀ ਦੇ ਵਿੱਚ ਆਏ, ਅਸੀਂ ਕਹਿੰਦੇ ਗਿਆਨੀ ਜੀ ਤੂੰ ਵਿਗਾੜ ਦੇਗਾ, ਅਤੇ ਹਜੇ ਗੇਟ ਨਿਕਲੇ ਨਹੀਂ ਸ਼ੇਰਾਂ ਵਾਲਾ ਅਤੇ ਉਦੋਂ ਹੀ ਸੌਂ ਜਾਂਦਾ। ਨਹੀਂ ਨਹੀਂ ਪਾਤਸ਼ਾਹ ਇਹ ਧੁਰੋਂ ਸਮਾਧੀ ਲੱਗੀ ਹੋਈ ਸੀ ਇਹਨਾਂ ਦੀ, ਇਉਂ ਨਹੀਂ ਨਹੀਂ ਪਾਤਸ਼ਾਹ ਇਹਨਾਂ ਦੀ ਸਮਾਧੀ ਲੱਗੀ ਹੋਈ ਸੀ, ਇਹ ਸਮਾਧੀ ਜਿਹਾ ਇਹੋ ਜਿਹੇ ਵਚਨ ਕਦੇ ਨਹੀਂ ਸਮਝਿਆ ਵੀ ਬੱਚਾ ਜਾਣੀ ਐਂ ਕਮਾਈ ਪਿਛਲੇ ਯੁੱਗਾਂ ਦੀ। ਹੋਰ ਵੀ ਕਈ ਵਚਨ ਗੁਰੂ ਦੀ ਮਿਹਰ ਦਾ ਸਦਕਾ, ਸਿਰਵਰਾ ਥੋੜ੍ਹੀ ਪੈਲੀ ਦਾ ਸੀਗਾ, ਤੂੰ ਦਲਾਲ ਕਹਿਣ ਲੱਗਾ ਵੀ ਵੀ 1.5 ਲੱਖ ਦਲਾਲਗੀ ਦਾ ਬਣਦਾ, ਅਤੇ ਤੂੰ ਬਾਬਾ ਜੀ ਦੇ ਨਾਲ ਸੌਦਾ ਕਰਾ ਦੇ ਅਤੇ 70,000 ਰੁਪਈਆ ਵੀ ਤੈਨੂੰ ਦੇ ਦੂੰ। ਗਿਆਨੀ ਜੀ ਹੱਸ ਪਏ, ਉਹ ਕਹਿੰਦੇ ਨਹੀਂ ਕੋਈ ਨਹੀਂ, ਅਤੇ ਕਹਿੰਦੇ ਆਪਾਂ ਪਤਾ ਨਹੀਂ ਲੱਗਣ ਦਿੰਦੇ ਕਿਸੇ ਨੂੰ। ਗਿਆਨੀ ਜੀ ਕਹਿੰਦੇ ਮੈਨੂੰ ਤਾਂ ਲੱਗਦਾ ਵੀ ਮੇਰੇ ਜਾਣਦਿਆਂ ਨੂੰ ਪਹਿਲਾਂ ਹੀ ਪਤਾ ਹੋਊਗਾ, ਮੇਰਾ ਮਾਲਕ ਸਮਰੱਥ ਹੈ, ਇਉਂ ਆਖਿਆ। ਅਤੇ ਉਹ ਕਹਿਣ ਲੱਗੇ ਜੀ ਕਿਹਨੂੰ ਦੇਣੇ ਆ, ਕਹਿੰਦੇ ਤੁਹਾਨੂੰ।
ਗਿਆਨੀ ਜੀ ਕਹਿੰਦੇ ਵੀ ਪੈੜੀ ਤਾਂ ਮੇਰੇ ਨਾਲ ਹੀ ਹੋਣੀ ਆ ਤੇ ਮੈਂ ਹੀ ਖਰੀਦਦਾ ਤੇ ਮੈਨੂੰ ਕਹਦਾ ਵੀ ਦਲਾਲਗੀ ਦੇਣੀ ਹੈ। ਉਹ ਕਹਿੰਦਾ ਨਾਲੇ ਕਹਿੰਦਾ ਬਾਬਿਆਂ ਨੇ ਲੈਣੀ ਹੈ। ਕਹਿੰਦਾ ਮੈਂ ਵੀ ਬਾਬਿਆਂ ਦਾ ਮੈਂ ਅਰਦਾਸ ਕਰਦਾ। ਸਰਦਾਰ ਮੁਖਤਿਆਰ ਸਿੰਘ ਨਾਲ ਹੀ ਲੁਧਿਆਣੇ ਵਾਲੇ ਉਹ ਦਲਾਲ ਨਾਲ ਗੱਲ ਕਰਦਾ ਅੱਗਿਆਂ ਦੀ। ਕਹਿੰਦਾ ਮੈਂ ਅਰਦਾਸ ਕਰਦਾ ਵੀ ਮੈਂ ਜਦੋਂ ਮਰਾਂ ਤੇ ਬਾਬਿਆਂ ਦੇ ਘਰੇ ਜਨਮ ਲਵਾਂ ਤੇ ਜਿੰਨੀ ਪੈੜੀ ਦੀ ਰਜਿਸਟਰੀ ਕਰਾਈ ਜਾਂਦਾ ਕਹਿੰਦਾ ਮੇਰੇ ਨਾਲ ਮੁੜ ਕੇ ਵਿਰਾਸਤ ਚੜ ਜਾਣੀ। ਆਪਣੇ ਮੁਖਤਿਆਰ ਸਿੰਘ ਕਹਿੰਦੇ ਤਾਂ ਹੀ ਭੱਜਿਆ ਵਰਨਾ ਤੇਰੀ ਸੋਚ ਬਾਹਲੀ ਡੋਬੀ ਆ। ਕਹਿੰਦਾ ਬਾਬਾ ਜੀ ਕਹਿੰਦੇ ਹੁੰਦੇ ਜਿਹੜਾ ਗੋਲਾ ਬਣ ਜਾਂਦਾ ਉਹੀ ਮਾਲਕ ਬਣਦਾ। ਵੇਖੋ ਕਿੰਨੀ ਸੋਚ। ਉਹ ਕਹਿੰਦਾ ਮੈਂ ਤਾਂ ਵੀ ਦਲਾਲਗੀ ਕਾਹਦੀ ਪੈੜੀ ਤਾਂ ਕਹਿੰਦਾ ਮੈਂ ਹੀ ਲੈ ਰਿਹਾ ਮੈਂ ਦੂਜੇ ਦਿਨ 'ਚ ਆ ਰਿਹਾ ਇਸੇ ਘਰੇ। ਜਾਣੀ ਸੋਚ ਅਰਦਾਸ ਮੇਰੀ ਅਰਦਾਸ। ਮੈਂ ਕਿਹਾ ਜਿਵੇਂ ਬਾਬਾ ਜੀ ਕਰਦੇ ਉਵੇਂ ਹੋਣਾ। ਕਹਿਣ ਲੱਗੇ ਜਾਂ ਫਿਰ ਮੈਨੂੰ ਸ਼ਹੀਦ ਬਣਾ ਦਿਓ ਸ਼ਹੀਦ। ਮੈਂ ਫਿਰ ਕਹਿੰਦਾ ਜਦੋਂ ਗੁਰਬਖਸ਼ ਸੰਗਤ ਵਧਾਊ ਕਹਿੰਦਾ ਮੈਂ ਸ਼ੇਰਾਂ ਵਾਲੇ ਗੇੜ 'ਚ ਖੜ ਜਾ ਕਰੂੰ। ਜਿਹੜਾ ਪ੍ਰੇਤ ਆਊ ਕਹਿੰਦਾ ਢੁੱਡ ਮਾਰ ਕੇ ਸਿੱਟ ਲਿਆ ਕਰੂੰ। ਜਾਣੀ ਸੋਚ ਦੀ ਗੱਲ ਕਰਦਾ। ਕੈਸੀ ਸੋਚ ਆ ਰੱਬ ਦੇ ਪਿਆਰੇ ਦੀ। ਇਹੀ ਸੋਚ ਰੱਖੀ ਸਾਰੀ ਜ਼ਿੰਦਗੀ। ਅਤੇ ਫਿਰ ਰੱਬ ਨੇ ਸੋਚਿਆ। ਦਾਸ ਦਾ ਕੋਈ ਸੋਚਣ ਵਾਲਾ ਨਹੀਂ ਪਰ ਉਹਦੀ ਕਿਰਪਾ ਦਾ ਸਦਕਾ ਹੀ ਹੈ। ਸਾਰੀਆਂ ਜ਼ਿੰਮੇਵਾਰੀਆਂ ਬੇਅੰਤ ਸਾਖੀਆਂ ਗਿਆਨੀ ਜੀ ਦੇ ਪ੍ਰੇਮ ਦੀਆਂ ਇੱਕੋ ਹੀ ਸ਼ਬਦ ਰੱਖਿਆ ਜੀ ਪਾਤਸ਼ਾਹ। ਤੁਹਾਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੇਖੋ ਛੇਵੇਂ ਪਾਤਸ਼ਾਹ ਦੀ ਸੇਵਾ ਵਿੱਚ ਲੱਗੇ ਅਤੇ ਛੇਵੇਂ ਪਾਤਸ਼ਾਹ ਜਦੋਂ ਚੰਦਨ ਚੌਂਕੀ 'ਤੇ ਬੈਠੇ ਅਤੇ ਤਿਲਕ ਗੱਦੀ ਦਾ ਲਾਇਆ ਅਤੇ ਬਾਬਾ ਬੁੱਢਾ ਜੀ ਨੇ ਤਿਲਕ ਲਾ ਕੇ ਅਤੇ ਕਿਰਪਾਨ ਪਾਈ ਉਹ ਟਾਈਮ 'ਤੇ ਉਦੋਂ 100 ਤਕਰੀਬਨ 10 ਸਾਲ ਉਮਰ ਸੀ ਬਾਬਾ ਬੁੱਢਾ ਜੀ ਤਕਰੀਬਨ ਅਤੇ 101 ਸਾਲ ਦੀ ਉਮਰ ਵਿੱਚ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ। ਇੰਨੀ ਉਮਰ ਵਿੱਚ ਵੇਖੋ ਅਤੇ ਬਾਬਾ ਬੁੱਢਾ ਜੀ ਨੇ ਜਦੋਂ ਚੌਂਕੀ ਦੇ ਭਗਤ ਤਿਲਕ ਲਾ ਕੇ ਛੇਵੇਂ ਪਾਤਸ਼ਾਹ ਦੇ ਅਤੇ ਕਿਰਪਾਨ ਪਾਈ ਨਾ ਕਿਰਪਾਨ ਇੱਧਰ ਆਪਾਂ ਖੱਬੇ ਪਾਸੇ ਪਾਉਂਦੇ ਹਾਂ ਸੱਜੇ ਮੋਢੇ 'ਤੇ ਪਰ ਬਾਬਾ ਬੁੱਢਾ ਜੀ ਨੇ ਕਿਸੇ ਨੂੰ ਨਹੀਂ ਪਤਾ ਕਿੰਨੀ ਸੰਗਤ ਹੋਊਗੀ ਦਰਬਾਰ ਕਿਸੇ ਨੂੰ ਗੱਲ ਦਾ ਪਤਾ ਹੀ ਨਹੀਂ। ਜਦੋਂ ਕਿਰਪਾਨ ਪਾਤੀ ਨਾ ਇੱਧਰਲੇ ਪਾਸੇ ਸੱਜੇ ਸੰਗਤ ਕਹਿਣਗੇ ਬਾਬਾ ਜੀ ਕਿਰਪਾਨ ਤੁਸੀਂ ਪੁੱਠੀ ਪਾਤੀ ਹੈ ਪੁੱਠੀ ਪਾਤੀ ਹੈ। ਜੀਵ ਕਿਆ ਕਰ ਸਕਦਾ ਮੈਂ ਤੇਰੀ ਸਾਰ ਨੂੰ ਕਿਹਾ ਜਾਣਿਆ ਤੇਰੇ ਗੁਣਾਂ ਦਾ ਤਾਂ ਹੀ ਤਾਂ ਅੰਤ ਨਹੀਂ ਆਉਂਦਾ। ਬਾਬਾ ਜੀ ਲਾਓ ਦੂਜੇ ਪਾਸੇ ਪਾਓ। ਬਾਬਾ ਜੀ ਕਹਿੰਦੇ ਨਹੀਂ ਜਿਹੜੀ ਪਾਤੀ ਹੈ ਨਹੀਂ ਲੈਂਦੀ ਐਂ ਕਰੋ ਮੇਰੇ ਕੋਠੇ ਵਿੱਚ ਸਿਰਹਾਣੇ ਇੱਕ ਕਿਰਪਾਨ ਹੋਰ ਪਈ ਹੈ ਪਹਿਲਾਂ ਬਣਾ ਕੇ ਰੱਖੀ ਹੋਈ ਸੀ ਜਾਓ ਲੈ ਕੇ ਆਓ ਮੰਗਾ ਲਈ। ਕਹਿੰਦੇ ਹੁਣ ਕਹਿੰਦੇ ਇਹ ਲਊਗੀ ਨਹੀਂ ਹੋਰ ਪਊ ਦੂਜੀ ਫਿਰ ਖੱਬੇ ਪਾਸੇ ਪਾਤੀ। ਹਰੇਕ ਪਾਤਸ਼ਾਹੀ ਦੇ ਗੁਰਗੱਦੀ ਦੇਣ ਮੌਕੇ ਇੱਕ ਖੱਬੇ ਪਾਸੇ ਕਿਰਪਾਨ ਪਾਈ ਜਿਹਦੀ ਗਾਤਰੇ ਵਾਲੀ
ਸਾਰੀਆਂ ਪਾਤਸ਼ਾਹੀ ਗੱਦੀ ਦਿੱਤੀ ਜਾਂਦੀ ਸੀ। ਪਰ ਇਕੱਲੇ ਬ੍ਰਹਮ ਗਿਆਨੀ ਨੇ ਪਹਿਲੀ ਵੇਰ, ਅੱਜ ਤਕਰਾਰ ਡਵਾੜ ਚ ਗੱਲ ਨਹੀਂ ਬਣੀ ਵੀ ਕਿਸੇ ਨੇ ਸੱਜੇ ਪਾਸੇ ਕਿਰਪਾਨ ਪਾਈ ਹੋਵੇ ਧਰਨੀ। ਵੇਖੋ ਬਾਬਾ ਬੁੱਢਾ ਜੀ ਪਾ ਕੇ ਤੇ ਖੱਬੇ ਪਾਸੇ ਦੋ ਕਿਰਪਾਨਾਂ ਪਾ ਕੇ ਉਂਗਲ ਰੱਖ ਕੇ, ਸੋਹਣੀ ਉਂਗਲ ਸੇਵਾ ਵਾਲੀ ਕਿਰਪਾਨ ਦੇ ਗਾਤਰ ਦੇ ਉਂਗਲ ਰੱਖ ਕੇ ਕਹਿੰਦੇ ਆ ਮੀਰੀ ਦੀ ਆ ਪੀਰੀ ਦੀ। ਜਿਹੜਾ ਵਚਨ ਮੀਰੀ ਪੀਰੀ ਦਾ ਨਿਕਲਿਆ ਨਾ, ਇਹ ਬਾਬਾ ਬੁੱਢਾ ਜੀ ਦੀ ਰਸਨਾ ਦਾ ਵਚਨ। ਇਕੱਲੇ ਪੀਰ ਆਏ, ਮੁਸਲਮਾਨ ਪੀਰ ਆਏ, ਮੁਹੰਮਦ ਪੀਰ ਆਏ, ਪਰ ਮੀਰ ਨਹੀਂ ਕੋਈ ਆਇਆ। ਵੇਖੋ ਬਚਨ ਕਰਦਾ ਆ ਕਿਰਪਾਨ ਮੀਰੀ ਦੀ ਆ ਪੀਰੀ ਦੀ। ਵੇਖੋ ਦੋ ਕਿਰਪਾਨਾਂ ਪਾਤੀਆਂ, ਸਾਰੇ ਹੈਰਾਨ ਹੋ ਗਏ। ਪਹਿਲਾਂ ਕਹਿੰਦੇ ਬਾਬਾ ਜੀ ਕਿਰਪਾਨ ਪੁੱਠੀ ਪਾਤਾ। ਵੇਖੋ ਤੇ ਸਾਧ ਸੰਗਤ ਸਾਰੇ ਕਹਿੰਦੇ ਵੀ ਬੜੇ ਪਾ। ਵੇਖੋ ਬਾਬਾ ਜੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਰਪਾਨ ਪੁੱਠੀ ਪਾ ਬੈਠੇ। ਬਾਬਾ ਜੀ ਕਹਿੰਦੇ ਨਹੀਂ ਲੈਂਦੀ। ਕਿੱਡੀ ਬ੍ਰਹਮ ਗਿਆਨੀ ਦੀ ਗੱਲ ਹੈ ਸਾਸ। ਬ੍ਰਹਮ ਗਿਆਨੀ ਦਾ ਕਿਹਾ ਵਾ ਨਿਰੰਕਾਰ ਕੋਲੇ ਚੱਲਦਾ, ਦੁਨੀਆ ਦਾ ਦੁਨੀਆ ਵਿੱਚ ਹੀ ਚੱਲਦਾ। ਦੇਖੋ ਚਲੋ ਸਮਾਂ ਪਿਆ, ਬੇਅੰਤੀ ਬਾਬਾ ਜੀ ਦੀਆਂ ਸਾਖੀਆਂ ਬਾਬਾ ਬੁੱਢਾ ਜੀ ਦੀਆਂ, ਤੇ ਉਸ ਤਰ੍ਹਾਂ ਸਾਧ ਸੰਗਤ ਜਦੋਂ ਸਮਾਂ ਆਇਆ ਨਾ, ਛੇਵੇਂ ਪਾਤਸ਼ਾਹ ਕਹਿਣਗੇ ਬਾਬਾ ਜੀ ਸਮਾਂ ਆ ਗਿਆ ਤੁਹਾਡਾ ਦਰਗਾਹ ਦਾ, ਅਤੇ ਸਰੀਰ ਨਿਰਮਲ ਹੋ ਗਿਆ ਅਤੇ ਤੁਸੀਂ ਟਿਕਦੇ ਨਹੀਂ, ਅਤੇ ਤੁਸੀਂ ਥੋੜ੍ਹਾ ਚਿਰ ਸਰੀਰ ਨੂੰ ਆਰਾਮ ਦਿਓ, ਹੁਣ ਸੇਵਾ ਪੂਰੀ ਹੋ ਗਈ ਹੈ ਅਤੇ ਘਰੇ ਤੁਹਾਨੂੰ ਛੱਡ ਆਉਂਦੇ ਆ, ਘਰੇ ਜਾਓ। ਬਾਬਾ ਬੁੱਢਾ ਜੀ ਕਹਿੰਦੇ ਘਰੇ ਕੀ ਕਰੂੰ, ਘਰੇ ਐਵੇਂ ਸੁਰਤੀ ਆਸੇ ਪਾਸੇ ਜਾਊ, ਹੁਣ ਮੈਂ ਆਪ ਜੀ ਦੇ ਦਰਸ਼ਨ ਕਰਦਾ। ਦੇਖੋ ਤੇ ਦਰਸ਼ਨਾਂ ਬਗੈਰ ਵਚ ਨਹੀਂ ਸਕਦਾ। ਨਾਲੇ ਮਾਤਾ ਗੰਗਾ ਜੀ ਨੂੰ ਵਰ ਦਿੱਤਾ ਸੀ ਛੇਵੇਂ ਪਾਤਸ਼ਾਹ ਦਾ, ਨਾਲੇ ਚੱਕਿਆ ਪਾਲਿਆ ਖੜਾਇਆ ਵਿੱਦਿਆ ਘੋੜ ਸਵਾਰ ਸਾਰਾ ਕੁਛ ਕਰਕੇ ਕਿੱਡੀ ਨਿਮਰਤਾ। ਕਹਿੰਦੇ ਮੈਂ ਤੇਰੇ ਦਰਸ਼ਨਾਂ ਬਗੈਰ ਵਚ ਨਹੀਂ ਸਕਦਾ, ਸਭ ਕੁਛ ਕਰਕੇ ਏਡਾ ਦਿਮਾਗ। ਦੇਖੋ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਾਬਾ ਲੈਣਾ ਜੀ ਨੂੰ ਗੱਦੀ ਦਿੱਤੀ ਨਾ, ਤੇ ਉਸ ਟਾਈਮ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਸਾਡਾ ਰੂਪ ਹੈ, ਜਿਹਨੇ ਸਾਡੇ ਦਰਸ਼ਨ ਕਰਨੇ ਜਦੋਂ ਲੈਣੇ ਦੇ ਦਰਸ਼ਨ ਕਰੂਗਾ ਸਾਡੇ ਦਰਸ਼ਨਾਂ ਦਾ ਫਲ ਮਿਲੂ। ਬਚਨ ਕਰ ਤੇ ਗੁਰੂ ਨਾਨਕ ਸਾਹਿਬ ਨੇ ਪੰਜ ਪੈਸੇ ਨਾਰੀ ਵਾਲ ਮੱਥਾ ਡਿੱਗਤੇ ਤੇ ਸਾਰਿਆਂ ਨੂੰ ਆਖਿਆ ਟੇਕੋ ਮੱਥਾ। ਬਹੁਤ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਬੰਦੇ ਨਹੀਂ ਮੱਥਾ ਟੇਕੇ, ਕਹਿੰਦੇ ਆਪਾਂ ਤਾਂ ਗੁਰੂ ਨਾਨਕ ਨੂੰ ਮੰਨਣਾ, ਅਸੀਂ ਪਹਿਲਾਂ ਦੇ ਇਹਨੂੰ 7 ਸਾਲ ਹੀ ਹੋਏ ਹੁਣੇ ਆਇਆ ਨਹੀਂ। ਬਾਬਾ ਬੁੱਢਾ ਜੀ ਦਾ ਤਿਲਕ ਲਵਾਤਾ, ਤਿਲਕ ਜਦੋਂ ਲਵਾਤਾ ਤੇ ਬਾਬਾ ਸਭ ਤੋਂ ਪਹਿਲਾਂ ਬਾਬੇ ਲੈਣੇ ਨੂੰ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, ਪਹਿਲਾਂ ਗੁਰੂ ਨਾਨਕ ਸਾਹਿਬ ਨੇ। ਭਾਈ ਪੈੜਾ ਭਾਈ ਮੋਖਾ ਕਹਿੰਦੇ ਗੁਰੂ ਨਾਨਕ ਨੂੰ ਛੱਡ ਕੇ ਇਹਨੂੰ, ਤੂੰ ਤਾਂ ਬਹੁਤ ਪੁਰਾਣਾ ਆਇਆ ਵਾ। ਕਹਿੰਦੇ ਫਿਰ ਪੁਰਾਣੇ ਪੁਰਾਣਾ ਤਾਂ ਆਇਆ ਵਾ, ਗਿਆਨ ਕਾਹਦਾ ਹੋਇਆ ਜੇ ਪੁਰਾਣੇ ਨੂੰ ਗਿਆਨ ਨਾ ਹੋਇਆ।
ਕੀ ਗਿਆਨ ਹੈ? ਕਹਿੰਦੇ ਮੈਂ ਸਰੀਰ ਦਾ ਪਾਸ਼ਕ ਨਹੀਂ ਹੈ, ਮੈਂ ਤਾਂ ਗੁਰੂ ਨਾਨਕ ਦਾ ਪਾਸ਼ਕ ਹਾਂ। ਕਹਿੰਦੇ ਚੱਲ ਜਿੱਧਰ ਚੱਲੇਗਾ ਉੱਧਰ ਹੀ ਚੱਲੂ। ਕਹਿੰਦੇ ਤੇਰੇ ਮਗਰ ਜਾਣਾ, ਮੈਂ ਤਾਂ ਗੁਰੂ ਨਾਨਕ ਦੇ ਮਗਰ। ਕਹਿੰਦੇ ਗੁਰੂ ਨਾਨਕ ਨਿਰੰਕਾਰ, ਬਾਬਾ ਲੈਣ ਦੇ ਵਿੱਚ ਜੋਤ ਚਲੀ ਗਈ, ਚੱਲ ਮੱਥਾ ਟੇਕ ਕੇ। ਫਿਰ ਅਮਰਦਾਸ ਪਾਤਸ਼ਾਹ ਮਗਰੋਂ ਆਏ, ਵੇਖੋ 12 ਸਾਲ ਗਾਗਰ ਦੀ ਸੇਵਾ ਕੀਤੀ। ਗੁਰੂ ਅੰਗਦ ਸਾਹਿਬ ਨੇ ਗੁਰਗੱਦੀ ਦੇ ਕੇ ਬਚਨ ਕਰਤਾ, ਉਹ ਮੇਰਾ ਸਿੱਖ, ਜੋ ਮੇਰੇ ਦਰਸ਼ਨ ਕਰਨੇ ਚਾਹੁੰਦਾ ਗੁਰੂ ਨਾਨਕ ਦੇ। ਅਮਰਦਾਸ ਪਾਤਸ਼ਾਹ 72 ਸਾਲ ਦੀ ਉਮਰ ਸੀ, ਅਤੇ ਬਾਬਾ ਬੁੱਢਾ ਜੀ ਉਦੋਂ ਵੀ ਪਹਿਲਾਂ ਦੇ ਆਏ ਹੋਏ ਸੀ। ਹਾਂ, ਜਦੋਂ ਗੁਰਗੱਦੀ ਦਾ ਤਿਲਕ ਦਿੱਤਾ, ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ। ਗੁਰੂ ਨਾਨਕ ਦੇਵਾ ਨਾਲ ਦੇ ਬੰਦੇ ਕਹਿੰਦੇ ਕਮੜਾ ਹੋਇਆ, ਕਦੇ ਉੱਥੇ ਮੱਥਾ, ਕਦੇ ਉੱਥੇ, ਪਹਿਲਾਂ ਗੁਰੂ ਅੰਗਦ ਸਾਹਿਬ ਨੂੰ। ਹੁਣ ਇਹ ਤਾਂ ਹੁਣ ਆਇਆ ਤੀਜੇ ਸਾਲ। ਬਾਬਾ ਬੁੱਢਾ ਜੀ ਕਹਿੰਦੇ ਮੈਂ ਸਰੀਰ ਦਾ ਪਾਸ਼ਕ ਨਹੀਂ, ਮੈਂ ਜੋਤ ਦਾ ਪਾਸ਼ਕ। ਬਹੁਤ ਵੱਡੀ ਗੱਲ ਹੈ। ਕਹਿੰਦੇ ਜਿੱਧਰ ਨੂੰ ਗੁਰੂ ਨਾਨਕ ਦੀ ਜੋਤ ਜਾਊ, ਉੱਧਰ ਮਗਰ ਹੀ ਜਾਊ। ਅਤੇ ਹਿਸਾਬ ਲਾ ਲਓ ਵੀ ਜਿਹੜੇ ਐਡਾ ਗਿਆਨ ਹੈ, ਸੱਚਖੰਡ ਗਿਆ ਕਿ ਨਹੀਂ ਗਿਆ? ਦੇਖੋ ਬਹੁਤ ਵੱਡੀ ਗੱਲ ਹੈ ਇਹ। ਅਤੇ ਫਿਰ ਚੌਥੇ ਪਾਸ਼ ਗੁਰੂ ਰਾਮਦਾਸ ਅਤੇ ਬਾਬਾ ਬੁੱਢਾ ਜੀ ਸੇਵਾ 'ਚ। ਚੌਥੇ ਪਾਤਸ਼ਾਹ ਦੇ ਪਿਤਾ ਜੀ 15 ਸਾਲ ਦੀ ਉਮਰ ਸ੍ਰੀ ਛੱਡ ਗਏ ਸੀ, ਲਾਹੌਰ ਦੇ ਰਹਿਣ ਵਾਲੇ ਸੀ, ਬੱਸ ਕਰਕੇ ਪਿੰਡ ਨਾਨਕੇ ਸੀ। ਮਾਤਾ ਜੀ ਕਹਿੰਦੇ ਚੱਲ ਪੁੱਤ ਉੱਥੇ ਦਿਨ ਕੱਟ ਲਵਾਂਗੇ ਆਪਾਂ। ਅਤੇ ਬੱਸ ਕਰਕੇ ਪਿੰਡ ਜਨਮ ਭੂਮੀ ਗੁਰੂ ਅਮਰਦਾਸ ਪਾਤਸ਼ਾਹ ਦੇ ਸੀ, ਅਤੇ ਉੱਥੋਂ ਸੰਗਤ ਆਉਂਦੀ ਹੁੰਦੀ ਸੀ। ਅਤੇ ਅਮਰਦਾਸ ਸਤਿਗੁਰੂ ਪਾਤਸ਼ਾਹ ਗੋਇੰਦਵਾਲ ਸਾਹਿਬ ਬਹੁਤ ਭਾਰਾ ਸੰਗਰਾਂਦ ਦਾ ਅਤੇ ਪੁੰਨਿਆਂ ਦਾ ਮੇਲਾ ਲੱਗਦਾ ਸੀ, ਰੋਜ਼ ਹੀ ਮੇਲਾ ਲੱਗਦਾ ਸੀ। ਮਾਤਾ ਜੀ ਆਏ, ਕਹਿਣ ਲੱਗੇ ਰਾਮਾ ਵੀ ਨਾਲੇ ਤੈਨੂੰ ਸੰਗਤ ਮਿਲਦੀ ਰਹੂ, ਅਤੇ ਨਾਲੇ ਤੂੰ ਇੱਥੇ ਦੁਕਾਨ ਲਾ ਲਾ, ਘਰ ਦਾ ਤੁਹਾਡਾ ਰੁਜ਼ਗਾਰ ਚੱਲ ਪੂ। ਮਾਤਾ ਨੇ ਰਾਤ ਨੂੰ ਛੋਲੇ ਪਿਆਉ ਕੇ ਅਤੇ ਲੂਣ ਲਾ ਕੇ ਅਤੇ ਘੁੰਮਣੀਆਂ ਬਣਾ ਕੇ ਦੋ ਛਾਵੜੇ ਭਰ ਕੇ ਦੇ ਦੇਣੇ, ਅਤੇ ਉੱਥੇ ਗੋਇੰਦਵਾਲ ਸਾਹਿਬ ਦੁਕਾਨ 6 ਮਹੀਨੇ ਲਾਈ। ਗੁਰੂ ਰਾਮਦਾਸ ਸਤਿਗੁਰਾਂ ਨੇ ਦੁਕਾਨ ਵੇਖੋ, ਉਹ ਕਰਦੇ ਘੁੰਮਣੀਆਂ ਲੈ ਲਓ। ਅਤੇ ਜਿਸ ਟਾਈਮ ਦੇ ਅੱਜ ਸੰਗਰਾਂਦ ਦਾ ਦਿਨ ਵਿਸਾਖ ਦਾ, ਅਤੇ ਚੋਜੀ ਸਤਿਗੁਰ ਬਾਹਰ ਨਿਕਲੇ ਸੰਗਰਾਂਦ ਤੋਂ ਬਾਅਦ, ਭੋਗ ਪਏ ਤੋਂ ਬਾਅਦ, ਦੁਕਾਨਾਂ ਵਾਲੇ ਅੱਡੋ ਅੱਡੀ ਰੌਲਾ ਪਾ ਲਏ ਸੀ, ਘੁੰਮਣੀਆਂ ਲਓ ਘੁੰਮਣੀਆਂ। ਸਤਿਗੁਰ ਜਾ ਰਹੇ ਸੀ, ਸੋਚਿਆ ਸੰਗਤਾਂ ਨੇ ਵੀ ਗੁਰੂ ਸੈਰ ਕਰਨ ਜਾਂਦੇ, ਸੈਰ ਸਰਦਾਰਾਂ ਦੀ ਹੁੰਦੀ ਹੈ, ਗੁਰੂ ਪੀਰਾਂ ਦਾ ਚੋਜ ਹੁੰਦਾ, ਕੌਤਕ ਹੁੰਦਾ। ਅਤੇ ਜਦੋਂ ਸਤਿਗੁਰਾਂ ਨੇ ਤੱਕਿਆ, ਜਰਵਾਣਾ ਸਰੀਰ, ਸੋਹਣਾ ਸਰੀਰ, ਅਤੇ ਤੱਕ ਕੇ ਮੋਟੇ ਨੇਤਰ, ਡੋਲਰ ਪੈਂਦਾ ਨੂਰ, ਅਤੇ ਪੁੱਛਿਆ ਕਾਕਾ ਕਿੱਥੋਂ ਆਇਆ? ਜੀ ਜਨਮ ਭੂਮੀ ਦਾ ਲਾਹੌਰ ਹੈ, ਅਤੇ ਆਪਦੇ ਜਨਮ ਭੂਮੀ ਵਿੱਚ ਨਾਨਕੀ ਹੈ, ਪਿਤਾ ਜੀ ਚੜ੍ਹਾਈ ਕਰ ਗਏ,
ਤੇ ਹੁਣ ਇੱਥੇ ਮਾਤਾ ਜੀ ਨੇ ਦੁਕਾਨ ਪਾਈ ਹੈ, ਕੁਛ ਰੁਜ਼ਗਾਰ ਚੱਲਦਾ ਘਰ ਦਾ ਰੋਟੀ ਦਾ। ਹਜ਼ੂਰ ਕਹਿੰਦੇ ਕਾਹਦਾ ਹੋਕਾ ਘੁੰਮਣੀਆਂ ਦਾ। ਸਤਿਗੁਰ ਕਹਿੰਦੇ ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਰਾਮਾ। ਗੁਰੂ ਜੀ ਕਹਿੰਦੇ ਅੱਛਾ, ਨਾਂ ਤਾਂ ਤੂੰ ਰਾਮਾ ਰਖਾਈ ਫਿਰਦਾ ਤੇ ਹੋਕਾ ਦਿੰਦਾ ਛੋਲਿਆਂ ਦੀਆਂ ਘੁੰਮਣੀਆਂ ਦਾ ਰਾਮਾ। ਜੇ ਤੂੰ ਸਾਡਾ ਬਚਨ ਬਚਨ ਮੰਨਣਾ ਬਹੁਤ ਹੋਕਾ, ਜੇ ਤੂੰ ਸਾਡਾ ਬਚਨ ਮੰਨ ਕੇ ਰਾਮ ਦਾ ਹੋਕਾ ਦੇਵੇਂ ਤੇ ਰਾਮ ਦਾ ਰੂਪ ਹੀ ਬਣ ਜਾਵੇਂ। ਬਸ ਛੱਡਤਾ ਸਾਰਾ ਕੁਛ ਤੇ ਕਹਿ ਲੁੱਟ ਲਓ। ਜਵਾਕਾਂ ਨੇ ਸਾਰਿਆਂ ਨੇ ਸਾਰਾ ਕੁਛ ਹੀ ਲੁੱਟ ਲਿਆ। ਸਤਿਗੁਰ ਗੇੜਾ ਦੇ ਕੇ ਵਾਪਸ ਆਏ, ਸ਼ਾਨ ਦਾ ਦੀਵਾਨ ਸਜ ਗਿਆ। ਤੀਸਰੇ ਪਾਤਸ਼ਾਹ ਨੇ ਇਸ਼ਾਰਾ ਕੀਤਾ, ਭਾਈ ਮਿਸਤਰੀਆਂ ਨੂੰ ਬੁਲਾਓ। ਜੀ ਪਾਤਸ਼ਾਹ। ਸਤਿਗੁਰ ਕਹਿੰਦੇ ਮਾਘ ਦੇ ਵਿੱਚ ਚੱਠ ਕਰਨੀ ਹੈ ਬੌਲੀ ਦੀ, ਤੇ ਕੰਮ ਕਿਵੇਂ ਹੈ? ਦਿਨ ਰਾਤ ਕੰਮ ਚੱਲਣਾ ਚਾਹੀਦਾ ਸੇਵਾ। ਮਿਸਤਰੀਆਂ ਨੇ ਆਖਿਆ ਜੀ ਵਿਸਾਖੀ ਦੀ ਰੁੱਤ ਆ ਗਈ ਤੇ ਲੋਕ ਹਾੜੀ ਨੂੰ ਪੈ ਗਏ ਵੜਦੇ, ਤੇ ਚੂਨਾ ਸਾਨੂੰ 12 ਵਜੇ ਤਾਂ ਪੀਣਾ ਪੈਂਦਾ ਦਿਨੇ, ਉਦੋਂ ਬਾਅਦ ਫਿਰ ਅਸੀਂ ਆਪ ਹੀ ਲਾਈਦਾ। ਸਤਿਗੁਰ ਕਹਿੰਦੇ ਨਾ ਭਾਈ, ਗੁਰਸਿੱਖੋ ਸਾਡਾ ਵਚਨ ਮੰਨੋ, ਸੇਵਾ ਕਰਮਾਂ ਨਾਲ ਮਿਲਦੀ ਹੈ, ਇਉਂ ਕਰਕੇ ਕੋਈ ਵੇਖ ਲਓ ਸੇਵਾ ਨੂੰ ਮੇਵਾ ਲੱਗਦਾ, ਲੱਗਿਆ ਮੇਵਾ ਗਿਆਨੀ ਨੂੰ ਵੇਖੋ। ਤੇ ਉੱਥੇ ਸਾਧ ਸੰਗਤ ਨਾ ਭਾਈ, ਸਤਿਗੁਰ ਕਹਿੰਦੇ ਸੇਵਾ ਗੁਰਸਿੱਖਾਂ ਦੇ ਹਿੱਸੇ ਆਈ ਆ, ਵਿੱਚੇ ਰਾਮਾ ਜੀ ਬੈਠੇ ਸੀ, ਪਹਿਲਾ ਹੀ ਦਿਨ ਸੀ ਜੀ ਸੰਗਤ ਦਾ, ਊਂ 6 ਮਹੀਨੇ ਹੋ ਗਏ ਸੀ ਦੁਕਾਨ 'ਤੇ। ਅਤੇ ਕਹਿੰਦੇ ਭਾਈ ਮਿਸਤਰੀਆਂ ਦਾ ਕੰਮ ਤਾਂ ਚੂਨਾ ਲਾਉਣਾ ਅਤੇ ਗੁਰਸਿੱਖਾਂ ਦਾ ਕੰਮ ਹੈ ਪੀਣਾ। ਜਿਹੜਾ ਭਾਈ ਇਸ ਘਰ ਦੇ ਗੋਲਾ ਬਣ ਕੇ ਸੇਵਾ ਕਰਦਾ ਨਾ, ਉਹੀ ਇਸੇ ਘਰ ਦਾ ਮਾਲਕ ਬਣਦਾ। ਅਮਰਦਾਸ ਪਾਤਸ਼ਾਹ ਕਹਿੰਦੇ ਅਸੀਂ 12 ਸਾਲ ਗੋਲੇ ਬਣ ਕੇ ਸੇਵਾ ਕੀਤੀ, ਆ ਵੇਖੋ ਮੈਂ ਬੁੱਢਾ ਠੇਰਾ ਕੁੱਬ ਪਿਆ, 72 ਸਾਲ ਦੀ ਉਮਰ ਹੈ, ਮੇਰੇ ਨਾਲ ਦੇ ਤਾਸਾਂ ਖੇਡ ਕੇ ਬੋੜੇ ਥੱਲੇ ਮਰ ਗਏ ਤੇ ਪ੍ਰੇਤ ਬਣੇ ਫਿਰਦੀ ਹੈ, ਆ ਵੇਖੋ ਮੈਂ ਵੀ ਗੋਲਾ ਬਣ ਕੇ ਪਾਣੀ ਢੋਇਆ, ਅੱਜ ਕਿੱਡਾ ਮੁਤਾਬਰਾ ਨਿਰੰਕਾਰ ਨੇ ਬਖਸ਼ਿਆ। ਕੋਲੇ ਰਾਮਾ ਜੀ ਸੁਣਦੇ ਸੀ, ਸੁਣਦੇ ਤਾਂ ਸਾਰੇ ਹੀ ਸੀ, ਪਰ ਉਸ ਟਾਈਮ ਤੇ ਬਚਨ ਕੀਤਾ। ਗੁਰੂ ਜੀ ਕਹਿੰਦੇ ਜਿਹੜਾ ਗੋਲਾ ਬਣ ਕੇ ਸੇਵਾ ਕਰੂਗਾ ਉਹੀ ਮਾਲਕ ਬਣਾ, ਇਹ ਪਹਿਲਾ ਉਦੋਂ ਦਾ ਬਚਨ ਗੋਲ ਪੁਣਾ ਜਿਹੜਾ ਇਸ ਘਰ ਦਾ ਸੇਵਾ। ਤਨ ਮਨ ਆਪਾ ਹੋਇਆ ਦਾਸ ਤੁਮਾਰੇ ਗੋਲੇ, ਜੋ ਭਾਵਾ ਸੋ ਕਾਰ ਕਰਾਈ। ਸਤਿਗੁਰ ਜੀ ਮਿੱਠ ਮਿੱਠ ਬੋਲੇ, ਜੋ ਤੈਨੂੰ ਭਾਉਂਦਾ ਉਹ ਕੰਮ ਕਰਾਈ। ਉੱਥੇ ਸਾਧ ਸੰਗਤ ਗੋਲੇ ਬਣ ਕੇ ਸੇਵਾ ਲੱਗੇ ਕਰਨ, ਤੇ ਮਿਸਤਰੀਆਂ ਨੇ ਕਿਹਾ ਅਸੀਂ ਮਿਸਤਰੀਆਂ ਪੈ ਜਾਓ, ਮਜ਼ਦੂਰ ਪੈ ਗਏ, ਲੱਕੜਾਂ ਲਿਆਉਣ ਵਾਲੇ ਪੈ ਗਏ। ਪਰ ਰਾਮਾ ਜੀ ਨੇ ਪ੍ਰਸ਼ਾਦਾ ਛਕ ਲਿਆ ਸ਼ਾਮ ਨੂੰ ਤੇ ਜਾ ਚੱਕੀ 'ਤੇ ਬਹਿ ਗਏ, ਪੀਣ ਲੱਗੇ ਚੂਨਾ ਰਾਤ ਨੂੰ। ਉਸੇ ਰਾਤ ਹੀ ਸੇਵਾ ਗੁਰਮੁਖਾਂ ਦੇ ਹਿੱਸੇ ਆਈ ਹੈ, ਪਿਛਲੇ ਜਨਮ ਦੀ ਗੁਰਮਤ ਹੁੰਦੀ ਉਹਦੇ ਕੋਲ,
ਬਾਬਾ ਨੰਦ ਸਿੰਘ ਬਾਬਾ ਈਸ਼ਰ ਤੋਂ ਵਚਨ ਕਰਦੇ ਸੀ, ਕਈ ਮੌਕੇ ਸੇਵਾ ਚੱਲਦੀ ਹੁੰਦੀ ਆ, ਕਈ ਬੰਦੇ ਪਿੱਛੇ ਨੂੰ ਹੱਥ ਕਰਕੇ ਖੜੇ ਜਾ ਰਹਿਣਗੇ, ਵੇਖੀ ਜਾਣਗੇ, ਹੱਥ ਨਹੀਂ ਲਾਉਂਦੇ, ਅਤੇ ਕਈ ਬੰਦੇ ਇੰਨੀ ਸੇਵਾ ਕਰਦੇ ਦੇਹ ਤੁੜ ਕੇ ਆਪਦੇ ਲੀੜੇ ਵੀ ਛਿੱਟੇ ਵੀ ਕੁਛ ਵੀ ਹੋ ਜੇ, ਲਿਬੜ ਦਬੜ ਸਭ ਦੇਖੋ, ਅਤੇ ਜਿਹੜੇ ਬੰਦਾ ਸੇਵਾ ਵੇਖ ਰਿਹਾ ਕਰਦਾ ਨਹੀਂ, ਪਿੱਛੇ ਨੂੰ ਹੱਥ ਕਰਕੇ ਖੜਾ ਅਤੇ ਗੱਲਾਂ ਮਾਰੀ ਜਾਂਦਾ। ਬਾਬਾ ਜੀ ਕਹਿੰਦੇ ਸੀ ਪਿਛਲੇ ਜਨਮ ਦਾ ਜਾਨਵਰ ਹੈ, ਜਾਨਵਰ ਜਾਨਵਰ ਜਿਹੜੇ ਦੇਹ ਤੋੜ ਕੇ ਸੇਵਾ ਕਰਦੇ ਆ, ਉਹ ਕਈ ਜਨਮਾਂ ਦੀ ਉਹਨਾਂ ਦੀ ਆਤਮਾ ਦੀ ਪੜ੍ਹਾਈ ਆ, ਉਹ ਗੁਰਸਿੱਖ ਕਈ ਜਨਮਾਂ ਦੀ ਇਵੇਂ ਆਪਣੇ ਨਾਨਕ ਸਰ ਦੀ ਸੇਵਾ ਜਿਨ੍ਹਾਂ ਨੇ ਵੀ ਕੀਤੀ, ਮਾਤਾ ਜੀ ਨੇ, ਪਿਤਾ ਜੀ ਨੇ, ਬਾਬਾ ਜੀ ਨੇ, ਹਜ਼ੂਰ ਦੀ ਮਿਹਰ, ਜਾਣੀ ਉਹ ਮੁਤਾਬਲੇ ਪਾ ਗਏ ਗੁਰੂ। ਉੱਥੇ ਸਮਾਂ ਪਿਆ, ਗੁਰੂ ਰਾਮਦਾਸ ਪਾਤਸ਼ਾਹ ਚੱਕੀ ਨਾਲ ਪੀਟਣ ਲੱਗੇ, ਸਵਾ 12 ਵਜੇ ਅਮਰਦਾਸ ਸਤਿਗੁਰੂ ਬੌਲੀ ਸਾਹਿਬ 'ਤੇ ਇਸ਼ਨਾਨ ਵਾਸਤੇ ਗਏ ਅਤੇ ਚੱਕੀ ਚੱਲੇ, ਰਾਤ ਦਾ ਟਾਈਮ, ਦਰਬਾਰ ਦੇ ਸਾਰੇ ਸੁੱਤੇ ਪਏ, ਪਹਿਰੇ 'ਤੇ ਬੈਠੇ, ਚੱਕੀ ਚੱਲੇ, ਵੇਖੋ ਬਹੁਤ ਵੱਡੀ ਗੱਲ ਹੈ। ਜੇ ਕੋਈ ਬਚਨ ਕਮਾਵੇ ਸੰਤਨ ਕੇ ਗੁਰਪ੍ਰਸਾਦੀ ਤਰਿਆ ਰਿਹਾ, ਅਮਰਦਾਸ ਪਾਤਸ਼ਾਹ ਅੱਗੇ ਵਧੇ ਅਤੇ ਸੇਵਾਦਾਰ ਨੇ ਚਾਨਣ ਸੀਗਾ ਲੈਟ ਜੋਤ, ਸਤਿਗੁਰ ਖੜ੍ਹੇ ਰਹੇ, ਪਰ ਨੀਂਦ ਵੀ ਆਉਂਦੀ ਸੀ, ਅਥੜੇ ਦੇ ਨਾਲ ਹੀ ਅੱਖਾਂ ਮੀਚੀਆਂ ਅਤੇ ਨੀਂਦ ਘੁੰਮੇ ਨਾਲ ਮੁਕਾਬਲਾ, ਅਤੇ ਸਤਿਗੁਰ ਖੜ੍ਹੇ ਖੜ੍ਹੇ ਸਤਿਗੁਰ ਬਾਂਹ ਫੜ ਕੇ ਕਹਿੰਦੇ, ਰਾਮਾ ਤੂੰ ਪੈ ਜਾਂਦਾ, ਬੋਲੇ ਨੇ ਹੁਣ ਉਈ ਕਿਸੇ ਨੂੰ ਕਹਿੰਦੇ ਪੈ ਜਾ, ਕਹਿੰਦੇ ਸਤਿ ਵਚਨ, ਕਹਿੰਦੇ ਖਾ ਲਾ, ਕਹਿੰਦੇ ਸਤਿ ਵਚਨ, ਸੌ ਜਾ, ਕਹਿੰਦੇ ਸਤਿ ਵਚਨ, ਜੇ ਕੋਈ ਝਾੜੂ ਮਾਰਦੇ ਕਹਿੰਦੇ ਮਾਰ ਦਿੰਦੇ, ਦੂਜੇ ਨੂੰ ਕਹਿਣਗੇ ਆ ਜਾ ਸੇਵਾ ਮਿਲੀ ਆ, ਪਰ ਉਹਨੂੰ ਝਾੜੂ ਪੜਾ ਕੇ ਅਤੇ ਲੰਗਰ ਚਲੇ ਜਾਣਾ, ਉਹਨੇ ਬੋਲਾ ਕਿਆ ਬਣਨਾ, ਉਹਨੇ ਮਾਤਾ ਔਰਾ ਕੀ ਪਾਉਣਾ, ਵੇਖੋ। ਅਤੇ ਉੱਥੇ ਸਮਾਂ ਪਿਆ ਅਤੇ ਅਮਰਦਾਸ ਪਾਤਸ਼ਾਹ ਜਦੋਂ ਖੜ੍ਹੇ ਤੱਕਿਆ, ਬਹੁਤ ਵੱਡੀ ਗੱਲ ਪੂਰਨਾ ਕਿੱਡਾ, 450 ਸਾਲ ਦੀ ਗੱਲ ਹੈ, ਇੱਥੇ ਗਿਆਨੀ ਦੀ ਬਰਸੀ 'ਤੇ ਹੋ ਰਹੀ ਹੈ 450 ਸਾਲ ਨਾਲ, ਦੇਖੋ। ਪਰ ਗੁਰੂ ਪੀਰਾਂ ਦੀ ਗੱਲ ਜਿਨ੍ਹਾਂ ਨੇ ਕਮਾਈ ਕੀਤੀ ਹੈ, ਅਤੇ ਉੱਥੇ ਜਿਸ ਟਾਈਮ ਐਸਾ ਸਮਾਂ ਹੋਇਆ ਅਤੇ ਅਮਰਦਾਸ ਪਾਤਸ਼ਾਹ ਕਹਿੰਦੇ ਰਾਮਾ ਪੈ ਗਏ ਸਾਰੇ, ਤੂੰ ਸੌਂ ਜਾਂਦਾ, ਬੋਲੇ ਕਹਿੰਦੇ ਮਿਸਤਰੀ ਪੈ ਗਏ ਹੱਥ ਜੁੜ ਕੇ ਮੱਥਾ ਟੇਕੇ ਉੱਠ ਕੇ ਖੜ ਗਏ, ਕਹਿੰਦੇ ਮਿਸਤਰੀ ਪੈ ਗਏ ਜੀ, ਮਿਸਤਰੀ ਸੀ ਉਹਨਾਂ ਵਿਚਾਰਿਆਂ ਨੇ ਪੈਣਾ ਸੀ, ਲਾਂਗਰੀ ਪੈ ਗਏ ਜੀ ਉਹਦਾ ਲੰਗਰ ਵਾਲੇ ਹੀ ਪੈਣਾ ਸੀ, ਲੱਕੜਾਂ ਲਿਆਉਣ ਵਾਲੇ ਜਿਹੜੇ ਲੱਕੜਾਂ ਲਿਆਉਂਦੇ ਆ ਰੋਜ਼ ਉਹ ਪੈ ਗਏ ਜੀ, ਉਹਨਾਂ ਨੇ ਪੈਣਾ ਸੀ ਤਾਂ ਲੱਕੜਾਂ ਲਿਆਉਂਦੇ, ਕਹਿੰਦੀ ਇਉਂ ਦੱਸ ਤੂੰ ਕਿਉਂ ਨਹੀਂ ਪੈਂਦਾ, ਕਹਿੰਦੇ ਜੀ ਮੈਨੂੰ ਨੀਂਦ ਨਹੀਂ, ਮੈਂ ਤੇਰੇ ਘਰ ਦਾ ਗੋਲਾ, ਗੋਲੇ ਨੂੰ ਨੀਂਦ ਕਿੱਥੇ,
ਆਏ ਗੋਲੇ ਨੂੰ ਨੀਂਦ ਕਿੱਥੇ ਬਸ ਕੌਣ ਜਾਣੇ ਇਸ ਰਮ ਨੂੰ ਰਾਤ ਦੇ 12:30 ਵੇ ਦੋਹਾਂ ਬਾਹਾਂ ਤੋਂ ਫੜ ਕੇ 16 ਸਾਲ ਦੇ 15 ਸਾਲ ਦੇ ਰਾਮਦਾਸ ਪਾਤਸ਼ਾਹ ਨੂੰ ਵੇਖੋ 80 ਸਾਲ ਦੇ ਬਾਬਾ ਜੀ ਤੀਸਰੇ ਪਾਤਸ਼ਾਹ ਨੇ ਫੜ ਕੇ ਬਾਹਾਂ ਤੋਂ ਛਾਤੀ ਨਾਲ ਲਾ ਲਿਆ ਕੌਣ ਜਾਣੇ ਅੱਜ ਦੋ ਗੁਰੂਆਂ ਦਾ ਮੇਲ ਹੋਇਆ ਜਲ ਭਰਿਆ ਨੇਤਰਾਂ 'ਚ ਅਮਰਦਾਸ ਪਾਤਸ਼ਾਹ ਕਹਿੰਦੇ ਰਾਮਾ ਜਿਹੜੇ ਤੇਰੇ ਵਾਂਗੂ ਗੋਲੇ ਬਣ ਕੇ ਸੇਵਾ ਕਰਦੇ ਮਾਲਕ ਵੀ ਉਹੀ ਬਣਦੇ ਇਸੇ ਕਰਦੇ ਵੇਖੋ ਮਾਲਕ ਵੀ ਉਹੀ ਬਣਦੇ ਤੇ ਲਾਗੇ ਸੇਵਾ ਬਸ ਮੋਹਰ ਲੱਗ ਗਈ ਤੇ ਉੱਥੇ ਸਾਧ ਸੰਗਤ ਸਮਾਂ ਐਸਾ ਵਰਤਿਆ ਤੇ ਮਾਤਾ ਭਾਨੀ ਜੀ ਸਤਿਗੁਰਾਂ ਦੀ ਲੜਕੀ ਤੀਸਰੇ ਪਾਤਸ਼ਾਹ ਜੀ ਤੇ 6 ਸਾਲ ਹੋ ਗਏ ਸੀ ਸੇਵਾ 'ਚ ਲੱਗਿਆ ਗੋਲੇ ਬਣ ਕੇ ਸੇਵਾ ਕਰਦੇ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਇੱਕ ਦਿਨ ਮਾਤਾ ਭਾਨੀ ਜੀ ਵਾਸਤੇ ਬੀਬੀ ਵਾਸਤੇ ਵਰ ਨੂੰ ਮਾਤਾ ਜੀ ਕਹਿਣ ਲੱਗੇ ਤੀਸਰੇ ਪਾਤਸ਼ਾਹ ਦੇ ਘਰੋਂ ਮਹਿਲ ਆਪਣੇ ਮਾਤਾ ਜੀ ਪੂਜਨੀ ਕਹਿੰਦੇ ਆਪਣੀ ਭਾਨੀ ਜਵਾਨ ਹੋ ਗਈ ਹੈ ਤੇ ਕੋਈ ਵਰ ਵੇਖੀਏ ਵਰ ਤੀਸਰੇ ਪਾਤਸ਼ਾਹ ਕਹਿੰਦੇ ਠੀਕ ਹੈ ਸੱਦੋ ਬ੍ਰਾਹਮਣਾਂ ਨੂੰ ਦੋ ਬ੍ਰਾਹਮਣ ਸੱਦ ਲਏ ਤੇ ਦੋ ਰਾਜੇ ਨਾਈ ਸਿੱਖ ਸੱਦ ਲਏ ਅੱਗੇ ਉਹੀ ਸੱਦੇ ਸੀ ਤੇ ਦੋ ਮਰਾਸੀ ਸੱਦ ਲਏ ਤੇ ਮਾਤਾ ਜੀ ਕਹਿਣ ਲੱਗੇ ਆ ਵੇਖੋ ਭਾਨੀ ਵਾਸਤੇ ਕੋਈ ਵਰ ਵੇਖੋ ਵੇਖੋ ਤੇ ਗੁਰੂ ਸਾਹਿਬ ਕਹਿੰਦੇ ਠੀਕ ਹੈ ਵੇਖੋ ਬਾਹਰ ਮਾਤਾ ਜੀ ਨੇ ਅੰਦਰ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਪਹਿਲਾਂ ਜਾਣਾ ਸੀ ਬਾਹਰ ਵੇਖਣ ਵਾਸਤੇ ਤੇ ਫਿਰ ਗੁੜ ਦੀ ਰੋੜੀ ਦਿੱਤੀ ਫਿਰ ਸਿਰ 'ਤੇ ਹੱਥ ਫੇਰਿਆ ਆਖਿਆ ਦੁਆਂ 'ਚ ਚੱਲ ਕੇ ਦਰਸ਼ਨ ਕਰਕੇ ਅਰਦਾਸ ਕਰਕੇ ਤੁਰਿਓ ਨਾਲ ਹੀ ਮਾਤਾ ਜੀ ਆ ਗਏ ਦੁਆਂ ਸੱਜਾ ਸਤਿਗੁਰੂ ਮੇਰੇ ਪਾਤਸ਼ਾਹ ਬੈਠੇ ਜੇ ਟਾਈਮ ਤੇ ਪੰਡਤਾਂ ਨੇ ਆਖਿਆ ਜੀ ਹਜ਼ੂਰ ਦੱਸੋ ਵੀ ਕਿਹੋ ਜਿਹਾ ਬੱਚਾ ਹੋਵੇ ਕੋਲੇ ਮਾਤਾ ਜੀ ਖੜੇ ਕਿਹੋ ਜਿਹਾ ਹੋਵੇ ਖੇਤੀ ਦਾ ਕੰਮ ਜਾਂ ਦੁਕਾਨਦਾਰ ਜਾਂ ਕੈਸਾ ਹੋਵੇ ਜਾਂ ਕੀ ਕਰਦਾ ਹੋਵੇ ਸਤਿਗੁਰ ਚੁੱਪ ਸੀ ਮਾਤਾ ਜੀ ਬੋਲੇ ਗੁਰੂ ਕੇ ਮਹਿਲ ਮਾਤਾ ਜੀ ਕਹਿਣ ਲੱਗੇ ਆਪਣੇ ਇੱਥੇ ਰਾਮਾ ਰਹਿੰਦਾ ਨਾ ਇੱਥੇ ਕਹਿੰਦੇ ਸਰੀਰ ਵੀ ਸੁੰਦਰ ਹੈ ਪਰ ਸੁਭਾਅ ਵੀ ਬੜਾ ਚੰਗਾ ਪਰ ਦਿਨ ਰਾਤ ਨਹੀਂ ਟਿਕਦਾ ਕਿਤੇ ਰਾਮੇ ਵਰਗਾ ਵੇਖੇ ਕੋਈ ਮੁੰਡਾ ਰਾਮੇ ਵਰਗਾ ਸਤਿਗੁਰ ਬੋਲੇ ਕੜਕਣੀ ਵਾਜਨਾ ਤੀਸਰੇ ਪਾਤਸ਼ਾਹ ਕਹਿੰਦੇ ਭਲੀਏ ਲੋਕਣੇ ਰਾਮੇ ਵਰਗਾ ਤਾਂ 3 ਲੋਕ ਦੇ ਵਿੱਚ ਹੈ ਨਹੀਂ 3 ਲੋਕ ਵਿੱਚ ਹੀ ਨਹੀਂ ਗਾ ਮਾਤਾ ਜੀ ਨੇ ਆਖਿਆ ਜੀ ਜੇ ਇਹਦੇ ਵਰਗਾ ਨਹੀਂ ਹੈ ਤੇ ਫਿਰ ਜਾਣ ਦੀ ਵੀ ਲੋੜ ਨਹੀਂ ਹੈ ਫਿਰ ਤਾਂ ਘਰੇ ਹੀ ਗੰਗਾ ਬਣ ਗਈ ਹੈ ਬਸ ਵੇਖੋ ਵਿਆਹ ਕਰਤਾ ਇਤਿਹਾਸ ਵੱਡਾ ਹੈ ਰਿਸ਼ਤੇਦਾਰ ਆਏ ਲਾਹੌਰੋਂ ਮਾਮੇ ਤਾਏ ਚਾਚੇ ਹੋਰ ਚਲ ਵਿਆਹ ਹੋ ਗਿਆ ਸਮਾਂ ਪੈ ਗਿਆ
ਗੁਰਮੁਖ ਵਿਆਹ ਤਾਂ ਹੋ ਗਿਆ ਪਰ ਸੇਵਾ ਉਵੇਂ ਹੀ ਕਰਦੇ ਰਹੇ। ਸੇਵਾ ਕੀ ਸੀ? ਪਹਿਲੀ ਸੇਵਾ ਸੀ ਵੀ 2 ਵਜੇ ਉੱਠ ਕੇ ਵੀ ਇੱਧਰਲੇ ਪਾਸੇ ਸਾਰੇ ਵਿਹੜੇ ਦਾ ਝਾੜੂ ਮਾਰਨਾ ਤੇ ਟੋਕਰੇ ਦੇ ਵਿੱਚ ਕੂੜਾ ਸੁੱਟ ਕੇ ਬਾਹਰ ਸੁੱਟਣਾ, ਇਹ ਸੇਵਾ ਸਭ ਤੋਂ ਵੱਡੀ ਸੀ। 2 ਵਜੇ ਤੋਂ 5 ਵਜੇ ਤਾਈਂ, 5 ਵਜੇ ਸੰਗਤ ਆਉਣ ਲੱਗਦੀ ਸੀ, ਉਹ ਵੇਖਦੀ ਸੀ ਝਾੜੂ ਪਤਾ ਨਹੀਂ ਕਿਹਨੇ ਮਾਰੇ ਤੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਵੀ ਰਾਮਾ ਝਾੜੂ ਮਾਰਦਾ ਸੀ। 5 ਕੁ ਵਜੇ ਲੋਕ ਉੱਠਦੇ ਸੀ, ਆਮ 6-7 ਵਜੇ ਤੇ ਸਮਾਂ ਪੈ ਗਿਆ। ਲਾਹੌਰ ਦੇ ਮਾਮੇ ਮਾਮੇ ਦੇ ਮੁੰਡੇ, ਤਾਏ ਤਾਏ ਦੇ ਮੁੰਡੇ ਕਹਿੰਦੇ ਚਲੋ ਆਪਾਂ ਆਪਣੇ ਮੁੰਡੇ ਦੇ ਵੇਖਣ ਚੱਲੀਏ, ਨਾਲੇ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰ ਲਾਂਗੇ ਵੀ ਆਪਣਾ ਮੁੰਡਾ ਉੱਥੇ ਵਿਆਹ ਹੈ। ਉੱਥੋਂ ਲਾਹੌਰ ਤੋਂ ਤੁਰ ਪਏ ਸਾਰੇ। ਜਦੋਂ ਲਾਹੌਰ ਤੋਂ ਤੁਰੇ ਤੇ ਹੌਲੀ ਹੌਲੀ ਆਉਂਦੇ ਆਉਂਦੇ ਤੇ ਰਾਤ ਪੈ ਗਈ, ਠੰਡ ਧੁੰਦ ਸੀ ਤੇ ਐਂ ਉਦੋਂ ਲਾਈਟਾਂ ਨਹੀਂ ਸੀ ਹੁੰਦੀਆਂ, ਕੋਈ ਸਪੀਕਰ ਪਿੰਡਾਂ ਦਾ ਵਾਲਿਆਂ ਦਾ ਪਤਾ ਨਹੀਂ ਸੀ ਲੱਗਦਾ। ਤੇ ਉਸ ਟਾਈਮ 'ਤੇ ਰਿਸ਼ਤੇਦਾਰ ਸਾਰੇ ਜਦੋਂ ਆ ਰਹੇ ਸੀ, ਉਹਨਾਂ ਨੇ ਵੇਖਿਆ ਵੀ ਇੱਥੇ ਚਾਨਣ ਜਿਹਾ ਲੱਗਦਾ, ਸਾਰੇ ਪਏ ਸੀ ਕਿ ਦਰਬਾਰ ਸ਼ੁਰੂ ਸੀ ਜਪਜੀ ਸਾਹਿਬ ਤੇ ਕਹਿੰਦੇ ਇੱਥੇ ਵੇਖੋ ਉੱਧਰ ਰਾਮਾ ਜੀ ਟੋਕਰਾ ਭਰ ਕੇ ਕੂੜੇ ਦਾ ਵੱਟਾ ਤੇ ਗਾਰੇ ਦੇ ਤੌਕੇ ਡਿੱਗਦੇ ਸੀ ਤੇ ਮਣਾਸਾ ਮਾਰਿਆ ਸੀ, ਪੈਰਾਂ ਤੋਂ ਨੰਗੇ ਸੀ। ਪਰ ਜਿਹੜੇ ਮਾਮੇ ਭੂਆ ਦੇ ਮੁੰਡੇ, ਮਾਮੇ ਦੇ ਮੁੰਡੇ, ਤਾਏ ਦੇ ਮੁੰਡੇ ਆ ਰਹੇ ਸੀ, ਉਹਨਾਂ ਦੀ ਸੋਚ ਕੀ ਸੀ? ਉਹਨਾਂ ਦੀ ਸੋਚ ਸੀ ਵੀ ਇਸ ਘਰ ਦਾ ਜਵਾਈ ਹੈ, ਵੀ ਮੰਜਾ ਵਿਛੇ ਬਾਹੂ ਜਰਾਬਾਂ ਪਾਈਆਂ ਵੀ ਹੋਣਗੀਆਂ, ਮੰਜੇ 'ਤੇ ਬੈਠਾ। ਤੇ ਜਿਸ ਟਾਈਮ 'ਤੇ ਉਹ ਜਦੋਂ ਆ ਰਹੇ ਸੀ, ਇੱਧਰ ਰਾਮਾ ਜੀ ਬਾਹਰ ਚਲੇ ਗਏ ਦੂਰ ਕੂੜਾ ਸਿੱਟਣ, ਉਹਨਾਂ ਨੇ ਆਖਿਆ ਭਾਈ ਨੂੰ ਪੁੱਛ ਲਓ। ਜਦੋਂ ਪੁੱਛਣ ਲੱਗੇ ਕਹਿੰਦੇ ਉਹ ਗੁਰਮੁਖਾ ਵੀ ਇੱਥੇ ਡੇਰਾ ਤੀਸਰੇ ਪਾਤਸ਼ਾਹ ਦਾ, ਕਹਿੰਦੇ ਆ ਜੀ ਗਾਂ ਹੀ ਆ ਜਾਓ। ਕਿੱਥੋਂ ਆਏ ਹੋ? ਕਹਿੰਦੇ ਅਸੀਂ ਲਾਹੌਰੋਂ ਆਏ ਹਾਂ, ਸਾਡੇ ਪਿੰਡ ਦਾ ਇੱਥੇ ਮੁੰਡਾ ਰਹਿੰਦਾ, ਇੱਥੇ ਵਿਆਹ ਹੈ, ਜੁਆਈ ਹੈ। ਰਾਮਾ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਜੁਆਈ ਤਾਂ ਕੋਈ ਨਹੀਂ, ਗੋਲਾ ਹੀ ਹੈ। ਤੇ ਸਿਆਣ ਲਿਆ ਕਹਿੰਦੇ ਤੂੰ? ਕਹਿੰਦੇ ਹਾਂ। ਤੌਕੇ ਡਿੱਗੇ ਸਾਰੇ ਸਰੀਰ ਤੇ, ਟੋਕਰਾ ਕੂੜੇ ਦਾ। ਰਿਸ਼ਤੇਦਾਰ ਗੁੱਸੇ, ਕਹਿੰਦੇ ਤੂੰ ਤਾਂ ਸੋਢੀ ਬਣਸ ਦੀ ਕੀਤੀ ਕਰਾਈ ਖੂਜ ਪਾਤੀ। ਗੁੱਸੇ ਹੋ ਗਏ, ਅਸੀਂ ਤਾਂ ਕਹਿ ਜਰਾਬਾ ਪਾਈ, ਤੈਨੂੰ ਕੀ ਲੋੜ ਹੈ ਗੁਹਾ ਕੂੜਾ ਕਰਨ ਦੀ? ਐਡਾ ਵੱਡਾ ਘਰ ਥੋੜੇ ਆ ਉੱਥੇ ਗੁਹਾ ਕੂੜਾ ਕਰਨ ਵਾਲੇ, ਕੀਤੀ ਕਰਾਈ ਖੂਜ ਪਾਤ। ਗੁੱਸੇ ਹੋ ਗਏ, ਬੜਾ ਗੁੱਸੇ ਹੋਏ। ਔਰ ਰਾਮਾ ਜੀ ਰਾਮਦਾਸ ਠੰਡੇ ਮੱਤ ਵਾਲੇ ਕਹਿੰਦੇ ਟੋਕਰੀ ਬਾਬੇ ਨਾਨਕ ਦੀ ਹੈ, ਹਰੇਕ ਨਹੀਂ ਚੱਕਦਾ, ਜਿਹਨੇ ਚੱਕੀ ਹੈ ਉਹੀ ਘਰ ਦਾ ਮਾਲਕ ਬਣਦਾ ਮਾਲਕ। ਤੂੰ ਜਰਾਬਾਂ ਪਾਉਣੀਆਂ, ਮੰਜੇ 'ਤੇ ਬੈਠਣਾ, ਮੌਜ ਕਰਨੀ ਸੀ, ਤੂੰ ਤਾਂ ਕੀਤੀ ਕਰਾਈ ਖੂਜ ਪਾਤੀ, ਡੇਰੇ ਨਹੀਂ ਗਏ, ਦਰਸ਼ਨ ਨਹੀਂ ਕੀਤੇ, ਲੜਕੇ ਉੱਥੋਂ ਹੀ ਮੁੜ ਗਏ, ਆਏ ਨਹੀਂ। ਸਮਾਂ ਪੈ ਗਿਆ, ਗੁਰਮੁਖੋ ਗੁਰਗੱਦੀ ਦੇ ਮਾਲਕ ਬਣੇ ਨਾ,
ਤੇ ਤੀਸਰੇ ਪਾਤਸ਼ਾਹ ਜੋਤੀ ਜੋਤ ਸਮਾਏ। ਥੋੜ੍ਹੇ ਸਮੇਂ ਬਾਅਦ ਜੋ ਸੰਗਤ ਸੀ ਲਾਹੌਰ ਦੀ, ਕੁਛ ਕੁ ਬੰਦੇ ਪੰਜ ਸੱਤ ਆਉਂਦੇ ਸੀ, ਉਹਨਾਂ ਨੇ ਬੇਨਤੀ ਕੀਤੀ ਕਿ ਚਰਨ ਪਾਓ ਗੁਰੂ ਰਾਮਦਾਸ ਪਾਤਸ਼ਾਹ, ਜ਼ਰੂਰ ਕਿਤੇ ਕਿਰਪਾ ਕਰੋ। ਸਤਿਗੁਰ ਕਹਿੰਦੇ ਚੰਗਾ, ਥੋੜ੍ਹੇ ਦਿਨ 'ਚ ਹੀ ਆਵਾਂਗੇ। ਉਹ ਟਾਈਮ ਸਤਿਗੁਰੂ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਕਾਬਲ ਦੀ ਸੰਗਤ ਚੋਲਾ ਲਿਆਏ ਸੀ, ਸੁਨਹਿਰੀ ਅਤੇ ਸੋਨੇ ਦੀਆਂ ਤਾਰਾਂ ਦਾ ਕੱਢਿਆ ਹੋਇਆ ਉਹ ਚੋਲਾ ਪਹਿਨਿਆ ਵਾਸੀ, ਅਤੇ ਸ੍ਰੀ ਅੰਮ੍ਰਿਤਸਰ ਦੀ ਸੰਗਤ ਦਾ ਛਤਰ ਗੁਰੂ ਰਾਮਦਾਸ 'ਤੇ ਸੀ, ਅਤੇ ਕੀਰਤਨ ਹੁੰਦਾ ਸ੍ਰੀ ਅੰਮ੍ਰਿਤਸਰ ਤੋਂ ਗੋਂਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ, ਅਤੇ ਉੱਥੋਂ ਫਿਰ ਕਾਲਾ ਸ਼ਾਹ ਦਾੜਾ ਸੀ, ਮੋਟੇ ਨੇਤਰ ਸੀ ਅਤੇ ਕਾਲੀ ਕੰਬਲੀ ਲਈ ਸੀ, ਪੀਲਾ ਚੋਲਾ ਸੀ, ਚਿੱਟਾ ਦਸਤਾਰਾ ਸੀ, ਅਤੇ ਰਾਗੀ ਕੀਰਤਨ ਕਰਦੇ ਜਾਂਦੇ ਸੀ। ਜਦੋਂ ਲਾਹੌਰ ਵੜੇ ਪਤਾ ਲੱਗਿਆ ਅਤੇ ਲੋਕ ਕੋਠਿਆਂ 'ਤੇ ਚੜ੍ਹੇ, ਫੁੱਲ ਵਰਸਦੇ ਸੀ ਅਤੇ ਪੜ ਰਾਗੀ ਪੜ੍ਹਦੇ ਸੀ, ਦੁੱਖ ਟੁੱਟਦੇ ਦੁਖੀਆਂ ਦੇ, ਜਿੱਥੋਂ ਦੀ ਚੌਥੇ ਸਤਿਗੁਰ ਨਾਨਕ ਲੰਘਦੇ। ਕਿੱਡੀ ਵੱਡੀ ਕਿੱਥੇ ਗੱਲ ਚਲੀ, ਦੁੱਖ ਟੁੱਟਦੇ ਦੁਖੀਆਂ ਦੇ, ਜਿੱਥੋਂ ਦੀ ਮੇਰੇ ਸਤਿਗੁਰ ਲੰਘਦੇ, ਲੋਕ ਫੁੱਲ ਵਰਸਾਉਂਦੇ ਸੀ। ਜਦੋਂ ਮੰਨ ਆਇਆ ਨਾ ਤਾਏ ਚਾਚਿਆਂ ਦਾ ਜਿਹੜੇ ਲੜ ਕੇ ਗਏ ਸੀ, ਅੱਖਾਂ 'ਚੋਂ ਪਾਣੀ ਆ ਗਿਆ ਉਹਨਾਂ ਨੇ, ਉਹ ਸੋਨੇ ਦਾ ਛਤਰ ਸੀ ਵੇਖੋ, ਬੱਗੀ ਸੀ, ਘੋੜੇ ਜੁੜੇ ਸੀ, ਫੁੱਲ ਵਰਸਾਉਂਦੇ ਸੀ ਸਾਰੇ ਲੋਕ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਬਹੁਤ ਸੁੰਦਰ ਚਿਹਰਾ, 6 ਫੁੱਟ ਕੱਦ, ਤੇ ਰੱਬ ਧਰਤੀ 'ਤੇ ਉਤਰਿਆ। ਤਾਏ ਚਾਚੇ ਸ਼ਰਮ ਮੰਨਣ, ਨੇੜੇ ਤਾਂ ਹੋਏ ਪਰ ਸੰਗਤਾਂ ਨੂੰ ਵੇਖ ਕੇ ਦਾੜ ਦਾੜ ਡਿੱਗਣਾ ਪਿਆ ਉਹਨਾਂ ਚਰਨਾਂ 'ਤੇ। ਉਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਤਾਂ ਤਾਏ ਚਾਚੇ ਆ, ਮਾਮੇ ਆ, ਅਤੇ ਤੁਸੀਂ ਮੱਤਾ ਨਾ ਟੇਕੋ, ਮੈਂ ਤਾਂ ਉਸ ਘਰ ਦਾ ਟੋਕਰੀ ਦਾਰ ਹਾਂ, ਟੋਕਰੀ ਵਾਲਾ। ਕੀ ਕਹਿੰਦੇ, ਚਰਨ ਫੜ ਕੇ ਕਹਿੰਦੇ ਰਾਮਾ ਸਾਨੂੰ ਪਤਾ ਨਹੀਂ ਸੀ ਤੂੰ ਕਿਹੜੇ ਪਾਊ ਦੇ ਟੰਬੇ ਨੂੰ ਹੱਥ ਪਾ ਕੇ ਚੜ੍ਹ ਰਹੇ, ਸਾਨੂੰ ਨਹੀਂ ਸੀ ਪਤਾ। ਅੱਖਾਂ 'ਚੋਂ ਪਾਣੀ ਆ ਗਿਆ ਸਾਰਿਆਂ ਦਿਓ, ਅਤੇ ਵੇਖੋ ਹੈਰਾਨ ਹੋ ਗਏ ਸਾਰੇ, ਸਾਰਿਆਂ ਦੇ ਸਿਰ 'ਚ ਜਦੋਂ ਉਹਦੀ ਮਿਹਰ ਹੁੰਦੀ ਕੀ ਨਹੀਂ ਕਰ ਸਕਦਾ, ਉਹ ਸਭ ਦੇ ਧੌਣ 'ਚੋਂ ਕਿੱਲਾ ਕੱਢ ਕੇ ਚਰਨਾਂ 'ਤੇ ਡਗਾ ਦਿੰਦਾ, ਡੇਗ ਪੈਂਦਾ। ਕਮਾਈ ਹੈ, ਸਿਆਟ ਵਾਲੇ ਬਾਬਾ ਜੀ ਨੇ ਬਹੁਤ ਸੇਵਾ ਕੀਤੀ, ਬਾਬਾ ਆਨੰਦ ਸਿੰਘ ਮਹਾਰਾਜ ਦੀ ਸਾਈਕਲ 'ਤੇ ਜਾਂਦੇ ਰਹੇ, ਕੇਰਾਂ ਦੇਰਾਂ ਦੂਰ ਬਾਬਾ ਆਨੰਦ ਸਿੰਘ ਮਹਾਰਾਜ ਗਏ ਅਤੇ ਉੱਥੇ ਮਗਰ ਗਏ। ਬਾਬਾ ਜੀ ਕਹਿੰਦੇ ਮੀਆਂ ਸਾਹਿਬ ਕਾਹਦੇ ਦੀ ਆਏ, ਜੱਟ ਸੀ ਗਿਆਨੀ ਜੀ ਵਾਂਗੂ, ਕਹਿੰਦੇ ਜੀ ਲੋਹੇ ਦੇ ਘੋੜੇ 'ਤੇ। ਬਾਬਾ ਜੀ ਕਹਿੰਦੇ ਲੋਹੇ ਦੇ ਘੋੜੇ 'ਤੇ, ਕਹਿਣਗੇ ਜੀ ਸਾਈਕਲ 'ਤੇ। ਬਾਬਾ ਜੀ ਕਹਿੰਦੇ ਚੱਲ ਚੰਗਾ, ਕੋਈ ਤਕੜਾ ਹੋ ਕੇ ਸੰਗਤ ਕਰ, ਸਮਾਂ ਆਵੇਗਾ। ਲੈ ਬਈ ਜੇ ਐਂ ਜੁੜਿਆ ਰਿਹਾ ਸੰਗਤ ਕਰਦਾ ਰਿਹਾ ਗੋਲਾ ਬਣ ਕੇ, ਹੁਣ ਤਾਂ ਸਾਈਕਲ 'ਤੇ ਐਂ ਫਿਰ ਜਹਾਜ਼ਾਂ 'ਤੇ ਸੈਰ ਕਰਿਆ ਕਰੇਗਾ। ਬਾਬਾ ਜੀ ਦੇ ਦਿੱਲੀ ਦੀਵਾਨ ਅਤੇ ਸਿਆਟ ਵਾਲੇ ਮਹਾਂਪੁਰਸ਼ ਸਾਈਕਲ 'ਤੇ ਗਏ ਦਿੱਲੀ ਨੂੰ ਸਾਈਕਲ 'ਤੇ। ਬਾਬਾ ਜੀ ਨੇ ਆਖਿਆ ਮੀਆਂ ਸਾਹਿਬ ਕਾਹਦੇ 'ਤੇ ਆਏ,
ਕਹਿਣ ਲੱਗਾ ਜੀ ਲੋਹੇ ਦੇ ਘੋੜੇ ਤੇ। ਕਹਿੰਦੇ ਅੱਛਾ ਐਡੀ ਦੂਰ? ਕਹਿੰਦੇ ਜੀ ਤੁਹਾਡੀ ਮਿਹਰ ਆ, ਥਕਾਵਟ ਹੁੰਦੀ ਹੀ ਨਹੀਂ, ਛੋਲੇ ਬਣਾ ਕੇ ਦਾਲ ਦਾਲ ਚ ਪਾ ਲਈਦੀ ਆ, ਨਾਲੇ ਪੈਡਲ ਵਾਲੇ ਨਾਲੇ ਪਾੜ ਕਰਦੇ ਤੇ ਨਾਲੇ ਚੱਬਦੇ ਜਾਈਦੇ, ਕਿਸੇ ਦੁਕਾਨ ਤੇ ਗਏ ਹੀ ਨਹੀਂ। ਉੱਥੇ ਜਾ ਕੇ ਉਤਰੇ, ਕਮਾਈਆਂ ਖਿੱਚ ਆ, ਪ੍ਰੇਮ ਹੈ ਗੁਰਮੁਖਾਂ ਦੇ ਵਿੱਚ ਦੀ ਸ਼ਕਤੀ ਵਰਤਦੀ ਹੈ, ਹੋਰ ਕਿਤੇ ਦਰਖਤਾਂ ਵਿੱਚ ਦੀ ਵਰਤਦੀ ਹੈ ਜਾਂ ਕਾਂ ਕੁੱਤਿਆਂ ਵਿੱਚ ਦੀ ਵਰਤਦੀ, ਗੁਰਮੁਖਾਂ ਵਿੱਚ ਦੀ ਵਰਤਦੀ ਹੈ। ਅੱਜ ਤੱਕ ਜਿਹੜੀ ਵਰਤੀ ਸ਼ਕਤੀ ਗੁਰਮੁਖਾਂ ਵਿੱਚ ਵੀ ਵਰਤੀ ਵਰਤੀ ਤੇ ਬਾਬਾ ਜੀ ਰਾੜਾ ਸਾਹਿਬ ਤੋਂ ਆ ਰਹੇ ਸੀ, ਇਹ ਸਿਆਹ ਡਾਲੇ ਅੱਡਣ ਮੁੰਡੇ ਨੌ ਦਸ ਤੇ ਮਾਲ ਚਾਰਦੇ ਤੇ ਪਾਣੀ ਛਿੜਕਣ ਲੱਗ ਗਏ ਤੇ ਇੱਕ ਪ੍ਰੇਮੀ ਘੋੜੀ ਤੇ ਜਾ ਰਿਹਾ ਸੀ, ਟਿੰਡ ਸੀ ਉਹਦੇ ਵਿੱਚ। ਉਹ ਕਹਿੰਦੇ ਕਰਮਾਂ ਵਾਲਿਓ, ਬਾਬਾ ਨੰਦ ਸਿੰਘ ਬ੍ਰਹਮ ਗਿਆਨੀ ਨੇ ਲੰਘਣਾ ਇੱਥੋਂ ਨਹੀਂ, ਨਹਿਰੇ ਨਹਿਰ ਕਰ ਲਓ ਦਰਸ਼ਨ, ਕਰ ਲਏ ਦਰਸ਼ਨ ਪਿੰਡਾਂ 'ਚ, ਲੋਕ ਨਹਿਰ 'ਤੇ ਖੜ ਗਏ। ਬਾਬਾ ਜੀ ਦਰਸ਼ਨ ਸਮਾਂ ਚੰਗਾ ਸੀ, ਸਾਧੂ ਬਿਰਲੇ ਪੂਰੇ ਸੀ ਅਤੇ ਉਸ ਟਾਈਮ 'ਤੇ ਸਿਆਹ ਟਾਲੇ ਦਾ ਸੱਤ ਅੱਠ ਮੁੰਡਿਆਂ ਦਾ ਫੁਰਨਾ ਬਣ ਗਿਆ ਵੀ ਉੱਥੇ ਕਿ ਜੇ ਰੇਤਾ ਅਤੇ ਵੀ ਪਾਣੀ ਛਿੜਕਦੀ, ਚਾਹ ਵਾਲੇ ਬਰਤਨ ਪਤੀਲੀਆਂ ਸੀ, ਪਾਣੀ ਛਿੜਕਣ ਲੱਗ ਗਿਆ, ਪਾਣੀ ਜ਼ਿਆਦਾ ਛਿੜਕਿਆ ਗਿਆ। ਮਰਸਰੀ ਗੱਡੀ ਸੀ ਬ੍ਰਹਮ ਗਿਆਨੀ ਬਾਬਾ ਜੀ ਦੀ, ਮਹਾਰਾਜੇ ਪਟਿਆਲੇ ਦੀ ਗੱਡੀ ਭਾਰੀ ਸੀ ਅਤੇ ਗੱਡੀ ਸਲਿੱਪ ਕਰਨ ਲੱਗ ਗਈ ਅਤੇ ਡਰਦੇ ਭਾਈ ਤੁਰੇ, ਹਜ਼ੂਰ ਗੱਡੀ 'ਚ ਉੱਤਰ ਖੜ੍ਹੇ। ਉਹ ਗੁਰਮੁਖੋ ਭੱਜੀ ਦਾ ਨਿੰਦਾ ਸਾਧੂ ਮੂਹਰੇ, ਦਰਸ਼ਨ ਕਰੀਦੇ ਆਓ, ਪ੍ਰਸ਼ਾਦ ਲਵੋ। ਮੁੜਿਆ ਬਾਬਾ ਜੀ ਕਹਿੰਦੇ ਪ੍ਰਸ਼ਾਦ ਫੇਰ ਦਿੰਦੇ, ਪਹਿਲਾਂ ਧੱਕਾ ਲਓ ਗੱਡੀ ਬਾਹਰ ਕੱਢੋ। ਧੱਕਾ ਲਾਇਆ ਗੱਡੀ ਬਾਹਰ ਕੱਢੀ, ਇਹ ਰੱਬ ਦਾ ਖੇਲ ਹੈ, ਐਸਾ ਚੰਗਾ ਹੀ ਹੈ, ਇਹ ਕਰਮ ਨਾਲ ਸੰਯੋਗ ਜੁੜਦਾ ਇਹੋ ਜਿਹੀਆਂ ਗੱਲਾਂ ਦਾ। ਜਦ ਗੱਡੀ ਬਾਹਰ ਕੱਢੀ, ਬਾਬਾ ਜੀ ਨੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ, ਬਾਬਾ ਜੀ ਨੇ ਇਸ਼ਾਰਾ ਕੀਤਾ ਕਿਹਨੇ ਪਾਣੀ ਜ਼ਿਆਦਾ ਛਿੜਕਿਆ, ਉਹ ਦੂਜੇ ਮੁੰਡਿਆਂ ਨੇ ਆਪ ਦੀ ਬਚਤ ਵਾਸਤੇ ਸਿਆਹ ਟਾਲਣ ਦਾ ਨਾਂ ਲੈਤਾ ਵੀ ਸ਼ਿਕਾਇਤ ਇਹਦੀ ਲਾ ਦਿੰਦੀ, ਗੱਲ ਬਿਲ ਕੈਸੀ ਬਣ ਜਾਂਦੀ ਗੱਲ। ਜੇ ਹੋਰ ਕੋਈ ਕਹੇ ਤਾਂ ਅਗਲਾ ਕਹਿੰਦਾ ਤੇਰੇ ਜਵਾੜੇ ਕੱਢ ਦੂੰ ਤੂੰ ਇੰਨਾ ਪਾਣੀ ਛਿੜਕਦਾ, ਫਰਕ ਹੈ ਨਾ ਬ੍ਰਹਮ ਗਿਆਨੀ ਦੀ ਗੱਲ ਦਾ। ਅਤੇ ਕੀ ਆਖਿਆ ਕਿਹਨੇ ਪਾਣੀ ਜ਼ਿਆਦਾ ਛਿੜਕਿਆ, ਦੂਜੇ ਮੁੰਡੇ ਕਹਿੰਦੇ ਜੀ ਇਹਨੇ ਛਿੜਕਿਆ ਜ਼ਿਆਦਾ। ਬਾਬਾ ਜੀ ਕਹਿੰਦੇ ਕਾਕਾ ਤੇਰਾ ਨਾਂ ਕੀ ਆ? ਕਹਿਣ ਲੱਗਾ ਜੀ ਮੇਰਾ ਨਾਮ ਮੀਹਾਂ ਸਿਆ। ਬਾਬਾ ਜੀ ਹੱਸ ਕੇ ਕਹਿੰਦੇ ਮੀਹਾਂ ਸਿਆ ਮੀਂਹ ਯਾਰ ਥੋੜ੍ਹਾ ਪਾਉਣਾ ਸੀ, ਚਰਨ ਫੜ ਕੇ ਕਹਿੰਦੇ ਜੀ ਭੁੱਲ ਗਏ। ਬਾਬਾ ਜੀ ਕਹਿੰਦੇ ਆ ਜਾ ਤੇਰੇ ਦੁੱਗਣਾ ਪ੍ਰਸ਼ਾਦ ਦਿੰਦੇ, ਦੁੱਗਣਾ ਪ੍ਰਸ਼ਾਦ ਦੇ ਕੇ। ਬਾਬਾ ਜੀ ਕਹਿੰਦੇ ਕੋਈ ਨਹੀਂ ਕੋਈ ਨਹੀਂ। ਕਹਿਣ ਲੱਗਾ ਜੀ ਗਲਤੀ ਹੋ ਗਈ ਜ਼ਿਆਦਾ ਛਿੜਕਿਆ ਗਿਆ। ਨਹੀਂ ਨਹੀਂ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ, ਚੰਗਾ ਤੂੰ ਸਾਡੇ ਮੂਹਰੇ ਪਾਣੀ ਛਿੜਕਿਆ, ਲੋਕ ਤੇਰੇ ਮੂਹਰੇ ਵੀ ਪਾਣੀ ਛਿੜਕਿਆ ਕਰਨਗੇ। ਸਰਕਾਰੀ ਗੱਡੀ ਗਿਆਨੀ ਜੈਲ ਸਿਓ ਬੂਟਾ ਸਿਓ ਕਾਂਗਰਸ ਸਰਕਾਰ ਦੇ ਸਮੇਂ 'ਚ ਲੁਧਿਆਣੇ ਸਿਆਹਠ ਵਾਲਿਆਂ ਦੀ ਗੱਡੀ ਸਿਆਹਠ ਤੋਂ ਲੱਗ ਕੇ ਪਾਣੀ ਛਿੜਕਦੀ ਜਾਂਦੀ ਹੁੰਦੀ ਸੀ। ਚੰਦਰਮਾਨਾਸ ਹੋ ਜਾਵੇ ਬਾਬਾ ਨੰਦ ਸਿੰਘ ਦਾ ਬੋਲ ਨਾਂਡਲੇ, ਚੰਦਰਮਾਨਾਸੀ ਹੋ ਜਾਵੇ ਸਾਧੂਆਂ ਦਾ ਬੋਲ ਨਾਂਡਲੇ।
ਦੇ ਚੰਦਰਮਾਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾਟ ਦੇ ਚੰਦਰਮਾਨਾਸ ਹੋ ਜਾਵੇ ਬਾਬਾ ਜੀ ਦਾ ਬੋਲ ਨਾਟ ਦੇ ਚਰਜ ਕਥਾ ਸਾਧ ਜਿੰਨਾ ਸਾਧੂਆਂ ਦੀ ਕਥਾ ਵਿਰਲੇ ਵਿਰਲੇ ਸਾਧੂ ਹੈ ਹਰੇਕ ਨਹੀਂ ਉਹ ਸਾਧੂ ਨੋਟਾਂ ਨਾਲ ਨਹੀਂ ਬਣਦਾ ਸਾਧੂ ਵੋਟਾਂ ਨਾਲ ਨਹੀਂ ਬਣਦਾ ਸਾਧੂ ਸੋਟਿਆਂ ਨਾਲ ਨਹੀਂ ਬਣਦਾ ਸਾਧੂ ਦਿੱਲੀ ਸਰਕਾਰ ਨਾਲ ਨਹੀਂ ਬਣਦਾ ਜੇ ਸਾਧੂ ਬਣਦਾ ਤਾਂ ਨਿਰਮਲ ਕਰਮਾਂ ਨਾਲ ਬਣਦਾ ਸਾਰਾ ਸੁਖਮਨੀ ਸਾਹਿਬ ਪੜ੍ਹ ਲਓ ਮਗਰੋਂ ਗੁਰੂ ਮਹਾਰਾਜ ਕਹਿੰਦੇ ਜੇ ਸਾਧੂ ਕੋਲ ਜਾਣਾ ਹੋਇਆ ਸਾਧ ਨਾਮ ਨਿਰਮਲ ਤਾਂ ਕਿ ਕਰਮ ਜੇ ਸਾਧੂ ਦੇ ਨਿਰਮਲ ਕਰਮ ਹੈ ਤਾਂ ਦੂਜਾ ਦਰਸ਼ਨ ਕਰਕੇ ਉਹਦੇ ਵੀ ਨਿਰਮਲ ਕਰਮ ਬਣ ਸਕਦੇ ਹੈ ਬਾਬਾ ਜੀ ਨੂੰ ਆਖਿਆ ਜੀ ਗੱਦੀ ਕਿਹਨੂੰ ਦਿਓਗੇ ਬਾਬਾ ਆਨੰਦ ਸਿੰਘ ਕਹਿੰਦੇ ਨਾ ਗੱਦੀ ਲਈ ਹੈ ਨਾ ਦੇਣੀ ਹੈ ਬਾਬਾ ਜੀ ਕਹਿੰਦੇ ਜਿਹੜਾ ਸਰਦਾ ਦੇ ਨਾਲ ਗੋਲਾ ਬਣ ਕੇ ਸੇਵਾ ਕਰੂੰਗਾ ਬਾਬਾ ਜੀ ਕਹਿੰਦੇ ਉਹੀ ਇਸੇ ਘਰ ਦਾ ਮਾਲਕ ਬਣ ਜਾਊਗਾ ਇਉਂ ਆਖਿਆ ਤੇ ਬਾਬਾ ਜੀ ਦੇ ਤਾਇਆ ਜੀ ਕਹਿਣ ਲੱਗੇ ਬਾਬਾ ਜੀ ਸਰਸੋਂ ਦੇ ਝੋਲੜੀ ਕਹਿੰਦੇ ਜੀ ਮੁੰਡੇ ਨੇ ਤੁਹਾਡੀ ਸੇਵਾ ਬਹੁਤ ਕਰ ਲਈ ਹੈ ਤੁਹਾਡੇ ਕੋਲ ਕਿਹੜਾ ਥੋੜੇ ਭਿੰਗ ਮੈਂ ਇਹਨੂੰ ਆਗਿਆ ਦੇ ਦਿਓ ਬਾਬਾ ਜੀ ਕਹਿੰਦੇ ਨਹੀਂ ਇਹਨੂੰ ਆਗਿਆ ਦੇਣੀ ਕੀ ਕਰਾਉਣਾ ਜਿਹਦਾ ਵਿਆਹ ਕਰਨਾ ਬਾਬਾ ਜੀ ਕਹਿੰਦੇ ਅਸੀਂ ਇਹਦਾ ਵਿਆਹ ਕਰਤਾ ਇਉਂ ਆਖਿਆ
ਉਹ ਕਹਿਣ ਲੱਗਾ ਜੀ ਦਾ ਵਿਆਹ ਕਰ, ਬਾਬਾ ਜੀ ਕਹਿੰਦੇ ਦਾ ਵਿਆਹ ਗੁਰੂ ਨਾਨਕ ਨਾਲ ਕਰ, ਇਹਦਾ ਵਿਆਹ ਗੁਰੂ ਨਾਨਕ ਨਾਲ ਕਰਤਾ ਜੀ। 12 ਕਿੱਲੇ ਪੈਲੀ ਦੇ ਆਉਂਦੇ ਆ, ਪੈਲੀ ਕਿੱਧਰ ਜਾਊਗੀ, ਜਿੱਲ ਗੋਤ ਹੈ, ਜੱਟ ਹੈ, ਜੱਟ ਪਿੰਡਾਂ 'ਚ ਮੰਗਦਾ ਨਹੀਂ ਹੁੰਦਾ, ਭੁੱਖਾ ਮਰ ਜੂ ਅਤੇ ਮਗਰੋਂ ਤੁਹਾਥੋਂ ਆਪ ਜੀ ਦੀ ਉਮਰ ਤਾਂ ਸਮਾਂ ਨਿਰਮਲ ਹੋ ਚੁੱਕਾ ਹੈ, ਅਤੇ ਤੁਹਾਥੋਂ ਮਗਰੋਂ ਕੀ ਕਰੂ। ਬਾਬਾ ਜੀ ਗੰਭੀਰਤਾ ਵਿੱਚ ਬਾਬਾ ਜੀ ਕਹਿੰਦੇ ਸਾਥੋਂ ਮਗਰੋਂ ਕੀ ਜੀ, ਤੁਹਾਥੋਂ ਮਗਰੋਂ ਫਿਰ ਪਿੰਡਾਂ 'ਚ ਠੂਠਾ ਫੜ ਕੇ ਮੰਗਦਾ ਫਿਰੂ। ਬਾਬਾ ਜੀ ਕਹਿੰਦੇ ਗੁਰਮੁਖਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, ਇਹਨੇ ਸਾਡੇ ਸਰੀਰ ਦੀ ਸੇਵਾ ਕੀਤੀ ਹੈ, ਮੈਂ ਤਾਂ ਇਕੱਲੇ ਇਕੱਲੇ ਦੇ ਨਾਲ ਗੱਲਾਂ ਕੀਤੀਆਂ, ਇਕੱਲੇ ਇਕੱਲੇ ਨੂੰ ਬਚਨ ਬਲਾਸ ਕੀਤੇ ਆ। ਇਹ ਉਹ ਆਖਿਆ ਕਿਹਾ ਤਾਂ ਬਾਬਾ ਜੀ ਨੇ, ਬਾਬਾ ਜੀ ਕਹਿੰਦੇ ਮੈਂ ਤਾਂ ਇਕੱਲੇ ਇਕੱਲੇ ਨਾਲ ਮਗਜ ਮਾਰਿਆ। ਇਹ ਉਹ ਆਖਿਆ ਇਕੱਲੇ ਇਕੱਲੇ ਨਾਲ, ਬਾਬਾ ਜੀ ਕਹਿੰਦੇ ਜਦੋਂ ਦੁਆਨ 'ਚ ਬੈਠਿਆਗਾ ਸਮਾਂ ਆ ਰਿਹਾ, ਜਦੋਂ ਦੁਆਨ 'ਚ ਬੈਠੇਗਾ ਜਿਹੜਾ ਇਹਦੇ ਦਰਸ਼ਨ ਕਰੇਗਾ, ਬਚਨ ਸੁਣੇਗਾ, ਸਾਰਿਆਂ ਨੇ ਦੁਆਨ 'ਚ ਬੈਠੇ ਇਕੱਠਿਆਂ ਨੇ ਗੱਲਾਂ ਕਰ ਲਿਆ ਕਰੂ। ਜਿਹੜਾ ਇਹਦੇ ਦਰਸ਼ਨ ਕਰ ਲਊਗਾ ਝੋਲੀਆਂ ਭਰ ਦਿਆ ਕਰੂ ਸਾਰਿਆਂ ਦੇ। ਇਉਂ ਵਚਨ ਕੀਤਾ। ਇਹ ਜਿਹੜੀ ਆਹ ਟਕਸਾਲ ਬਹੁਤ ਵੱਡੀ ਗੁਰੂ ਨਾਨਕ ਦੇ ਘਰ ਦੀ, ਠੀਕ ਆ ਸਭ ਚੰਗੇ ਆ, ਨਿੰਦਿਆ ਤਾਂ ਨਿੰਦਕ ਦੀ ਵੀ ਮਾੜੀ ਹੈ, ਪਰ ਜਿਹੜਾ ਗੁਰੂ ਨਾਨਕ ਦਾ ਦਰਬਾਰ ਨਾ ਦਰਬਾਰ ਹੈ, ਕੋਈ ਪੂਰਵਰਾ ਗਿਆਨੀ ਜੀ ਦਾ ਜਾ ਗਿਆ, ਗਿਆਨੀ ਜੀ ਬਹੁਤ ਸਾਧੂਆਂ ਕੋਲ ਜਾਂਦੇ ਦੱਸਦੇ ਹੁੰਦੇ ਸੀ, ਬੋਲਾਂ ਨੇ ਤਾਂ ਗਿਆ, ਬੋਲਾਂ ਨੇ ਤਾਂ ਗਿਆ, ਸਾਧੂਆਂ ਕੋਲੇ ਗਿਆ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਪਰ ਇੱਥੇ ਫਿਰ ਪਿਛਲੇ ਜਨਮ ਦਾ ਸੰਯੋਗ, ਜਦੋਂ 1978 'ਚ ਦਾਸ ਨੂੰ ਦਰਸ਼ਨ ਹੋਏ ਨਾ, ਅਤੇ ਬਾਬਾ ਜੀ ਕਹਿੰਦੇ ਭਗਤੀ ਕਰੋ ਤੇ ਭਗਤੀ ਕਰਾਓ, ਆਪਾਂ ਦੀਵਾਨ ਲਾਵਾਂਗੇ, ਲੱਖਾਂ ਸੰਗਤਾਂ ਆਉਣਗੀਆਂ, ਪ੍ਰਦੱਖ ਵਚਨ ਕਰਦੇ ਸੀ। ਅਤੇ ਦਾਸ ਦਾ ਫੁਰਨਾ ਬਣਿਆ ਵੀ ਬਾਬਾ ਜੀ ਦੇ ਸਮੇਂ ਅੰਦਰ ਇੰਨੇ ਇੰਨੇ ਬਿਘਮ ਹੁੰਦੇ ਸੀ ਦੀਵਾਨ ਲੱਗਦੇ। ਬਾਬਾ ਜੀ ਕਹਿੰਦੇ ਜਿਹੜੇ ਮੇਰੇ ਨਾਲ ਰਹੇ ਸੀ ਨਾ, ਇੱਕ ਉਹਨਾਂ ਦਾ ਜਨਮ ਰਹਿੰਦਾ ਹਜੇ ਭਗਤੀ ਕਰਨ ਦਾ, ਉਹ ਜਨਮ ਧਾਰ ਕੇ ਤੇਰੇ ਕੋਲ ਆ ਰਹੇ ਆ। ਇਉਂ ਬਚਨ। ਅਤੇ ਉਹਨਾਂ ਦੇ ਵਿੱਚ ਉਹ ਗਿਆਨੀ ਜੀ ਵੀ ਹੋਣਗੇ। ਵੇਖੋ ਜਿਹੜੇ ਬਾਬਾ ਜੀ ਦੀ ਮੋਹਰ ਲੱਗੀ ਸੀ ਬਾਬਾ ਨਾਲ, ਕਹਿੰਦੇ ਇੱਕ ਇੱਕ ਜਨਮ ਉਹਨਾਂ ਦਾ ਰਹਿੰਦਾ ਜਿਹੜੇ ਮੇਰੇ ਕੋਲ ਰਹੇ ਸੀ, ਇੱਕ ਜਨਮ ਕਈਆਂ ਦਾ ਰਹਿੰਦਾ। ਬਾਬਾ ਜੀ ਕਹਿੰਦੇ ਉਹ ਜਨਮ ਧਾਰ ਕੇ ਤੇਰੇ ਕੋਲ ਆ ਰਹੇ ਆ, ਉਹ ਫਿਰ ਮੇਲ ਹੋ ਜਾਂਦਾ। ਕੌਣ ਜਾਣੇ ਇਸ ਗੱਲ ਨੂੰ, ਚਾਰ ਸਾਹਿਬਜ਼ਾਦੇ ਪੰਜ ਪਿਆਰੇ ਨੰਦੇੜ ਦੀ ਧਰਤੀ 'ਤੇ ਰਹਿੰਦੇ ਸੀ, ਰਿਖੀ ਸੀ ਉਦੋਂ, ਦਸਵੇਂ ਪਾਤਸ਼ਾਹ ਵੀ ਉਦੋਂ ਸਤਯੁਗ ਦੇ ਦੁਆਬਰ ਵਿੱਚ ਉੱਥੇ ਰਿਖੀ ਸੀ, ਗੌਤਮ ਰਿਖੀ ਦੀ ਜਗ੍ਹਾ 'ਤੇ। ਦੇਖੋ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਉੱਥੇ ਰਹਿੰਦੇ ਸੀ, ਨੌ ਰਿਖੀਆਂ ਦੇ ਨਾਂ ਨੰਦੇੜ ਵੱਜਿਆ। ਨੰਦੇੜ ਤਾਂ ਕਹਿੰਦੇ ਧਰਤੀ ਨੂੰ ਨੰਦੇੜ ਸਾਹਿਬ, ਵੀ ਨੌ ਰਿਖੀਆਂ ਦੀ ਧਰਤੀ ਹੈ। ਗੋਦਾਵਰੀ ਕਹਿੰਦੇ ਉੱਥੇ ਗਊ ਦੀ ਪੂਜਾ ਹੁੰਦੀ, ਗਾਇਤਰੀ ਦੀ, ਗੋਦਾਵਰੀ ਤਾਂ ਤੀਰਥ ਬਣਿਆ, ਗੌਤਮ ਰਿਖੀ ਪੂਜਾ ਕਰਦਾ ਸੀ, ਨੌ ਰਿਖੀ ਸੀ। ਅਤੇ ਦਸਵੇਂ ਪਾਤਸ਼ਾਹ ਇਹਨਾਂ ਨੇ ਰਾਇ ਕੀਤੀ, ਦਸਵੇਂ ਪਾਤਸ਼ਾਹ ਕਹਿੰਦੇ ਮੈਂ ਹੇਮਕੁੰਡ ਦੀ ਧਰਤੀ 'ਤੇ ਜਾ ਕੇ ਤਪੱਸਿਆ ਕਰੂੰ,
ਤੇ ਫਿਰ ਅਸੀਂ ਗੁਰੂ ਜੀ ਕਹਿੰਦੇ ਸਮੇਂ ਸਮੇਂ ਦੇ ਨਾਲ ਤੁਹਾਨੂੰ ਮੰਗਾਇਆ ਜਾਊਗਾ। ਸਮੇਂ ਨਾਲ ਮੰਗਾਇਆ, ਇਹ ਚਾਰ ਸਾਹਿਬਜ਼ਾਦੇ ਨੇ ਜਨਮ ਧਾਰਨ ਕੀਤਾ ਘਰੇ, ਤੇ ਪੰਜ ਪਿਆਰੇ ਸਿਰ ਲੱਥ ਖਾਲਸਾ ਸਾਜਿਆ। ਜਿਹੜੇ ਚਾਰ ਸਾਹਿਬ ਤੇ ਪੰਜ ਪਿਆਰੇ ਇਹ ਨੌ ਰਿਖੀ ਆ ਹਜ਼ੂਰ ਸਾਹਿਬ ਦੇ, ਇਹਨਾਂ ਦੇ ਨਾਂ ਤੇ ਨੰਦੇੜ ਧਰਤੀ ਵੱਜਦੀ ਹੈ, ਨੰਦੇੜ ਦੀ ਧਰਤੀ। ਹਜ਼ੂਰ ਸਾਹਿਬ ਇਹ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਹਜ਼ੂਰ ਹਾਜ਼ਰ, ਚੌਵੀ ਘੰਟੇ ਸੱਚਖੰਡ ਵਿੱਚ ਸਾਹਿਬ, ਸਾਹਿਬ ਹਾਜ਼ਰ ਦਾ ਨਾਂ ਹਜ਼ੂਰ ਸਾਹਿਬ ਬਣਿਆ, ਨੌ ਰਿਖੀਆਂ ਦਾ ਨਾਂ ਨੰਦੇੜ ਸਾਹਿਬ। ਗਦਾਵਰੀ ਦੇ ਚਾਰ ਚੁਫੇਰੇ ਜਿੰਨੇ ਗੁਰਦੁਆਰੇ ਆ ਇਹ ਸਾਰੇ ਚਾਰ ਸਾਹਿਬਜ਼ਾਦਿਆਂ ਦੇ, ਪੰਜ ਪਿਆਰਿਆਂ ਦੇ, ਨੌ ਰਿਖੀਆਂ ਦੀ ਜਗ੍ਹਾ। ਕੌਣ ਇਸ ਰਮਜ ਨੂੰ ਜਾਣੇ? ਗੁਰੂ ਮਹਾਰਾਜ ਨੇ ਲਿਖਿਆ ਆਪਣੀ ਕਲਮ ਦੇ ਨਾਲ, ਭਵਿੱਖਤ ਬਾਣੀ ਕੀਤੀ ਕਥਾ, ਹਰੇਕ ਗੱਲ ਨੂੰ ਜਾਣ ਨਹੀਂ ਸਕਦਾ। ਸਰਕਾਰ ਨੂੰ ਵੀ ਨਹੀਂ ਪਤਾ ਲੱਗਿਆ ਵੀ ਨੰਦੇੜ ਕਿਉਂ ਕਹਿੰਦੇ ਆ, ਇਹ ਤਾਂ ਗੁਰੂ ਮਹਾਰਾਜ ਨੇ ਦੱਸਿਆ ਵੀ ਨੌ ਰਿਖੀ ਚਾਰ ਸਾਹਿਬਜ਼ਾਦੇ ਦੇ ਪੰਜ ਪਿਆਰੇ, ਉਸ ਲਈ ਰਮਜ ਨੂੰ ਉਹੀ ਜਾਣ। ਇਵੇਂ ਹੁਣ ਗਿਆਨੀ ਜੀ ਪਹਿਲੇ ਦਿਨ ਟਰਾਲੀ 'ਤੇ ਲੈ ਕੇ ਗਏ, ਅਤੇ ਆਕੜਿਆ ਪਿਆ ਸਰੀਰ ਅਤੇ ਢਿੱਲਾ ਕਮਜ਼ੋਰ। ਇੱਕ ਪ੍ਰੇਮੀ ਨੇ ਭਾਈ ਰੂਪੇ ਦਾ, ਇੱਥੇ ਵੀ ਕੱਲ੍ਹ ਵੀ ਪ੍ਰੇਮੀ ਆਇਆ ਸੀ ਪਰਸੋਂ, ਉਹਨੇ ਲੱਤਾਂ ਥੱਲੇ ਹੱਥ ਪਾ ਕੇ, ਗਿੱਚੀ ਥੱਲੇ ਹੱਥ ਪਾ ਕੇ ਸਾਡੇ ਮੂਹਰੇ ਰੱਖਿਆ ਸੀ ਟਰਾਲੀ 'ਚੋਂ ਕੱਢ ਕੇ। ਗਿਆਨੀ ਜੀ ਨੂੰ ਬਾਲਾ ਕਮਜ਼ੋਰ ਸੀ, ਅਤੇ ਪਹਿਲੇ ਦਿਨ ਹੀ ਗਿਆਨੀ ਜੀ ਕਹਿੰਦੇ ਮੈਨੂੰ ਪਹਿਲੇ ਦਿਨ ਹੀ ਪਤਾ ਲੱਗ ਗਿਆ ਜਿੱਥੇ ਆਉਣਾ ਸੀ ਆ ਗਿਆ। ਕਹਿੰਦੇ ਮੇਰੇ ਅੰਦਰੋਂ ਆਵਾਜ਼ ਆਈ ਵੀ ਜਿੱਥੇ ਆਉਣਾ ਸੀ ਤੂੰ ਆ ਗਿਆ। ਬਸ ਚਾਰ ਪੰਜ ਦਿਨ ਠੀਕ ਹੋ ਗਏ, ਪੰਦਰਵੇਂ ਦਿਨ ਤੇ ਗੁਰਮੁਖ ਟਰਾਲੀ ਤੋਂ ਸੀਮਿੰਟ ਦੀ ਬੋਰੀ ਲਾਹੁਣ ਲੱਗ ਗਿਆ, ਵੇਖੋ ਕਿੱਡੀ ਵੱਡੀ ਬਖਸ਼। ਅਤੇ 34 ਸਾਲ ਗੁਰੂ ਦੀ ਮਿਹਰ ਦਾ ਸਦਕਾ ਗੁਰੂ ਨਾਨਕ ਦੇ ਘਰ ਦਾ ਗੋਲਾ ਬਣ, ਜ਼ਿੰਦਗੀ ਦੇ ਵਿੱਚ ਤੁਸੀਂ ਬੈਠੇ, ਜ਼ਿੰਦਗੀ ਜਾ ਰਹੀ, ਤੁਰੀ ਜਾ ਰਹੀ ਹੈ। ਕਰਮਾਂ ਵਾਲਿਆਂ ਨੂੰ 34 ਸਾਲ ਮਿਲਦੇ ਗੁਰੂ ਨਾਨਕ ਦੇ ਘਰ ਦੀ ਸੇਵਾ ਨਹੀਂ, ਮੋਹ ਦੀਆਂ ਤੰਦੀਆਂ। ਬੰਦਾ ਦੋ ਦਿਨ ਇੱਕ ਰਾਤ ਔਖਾ, 200 ਬਹਾਨੇ ਬਣ ਜਾਂਦੇ ਆ, ਉਹ ਬਹਾਨਾ ਲਾ ਦਿਆਂਗੇ ਬਾਬਿਆਂ ਨੂੰ, ਉਹ ਬਹਾਨਾ ਲਾ ਦਿਆਂਗੇ, ਉਹ ਲਾ ਦਿਆਂਗੇ, ਉਹ ਬਸ ਦੀ ਗੱਲ ਹੀ ਨਾ, ਉਹ ਮਾਇਆ ਦਾ ਜਾਲ ਪੈ ਗਿਆ ਨਾ ਜੀਵ 'ਤੇ। ਇਸ ਕਰਕੇ ਕਮਾਈ ਦੀ ਲੋੜ ਹੈ ਗੁਰਮੁਖੋ, ਗਿਆਨੀ ਜੀ ਨੇ ਕਮਾਈ ਕੀਤੀ ਹੈ। ਮੈਂ ਉੱਥੇ ਵਿਚਾਰ ਕਰ ਰਿਹਾ ਸੀ, ਗੁਰੂਆਂ ਦੇ ਤੁਲ ਤਾਂ ਕਿਸੇ ਨੂੰ ਤੁਲ ਨਹੀਂ ਕੀਤਾ ਜਾਂਦਾ, ਪਰ ਗੁਰੂਆਂ ਦਾ ਨਿਸ਼ਾਨਾ ਲੈ ਕੇ ਗੁਰਸਿੱਖਾਂ ਦੇ ਪੂਰਨੇ ਤਾਂ ਪੈ ਜਾਂਦੇ, ਪੂਰਨੇ ਪੈਂਦੇ ਆ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਹਾਡੀ ਕਮਾਈ ਬਹੁਤ ਜ਼ਿਆਦਾ, ਤੁਸੀਂ ਹੁਣ ਆਰਾਮ ਕਰੋ, ਸਰੀਰ ਨਿਰਮਲ ਹੋ ਚੁੱਕਾ। ਬਾਬਾ ਜੀ ਕਹਿੰਦੇ ਜੀ ਘਰੇ ਜਾ ਕੇ ਕੀ ਕਰੂੰ? ਹੁਣ ਗਿਆਨੀ ਜੀ ਨੂੰ ਅਸੀਂ ਆਖਿਆ ਜੀ ਘਰੇ ਜਾ ਵੜੋ, ਕਹਿੰਦੇ ਘਰੇ ਕੀ ਕਰੂੰ? ਮੈਂ ਸਿੱਧਾ ਡਾਕਟਰ ਨੇ ਹੋ ਕੇ ਸਿੱਧਾ ਹੀ ਫੋਨ ਕੀਤਾ 8 ਵਜੇ ਵੀ ਮੈਂ ਆ ਜਾਂਦਾ, ਅਸੀਂ ਆਖਿਆ ਜੀ ਤੁਸੀਂ ਘਰੇ ਤੋਂ ਆਰਾਮ ਕਰ ਲਓ। ਕਹਿੰਦੇ ਘਰੇ ਮੈਂ ਕੀ ਕਰੂੰ? ਕਹਿੰਦੇ ਮੈਂ ਤੁਹਾਡੇ ਕੋਲ ਆਊਂ, ਤੁਸੀਂ ਮਿਹਰ ਕਰੋਗੇ, ਇੱਧਰੋਂ ਕਰੰਟ ਛੱਡ ਦਿਓਗੇ ਪੂਰਾ, ਇਉਂ ਹੀ ਕਿਹਾ। ਮੈਂ ਆਖਿਆ ਕਹਿੰਦੇ ਗੱਡੀ ਭੇਜ ਦਿਓ, ਮੈਂ ਸਿੱਧਾ ਹੀ ਆਜੂ ਕਰਾੜ ਵਾਲੇ। ਮੈਂ ਆਖਿਆ ਤੂੰ ਘਰੇ ਹੋਇਆ? ਉਹ ਕਹਿੰਦੇ ਨਹੀਂ ਘਰੇ ਨਹੀਂ ਹੋਣਾ। ਵੇਖੋ ਘਰੇ ਕੀ ਕਰਨਾ, ਮੋਹ ਹੈ ਹੀ ਨਹੀਂ। ਵੇਖੋ ਸਤਿਗੁਰ ਕਹਿੰਦੇ ਬਾਬਾ ਬੁੱਢਾ ਜੀ, ਬਾਬਾ ਬੁੱਢਾ ਜੀ ਕਹਿੰਦੇ ਘਰੇ ਕੀ ਕਰੂੰ, ਐਵੇਂ ਸੁਰਤੀ ਤੁਰੀ ਫਿਰੂ। ਹੁਣ ਤੁਹਾਡੇ ਦਰਸ਼ਨ ਕਰਦੇ ਹਾਂ। ਛੇਵੇਂ ਪਾਤਸ਼ਾਹ ਕਹਿੰਦੇ ਕੋਈ ਨਹੀਂ ਬਾਬਾ ਜੀ, ਜਦੋਂ ਤੁਸੀਂ ਦਰਸ਼ਨ ਕਰਨੇ ਹੋਏ ਨਾ ਯਾਦ ਕਰਿਓ ਸਾਨੂੰ, ਅਸੀਂ ਪਲਾਂ ਦੇ ਵਿੱਚ ਹੀ ਪਹੁੰਚ ਜਾਵਾਂਗੇ ਤੁਹਾਡੇ ਕੋਲ, ਪਲਾਂ 'ਚ ਪਹੁੰਚ ਜਾਵਾਂਗੇ।
ਬਾਬਾ ਬੁੱਢਾ ਜੀ ਕਹਿੰਦੇ ਅੱਛਾ ਤੁਸੀਂ ਮੇਰੇ ਕੋਲ ਆਓਗੇ? ਕਹਿੰਦੇ ਹਾਂ। ਛੇਵੇਂ ਪਾਤਸ਼ਾਹ ਕਹਿੰਦੇ ਤੁਸੀਂ ਸੇਵਾ ਕਰਕੇ ਰਿਣੀ ਇੰਨਾ ਕਰ ਲਿਆ, ਛੇ ਬਹੁਤ ਵੱਡੀ ਗੱਲ ਹੈ, ਸੋਹਣੀ ਗੱਲ, ਅਸੀਂ ਤੁਹਾਡੇ ਕੋਲ ਆਵਾਂਗੇ। ਬ੍ਰਹਮ ਗਿਆਨੀ ਕੀ ਕਹਿੰਦੇ? ਬਾਬਾ ਜੀ ਕਹਿੰਦੇ ਜੇ ਤੁਸੀਂ ਮੇਰੇ ਕੋਲ ਆਏ ਮੇਰੀ ਮੇਰੇ 'ਤੇ ਮਾਇਆ ਪੈ ਜੂ, ਮੇਰੇ 'ਤੇ ਸਿੱਖ ਗੁਰੂ ਵੱਲ ਨੂੰ ਆਉਂਦਾ ਚੰਗਾ ਲੱਗਦਾ ਹੈ। ਜਦੋਂ ਗੁਰੂ ਵੱਲ ਨੂੰ ਸਿੱਖ ਵੱਲ ਨੂੰ ਗੁਰੂ ਆਵੇ ਤਾਂ ਸਿੱਖ 'ਤੇ ਮਾਇਆ ਪੈ ਜਾਂਦੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਜਿਹੜਾ ਵੀ ਬੰਦਾ ਮਾਇਆ ਪੈ ਜੂ ਇੱਕ ਵਾਰੀ, ਧੰਨ ਬਾਬਾ ਬੁੱਢਾ ਜੀ ਕਹਿ ਜੂ 12 ਕੋ ਮਾਇਆ ਦੂਰ ਹੋ ਜੂ, ਉਹ ਤੋਂ ਇੰਨੀ ਕਮਾਈ ਹੋ ਚੁੱਕੀ ਹੈ ਤੁਹਾਡੇ 'ਤੇ ਮਾਇਆ ਕਿਵੇਂ ਪੈ ਜੂ? ਇਹ ਆਉਂ ਆਖਿਆ ਅਤੇ ਸੇਵਾਦਾਰ ਨੂੰ ਭੇਜਤਾ ਵੀ ਜਾਓ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਯਾਦ ਕੀਤਾ, ਛੇਵੇਂ ਪਾਤਸ਼ਾਹ ਸਣ ਘੋੜੇ ਪਲਾਂ ਦੇ ਵਿੱਚ ਹੀ ਗਏ ਅਤੇ ਉਹ ਟਾਈਮ 'ਤੇ ਬਾਬਾ ਜੀ ਦਾ ਦਰਗਾਹ ਜਾਣ ਦਾ ਸਮਾਂ, ਅਤੇ ਛੇਵੇਂ ਪਾਤਸ਼ਾਹ ਨੇ ਇੱਕ ਥੱਲੇ ਗੋਡਾ ਲਾ ਕੇ ਅਤੇ ਦੋਨੇ ਕੂਹਣੀਆਂ ਲਾ ਕੇ ਬਾਬਾ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਅਤੇ ਦੋਨੇ ਪੈਰ ਫੜ ਕੇ ਸਿਰ ਰੱਖੇ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਨੇਤਰਾਂ 'ਚ ਜਲ ਆਇਆ। ਬਾਬਾ ਜੀ ਕਹਿੰਦੇ ਗੁਰੂ ਜੀ ਚੰਗਾ ਤੇਰੀ ਡਿਊਟੀ ਆ, ਮੈਂ ਤਾਂ ਪਾਪੀ ਹਾਂ, ਕਿਉਂ ਮੈਂ ਇੱਥੋਂ ਉੱਠਿਆ ਨਹੀਂ ਜਾਂਦਾ, ਸਰੀਰ ਆਖੇ ਨਹੀਂ ਲੱਗਦਾ, ਹੁਣ ਸਰੀਰ ਨਹੀਂ ਆਖੇ ਲੱਗਦਾ, ਤੁਹਾਡੀ ਡਿਊਟੀ ਹੈ ਚਾਹੇ ਪੈਰਾਂ ਤੋਂ ਵੜ ਕੇ ਪਾਰ ਕਰਦੇ ਚਾਹੇ ਕੇਸਾਂ ਤੋਂ, ਤੂੰ ਮੈਨੂੰ ਪਾਰ ਕਰਨਾ। ਵਰ ਵੀ ਦਿੱਤਾ ਗੱਦੀ ਦਾ, ਦੇਖੋ ਸਾਰਾ ਕੁਛ ਕੀਤਾ, ਮਾਤਾ ਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਵਰ ਦਿੱਤਾ, ਐਸਾ ਯੋਧਾ ਸੂਰਮਾ ਗੁਰੂ ਪੀਰ ਮਹਾਂਪੁਰਖ ਅਵਤਾਰ ਧਾਰੇਗਾ, ਗੰਢੇ ਤੇ ਮੁੱਖੀ ਮਾਰ ਕਹਿੰਦੇ ਐਂ ਜਾਲਮਾਂ ਦੇ ਸਿਰ ਭੰਨੇਗਾ, ਵਰ ਦੇ ਕੇ ਤੇ ਕਿੰਨੀ ਹੋਮਾਂ ਨੂੰ ਮਾਰਿਆ ਨਹੀਂ। ਬੰਦਾ ਮਾੜੀ ਜੀ ਗੱਲ ਹੈ, ਮੈਂ ਛੋਟਾ ਹੈ, ਮੇਰੀ ਪੁਜੀਸ਼ਨ 'ਚ ਫਰਕ ਪੈਂਦਾ। ਦੇਖੋ ਕਹਿੰਦੇ ਬਾਬਾ ਜੀ ਕੀ ਆਖਿਆ ਬਾਬਾ ਜੀ? ਬਾਬਾ ਜੀ ਕਹਿੰਦੇ ਚਾਹੇ ਪੈਰਾਂ ਤੋਂ ਫੜ ਕੇ ਚਾਹੇ ਕੇਸਾਂ ਤੋਂ ਪਾਰ, ਤੂੰ ਕਰਨ ਪਾਰ। ਤੇ ਛੇਵੇਂ ਪਾਤਸ਼ਾਹ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਬਰਾਦੀ ਤਰਿਆ ਰੇ, ਉਹ ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ, ਤੁਸੀਂ ਤਾਂ ਪਹਿਲੇ ਹੀ ਪਾਰ ਆ, ਸੇ ਫਿਰ ਗਰਭ ਪਾਸ ਨਾ ਭਰਿਆ। ਛੇਵੇਂ ਪਾਤਸ਼ਾਹ ਸਰਾਣੇ ਕੋਲ ਬਹਿ ਗਏ, ਬਾਬਾ ਜੀ ਦਾ ਮੱਥਾ ਘੁੱਟਣ ਲੱਗ ਗਏ। ਘੁੱਟਦਿਆਂ ਘੁੱਟਦਿਆਂ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਅਸੀਂ ਖੁਸ਼ ਜ਼ਿਆਦੇ ਹਾਂ ਅਤੇ ਸਮਾਂ ਤੁਹਾਡਾ ਆ ਗਿਆ, ਲਾਸਟ ਕੁਛ ਮੰਗ ਲਓ। ਬਾਬਾ ਬੁੱਢਾ ਜੀ ਕਹਿੰਦੇ ਵੀ ਦੋ ਮੰਗਾਂ, ਬ੍ਰਹਮ ਗਿਆਨੀ ਹੋਵੇ ਅਤੇ ਲਾਦ ਮਾੜੀ ਹੋਵੇ, ਅਤੇ ਬ੍ਰਹਮ ਗਿਆਨੀ ਨੂੰ ਕੇਰਾਂ ਨਰਕਾਂ ਵਿੱਚ ਜਾਣਾ ਪੈਂਦਾ, ਅਤੇ ਆਮ ਲੋਕ ਵੱਲ ਤਾਂ ਵੇਖ ਲਓ ਬਈ, ਆਮ ਪਿੰਡਾਂ ਦੇ ਬੰਦੇ ਤਾਂ ਉਹਦੀ ਲਾਦ ਮਾੜੀ ਹੋਵੇ ਤਾਂ ਕਿੱਥੇ ਪਹੁੰਚੂ। ਛੇਵੇਂ ਪਾਤਸ਼ਾਹ ਕਹਿੰਦੇ ਭਲਾ ਬ੍ਰਹਮ ਗਿਆਨੀ ਹੋਵੇ, ਬ੍ਰਹਮ ਗਿਆਨੀ ਦੇ ਫਰ ਜਾਂ ਚੇਲੇ ਮਾੜੇ ਹੋਣ ਅਤੇ ਜਾਂ ਉਹਦੀ ਲਾਦ ਮਾੜੀ ਹੋਵੇ, ਕਹਿੰਦੇ ਕੇਰਾਂ ਨਰਕਾਂ ਵੀ ਨਹੀਂ ਜਾਣਾ ਪੈਂਦਾ। ਛੇਵੇਂ ਪਾਤਸ਼ਾਹ ਕਹਿੰਦੇ ਜੀ ਤੁਸੀਂ ਮੈਨੂੰ ਮੁਤਾਵਰੇ ਤਾਂ ਦੇਈ ਜਾਂਦੇ ਹਾਂ, ਪਰ ਮੈਨੂੰ ਡਰ ਹੈ
ਆ ਮੇਰਾ ਪੁੱਤਰ ਖੜਾ, ਆ ਪੋਤਰਾ ਖੜਾ, ਮੰਗ ਇੱਕੋ ਹੀ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੀ ਬਾਂਹ ਫੜ। ਬਹੁਤ ਵੱਡੀ ਗੱਲ, ਕਿਉਂ ਕਰਿਆ? ਆਪਾਂ ਵੀ ਕਰਿਆ ਕਰੋ। ਬਾਬਾ ਜੀ ਕਹਿੰਦੇ ਸਨ, ਪਿਆਓ ਕੁਛ ਨਾ ਪੁੱਤ ਨੂੰ ਦੇਵੇ, ਪਲਾਟ ਨਾ ਦੇਵੇ, ਜ਼ਮੀਨ ਨਾ ਦੇਵੇ, ਪੈਸੇ ਨਾ ਦੇਵੇ, ਇੱਕ ਚੀਜ਼ ਦੇ ਕੇ ਜਾਵੇ। ਕਿਸੇ ਚੰਡੇ ਵੇ ਸਾਧੂ ਦੀ ਸੰਗਤ ਮਰਦਾ ਮਰਦਾ ਕਿਸੇ ਮਹਾਂਪੁਰਖ ਦੇ ਲੜ ਲਾ ਕੇ ਜਾਵੇ। ਤੂੰ ਵੀ ਤਰੇਗਾ, ਤੇਰਾ ਪੁੱਤ ਵੀ ਤਰੂ, ਤੇਰਾ ਪੋਤਾ ਵੀ ਤਰੂ, ਤੇਰੀਆਂ ਕੁਲਾਂ ਤਰ ਜਾਣਗੀਆਂ। ਤੁਰਿਆ ਜਾਂਦਾ ਜਾਂਦਾ ਪਿਓ ਆਪਣੇ ਪੁੱਤ ਨੂੰ ਕਿਸੇ ਚੰਗੇ ਸਾਧੂ ਦੀ ਸੰਗਤ ਵਿੱਚ ਲਾ ਕੇ ਜਾਵੇ। ਆਏ ਇਹ ਬਹੁਤ ਵੱਡੀ ਦੇਣ ਹੈ। ਤੇ ਸਾਧ ਸੰਗਤ ਬਾਬਾ ਜੀ ਨੂੰ ਛੇਵੇਂ ਪਾਤਸ਼ਾਹ ਕਹਿੰਦੇ, ਬਾਬਾ ਜੀ ਆਹ ਲਓ, ਮੁੰਡੇ ਦਾ ਨਾਂ ਪੋਤੇ ਰਾਮਪੁਰ ਸੀ, ਤੁਹਾਡੇ ਸਾਹਮਣੇ ਮਾਂ ਫੜ ਲਈ। ਬਾਬਾ ਜੀ ਕਹਿੰਦੇ, ਘੁੱਟ ਕੇ ਫੜਿਓ, ਘੁੱਟ ਕੇ ਕਲਯੁਗ ਦਾ ਸਮਾਂ ਹੈ। ਛੇਵੇਂ ਪਾਤਸ਼ਾਹ ਕਹਿੰਦੇ, ਤੁਹਾਡੇ ਪੋਤੇ ਦੀ ਪੜੋਤੇ ਦੀ ਕਹਿੰਦੇ ਤੇਰੀ ਸਾਰੀ ਬੰਸ ਦੀ ਦਸ ਪਾਤਸ਼ਾਹੀਆਂ ਤਾਂ ਹੀ ਬਾਂਹ ਫੜੀ। ਬਾਬਾ ਜੀ ਕਹਿੰਦੇ, ਉਦੋਂ ਬਾਅਦ ਕਹਿੰਦੇ ਤੁਹਾਡੀ ਕਮਾਈ ਜ਼ਿਆਦਾ, ਜਿੰਨਾ ਚਿਰ ਚੰਦ ਸੂਰਜ ਰਹੂ ਉਨਾ ਚਿਰ ਤੇਰੀ ਬੰਸ ਦੀ ਬਾਂਹ ਫੜੀ ਰੱਖਾਂਗਾ। ਉਹ ਬਾੜ ਬਣ ਕਰਕੇ ਸਾਡੇ ਕਈ ਵੀ ਆਏ ਬਾਬੇ ਬੁੱਢੇ ਦੀ ਬੰਸ ਦੇ ਪੁੱਤ ਪੜੋਤੇ ਸਾਡੇ ਕੋਲ, ਕਹਿੰਦੇ ਜੀ ਤੁਹਾਡੇ ਦੁਆਨ ਸੁਣੀ ਦੀ ਹੈ, ਵੇਖੀ ਦੀ ਹੈ, ਇਹਦੇ ਮੂੰਗੀ 'ਚ ਅਤੇ ਕੱਠ 'ਤੇ ਸ਼ਾਂਤੀ ਬਹੁਤ ਹੈ, ਅਤੇ ਸਾਡੀ ਇੱਛਾ ਅਤੇ ਮੈਂ ਕਿਹਾ ਸਮਾਂ ਬਾਟ ਆ, ਫਿਰ ਸ਼ਾਮ ਨੂੰ ਮੁੜਨਾ ਗੁਰੂ ਸਾਹਿਬ ਦੀ ਸੇਵਾ, ਅਤੇ ਕਿਤੇ ਗਏ ਸ਼੍ਰੀ ਅੰਮ੍ਰਿਤਸਰ ਉਦੋਂ ਦਰਸ਼ਨ ਕਰਾਂਗੇ। ਪਰ ਉਹ ਕਹਿੰਦੇ ਜੀ ਬੇਗਮ, ਫਿਰ ਇੱਕ ਵਾਰੀ ਬੇਗਮ ਅਤੇ ਨਾਲ ਗੁਰਬਖਸ਼ ਜੀ ਅਤੇ ਸਾਰਿਆਂ ਨੂੰ ਭੇਜ ਕੇ ਦੁਆਨ ਲਾ ਕੇ ਆਏ ਬਾਬਾ ਬੁੱਢਾ ਜੀ ਦੀ ਬੰਸ ਦੇ ਕੋਲ ਜਾ ਕੇ ਆਏ ਸਾਰੇ। ਦੇਖੋ ਫਿਰ ਵੀ ਖਿੱਚ ਕਿੰਨੀ ਵੀ ਇਹੋ ਜਿਹੇ ਦੁਆਨ ਲੱਗਣ, ਕਿੱਥੇ ਬੰਸ ਚਲੀ ਗਈ, ਬਾਂਹ ਫੜੀ। ਛੇਵੇਂ ਪਾਤਸ਼ਾਹ ਕਹਿੰਦੇ, ਬਾਬਾ ਜੀ ਤੁਹਾਡਾ ਸਮਾਂ ਆ ਗਿਆ ਦਰਗਾਹ ਜਾਣ ਦਾ, ਸੋਨੇ ਦੀ ਪਾਲਕੀ ਆ ਗਈ ਹੈ, 33 ਕਰੋੜ ਦੇਵਤਾ ਆ ਗਿਆ, ਕੁਛ ਹੋਰ ਮੰਗ ਲਓ। ਬਾਬਾ ਬੁੱਢਾ ਜੀ ਨੇ ਕੀ ਮੰਗਿਆ? ਉਹਨਾਂ ਨੂੰ ਤਾਂ ਲੋੜ ਨਹੀਂ ਸੀ, ਆਪਾਂ ਨੂੰ ਲੋੜ ਹੈ, ਆਪਾਂ ਦੁਪੱਟੇ 'ਤੇ ਲੜ ਬੰਨ ਕੇ ਲੈ ਕੇ ਜਾਏ। ਛੇ ਬਾਬਾ ਜੀ ਮੰਗ ਲਓ। ਬਾਬਾ ਜੀ ਕਹਿਣ ਲੱਗੇ, 113 ਸਾਲ ਤੁਹਾਡੇ ਘਰ ਦੀ ਸੇਵਾ ਤੁਸੀਂ ਕਰਵਾਈ ਹੈ, ਮੈਂ ਨਹੀਂ ਕੀਤੀ, ਤੁਸੀਂ ਸੇਵਾ ਕਰਾਈ ਹੈ। ਸੇਵਾ ਕਰਦਿਆਂ ਕਰਦਿਆਂ ਕੋਈ ਮੇਰੇ ਤੋਂ ਮਨਮਤ ਵਰਤੀ ਗਈ ਹੋਵੇ ਤੇ ਮੇਰੇ ਮੂਹਰੇ ਪਾਪ ਆ ਗਏ ਹੋਣ, ਤੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੇ ਕਹਿ ਦਿਓ, ਜਾ ਬੁੱਢਿਆ ਅੱਜ ਤੈਨੂੰ ਭਵਿਸ਼ ਆ। ਅੱਖਾਂ 'ਚ ਜਾ ਲਾਉਂਦਾ ਕਿ ਨਹੀਂ ਆਉਂਦਾ? ਕਿੰਨੇ ਇੰਨੇ ਬੰਦਾ ਮਾੜਾ ਜੇ ਮਾੜਾ ਫੇਰ ਲੈ ਸਹੀ, ਕਿਤੇ 2 ਹਫ਼ਤੇ ਸੰਤਾਂ ਕੋਲ ਜਾ ਵੜਿਆ ਸਹੀ, ਬਸ ਚੌੜਾ ਹੋ ਕੇ ਕਿਸੇ ਨੂੰ ਮਾੜਾ ਫੇਰ ਦੇਣੀ ਹੈ ਨਾ, ਦੂਜੇ ਦੀ ਵੀ ਪੁੰਜੇ ਸਟਾਊ ਹਮਾਰਾ ਰੋਗ ਐਡਾ ਵੱਡਾ ਬੰਦੇ ਨੂੰ, ਤੇ ਕਿੰਨਾ ਸੋਹਣਾ ਵਜਨ ਹੈ। ਕਹਿੰਦੇ 113 ਸਾਲ ਤੁਹਾਡੇ ਘਰ ਦੀ ਸੇਵਾ ਤੁਸੀਂ ਕਰਵਾਈ ਹੈ, ਮੈਂ ਨਹੀਂ ਕੀਤੀ, ਸੇਵਾ ਕਰਦਿਆਂ ਕਰਦਿਆਂ ਕੋਈ ਮਨਮਤ ਵਰਤੀ ਗਈ ਹੈ, ਬਹੁਤ ਵੱਡੀ। ਤੇ ਕਹਿੰਦੇ ਤੂੰ ਮੇਰੇ ਸਿਰ ਤੇ ਧਰ ਕੇ ਆਖਦੇ, ਇਉਂ ਨਹੀਂ ਆਖਿਆ ਗੁਰਸਿੱਖਾ, ਆਪਦੇ ਆਪ ਨੂੰ ਕੀ ਆਖਿਆ, ਜਾ ਬੁੱਢਿਆ ਤੈਨੂੰ ਬਖਸ਼ਿਆ।
ਕਹਿੰਦੇ ਛੇਵੇਂ ਪਾਤਸ਼ਾਹ ਦੇ ਜਲ ਆਇਆ, ਛੇਵੇਂ ਪਾਤਸ਼ਾਹ ਦੋਨੇ ਹੱਥ ਸਿਰ ਧਰ ਕੇ ਕਹਿੰਦੇ ਬਾਬਾ ਜੀ ਕੋਈ 100 ਜਨਮ ਦਾ ਪਾਪੀ ਹੋਵੇ ਤੇ ਹੱਥ ਕੜੀਆਂ ਬੰਨੀਆਂ ਹੁਣ ਪੈਰ ਬੇੜੀਆਂ ਜਾਮਦੂਤ ਲਈ ਜਾਂਦੇ ਹੁਣ, ਬਾਦਸ਼ਾਹ ਨਾਲ ਕੁੱਟਦੇ ਜਾਂਦੇ ਹੁਣ ਤੇ ਕੁੰਮੀ ਨਰਕ ਦੇ ਕੋਲੇ ਪਹੁੰਚ ਗਏ ਹੁਣ, ਬਾਬਾ ਜੀ ਕਿਤੇ ਭੁੱਲ ਭੁਲੇਖੇ ਰਹਿੰਦੀ ਦੁਨੀਆ ਤੇ ਕੋਈ ਤੇਰਾ ਨਾਂ ਲੈ ਜਾਇਆ ਕਰੂਗਾ ਉਹਦੇ ਵੀ ਸੰਗਲ ਟੁੱਟ ਜਾ ਕਰਨ। ਉਹ ਵੀ ਸੱਚਖੰਡ ਨੂੰ ਜਾਊ 100 ਸਾਲ ਦੀ 100 ਜਨਮ ਦਾ ਪਾਪੀ, ਜਾਣੀ ਕਮਾਈ ਕਿੱਥੇ ਪਹੁੰਚ ਗਈ। ਆਪਾਂ ਕਰਦੇ ਨਹੀਂ, ਕਰਨੀ ਚਾਹੀਦੀ, ਵੇਖੋ ਕਿੰਨੀ ਕਮਾਈ। ਅੱਜ ਗੱਡੀ ਤੇ ਲਿਖਿਆ ਉਹਨੇ ਟਰੱਕ, ਭਲਾ ਇੰਜਣ ਮੰਨਣ ਵਾਲਾ ਹੀ ਹੋਵੇ ਇੰਜਣ, ਪਰ ਕਿਹੜੇ ਟਰੱਕ ਤੇ ਲਿਖਿਆ ਹੋਵੇ ਬਾਬਾ ਬੁੱਢਾ ਜੀ ਤੇ ਚਲਾਉਣ ਵਾਲਾ ਬਾਬਾ ਬੁੱਢਾ ਜੀ ਦਾ ਪਾਸ਼ਕ ਹੋਵੇ ਮਹਾਂਪੁਰਖ ਦਾ, ਤੇ ਭਲਾ ਕਿੰਨਾ ਟਰੱਕ ਲੱਦਿਆ ਹੋਵੇ, ਪਰ 50 ਟਨ ਪਾਏ ਹੋਣ ਤੇ ਘਾਟੀ ਤੇ ਵੀ ਜਾ ਚੜੂਗਾ। ਬਾਬਾ ਬੁੱਢਾ ਜੀ ਦੀ ਪਾਵਰ ਹੁਣ ਵੀ ਵਰਤਦੀ ਹੈ, ਸਾਨੂੰ ਡਰਾਈਵਰ ਆਣ ਕੇ ਦੱਸਦੀ ਹੈ ਕਈ ਪਰ ਅੰਬਰ ਛਕੇ ਕਈ ਡਰਾਈਵਰ ਦੇ ਵਧੀਆ ਦਾੜੇ ਗੁਰੂ ਦੀ ਮਿਹਰ। ਸੋ ਆਓ ਗੁਰੂ ਕੋ ਆਪਾਂ ਨੂੰ ਸਮਾਂ ਮਿਲਿਆ ਤੇ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੋਤੀ ਜੋਤ ਸਮਾ ਗਏ। ਛੇਵੇਂ ਪਾਤਸ਼ਾਹ ਨੇ ਪ੍ਰੇਮ ਨਾਲ ਹੱਥਾਂ ਨੂੰ ਜਿਵੇਂ ਗਿਆਨੀ ਦਾ ਇੱਥੇ ਇਸ਼ਨਾਨ ਕਰਾਇਆ ਨਾ, ਅਸੀਂ ਨਾਨਕ ਸਰ ਦੇ ਮਹਾਂਪੁਰਸ਼ ਕਿਉਂਣੇ ਵਾਲੇ ਪੁੱਛੋ ਵਾਲੇ ਸਰੀਰ ਨੂੰ ਹੱਥ ਲਾਏ ਸਾਰੇ ਗਰਵਾਸ਼ ਹੋਰ ਬੇਗਮਾਂ ਨੇ ਇਸ਼ਨਾਨ ਕਰਾਇਆ, ਚਾਹ ਨਾਲ ਇਸ਼ਨਾਨ ਕਰਾਇਆ। ਕੋਈ ਬੰਦਾ ਨਾਮ ਨਾ ਜਪਦਾ ਹੋਵੇ, ਕੁੱਟ ਪੀਂਦਾ ਹੋਵੇ, ਬੋਰਡ ਥੱਲੇ ਬੈਠਾ ਹੋਵੇ, ਕੋਈ ਉੱਠਦਾ ਨਹੀਂ ਵੀ ਇਹਦਾ ਇਸ਼ਨਾਨ ਕਰਾਈਏ। ਇਸ਼ਨਾਨ ਜੇ ਕਰਾ ਵੀ ਦਿੱਤਾ ਨਾ ਇਸ਼ਨਾਨ ਤੇ ਮਨ ਦੇ ਵਿੱਚ ਧੜਕਣਾ ਹੀ ਰਹਿੰਦੀ ਵੀ ਕਿਤੇ ਇਸ਼ਨਾਨ ਕਰਾਇਆ ਮੇਰੇ ਛਿੱਟੇ ਪਏ ਕਿਤੇ ਮੇਰੇ 'ਚ ਤਾਂ ਨਹੀਂ ਵੜ ਜੂਗਾ, ਵੜ ਜੂ। ਇਸ਼ਨਾਨ ਕਰਾ ਕੇ ਨਾ ਮੈਂ ਕੁਲੀ ਕਲੀ ਕਰੂੰ ਛੇਤੀ ਤੇ ਸ਼ਿਸ਼ਕਾਰ ਕਰਕੇ ਉੱਤੋਂ ਦੀ ਪਾਣੀ ਛਿੜਕੂ ਵੀ ਮਗਰ ਮੁੜ ਜਾ ਕਿਤੇ ਮੇਰੇ ਗੀਜੇ ਇਸ਼ਨਾ ਵੜ ਜੀ। ਇਸ਼ਨਾਨ ਕਰਾ ਕੇ ਘਰ ਵਾਲੀ ਕਹੂਗੀ ਤੂੰ ਉਹਨੇ ਹੱਥ ਲਾਇਆ ਸਰੀਰ ਨੂੰ ਤੇ ਤੂੰ ਨਾ ਨਹਾ ਲਾ ਲੀੜੇ ਲਾ, ਮੈਂ ਤੇਰੇ ਲੀੜੇ ਧੋ ਲਿਆ ਵੀ ਕਿਤੇ ਲੀੜੇ 'ਚ ਮੈਂ ਇਸ਼ਨਾ ਹੋ ਜਾ ਹੋਵੇ। ਪ੍ਰੇਤ ਜਿੱਦ ਦਿਨ ਦੇ ਬਿਨਸ ਸੀ ਤੇ ਤਬੇਲਾ ਕਹਿਸਨ ਪ੍ਰੇਤ ਕਿੱਥੇ ਬਾਬਾ ਜੀ ਵੇਖੋ ਗਿਆਨੀ ਜੀ ਇਸ਼ਨਾਨ ਕਰਾਇਆ ਕਿੱਡੀ ਵੱਡੀ ਗੱਲ। ਛੇਵੇਂ ਪਾਤਸ਼ਾਹ ਨੇ ਬਾਬਾ ਜੀ ਦਾ ਇਸ਼ਨਾਨ ਕਰਾਇਆ, ਵਸਤਰ ਪਹਿਨੇ, ਸਾਰਾ ਕੁਛ ਕੀਤਾ। ਬਾਬਾ ਜੀ ਨੇ 5 ਪ੍ਰਕਰਮਾ ਕਰਕੇ 6ਵੇਂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਅਰਦਾਸਾ ਸੋਧਿਆ, ਦਾਸ ਸੋਧ ਕੇ ਦੇ ਲਾਮੂ ਲਾਇਆ 5 ਪ੍ਰਕਰਮਾ ਕਰਕੇ। ਜਦੋਂ ਸਾਸਤ ਕੀਰਤਨ ਸੋਲਾ ਹੋਇਆ ਉਦੋਂ ਬਾਅਦ ਐਂ ਦਵਾਨ ਸਜਾ ਲਿਆ, ਦਵਾਨ ਸਾਹਿਬ ਕੀਰਤਨ ਤੋਂ ਬਾਅਦ 6ਵੇਂ ਪਾਤਸ਼ਾਹ ਜਿਵੇਂ ਆ ਪਿੰਡ ਆ ਗਿਆਨੀ ਜੀ ਦਾ, 6ਵੇਂ ਪਾਤਸ਼ਾਹ ਉੱਠ ਕੇ ਖੜ ਗਏ। 6ਵੇਂ ਪਾਤਸ਼ਾਹ ਕਹਿੰਦੇ ਪਿੰਡ ਵਾਲਿਓ ਮੈਂ ਤੁਹਾਨੂੰ ਵਧਾਈ ਦਿੰਦਾ, ਲੱਖ ਲੱਖ ਵਧਾਈ ਹੋਵੇ ਤੁਹਾਨੂੰ। ਪਿੰਡ ਦੇ ਬੰਦੇ ਇਹੋ ਜਿਹੇ ਹੁੰਦੇ ਸੀ, ਉਹਨਾਂ ਨੇ ਗੁੱਸਾ ਕਰਿਆ 6ਵੇਂ ਪਾਤਸ਼ਾਹ ਨੂੰ, ਕਹਿੰਦੇ ਇਹ ਵਧਾਈ ਕਾਹਦੀ, ਸਾਡੇ ਪਿੰਡ ਦੇ ਮਹਾਂਪੁਰਖ ਸਰੀਰ ਛੱਡ ਗਿਆ, ਇਹ ਵਧਾਈ ਕਾਹਦੀ ਆ। 6ਵੇਂ ਪਾਤਸ਼ਾਹ ਕਹਿੰਦੇ ਸੁਣੋ ਮੈਂ ਵਧਾਈ ਆਉਂ ਦਿੰਦਾ ਵੀ ਇਕੱਲਾ ਬੰਦਾ ਇੱਕ ਬਾਬਾ ਬੁੱਢਾ ਜੀ ਤੁਹਾਡੇ ਪਿੰਡ ਦਾ ਉਹ ਜੀਵਨ ਦੀ ਬਾਜੀ ਜਿੱਤ ਗਿਆ, ਤੁਹਾਡੇ ਪਿੰਡ ਦੇ ਬੰਦੇ ਨੇ ਹਜੇ ਤੱਕਰ ਕੋਈ ਜੀਵਨ ਦੀ ਬਾਜੀ ਨਹੀਂ ਜਿੱਤਿਆ, ਅੱਧ ਵਿਚਾਰੇ ਰਹਿ ਗਏ ਤੁਰੇ ਫਿਰਦੇ ਆ।
ਪਰ ਇੱਕ ਕੱਲਾ ਬਾਬਾ ਬੁੱਢਾ ਜੀ ਸ਼ੇਰ ਤੁਹਾਡੇ ਪਿੰਡ ਦਾ ਜੀਵਨ ਦੀ ਬਾਜੀ ਨੂੰ ਜਿੱਤ ਕੇ ਸੱਚਖੰਡ ਚਲਿਆ, ਸੱਚਖੰਡ ਚਲਿਆ ਗਿਆ। ਮੈਂ ਵਧਾਈ ਇਉਂ ਦਿੰਦਾ, ਢਿੱਲ ਨਾ ਕਰਿਓ, ਬਾਬੇ ਬੁੱਢੇ ਦੀ ਪੂਰਨੇ ਤੇ ਚੱਲਿਓ, ਤੁਸੀਂ ਵੀ ਸਾਰੇ ਸੱਚਖੰਡ ਜਾ ਵੜੋਗੇ, ਮੈਂ ਤੁਹਾਨੂੰ ਵਧਾਈ ਦਿੰਦਾ। ਪਿੰਡ ਦਿਆਂ ਨੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ, ਕਹਿੰਦੇ ਚੱਲਿਓ ਬਾਬੇ ਬੁੱਢੇ ਦੇ ਚਾਲੀ ਤੇ। ਇਹ ਆ ਬਚਨ, ਮੀਤ ਚੱਲੋ ਗੁਰ ਚਾਲੀ, ਗੁਰਸਿੱਖ ਮੀਤ ਚੱਲੋ, ਮੀਤ ਚੱਲੋ ਗੁਰ ਚਾਲੀ, ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਗੁਰਸਿੱਖ ਮੀਤ ਚੱਲੋ, ਮੀਤ ਚੱਲੋ ਗੁਰ ਚਾਲੀ ਗੁਰਸਿੱਖ ਮੀਤ ਚੱਲੋ, ਮੀਤ ਚੱਲੋ ਗੁਰ ਚਾਲੀ ਗੁਰਸਿੱਖ ਮੀਤ ਚੱਲੋ, ਮੀਤ ਚੱਲੋ ਗੁਰ ਚਾਲੀ ਗੁਰਸਿੱਖ ਮੀਤ ਚੱਲੋ, ਓ ਮੀਤ ਚੱਲੋ ਗੁਰ ਚਾਲੀ ਗੁਰਸਿੱਖ ਮੀਤ ਚੱਲੋ, 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 ਮੀਤ ਚੱਲੋ। ਆਪਾਂ ਗੁਰੂ ਦੇ ਮਿੱਤਰ ਬਣੋ ਤੇ ਗੁਰੂ ਦੀ ਦੱਸੀ ਹੋਈ ਚਾਲੀ ਦੇ ਗਿਆਨੀ ਜੀ ਵਾਂਗੂ ਚੱਲੋ। ਵੇਖੋ ਫਿਰ ਗੁਰੂ ਦੀ ਮਿਹਰ ਦਾ ਸਦਕਾ 4-5 ਲੱਖ ਰੁਪਈਆ ਗੇਟ ਤੇ ਲੱਗ ਗਿਆ। ਗੇਟ ਬਹੁਤ ਨਰੋਆ ਬਣਾਇਆ ਤੇ ਸਰੀਆ ਸੀਮਿੰਟ ਬਹੁਤ ਤੇ ਐਨ ਨਰੋਆ ਵੀ ਪੂਰੀ ਬੁਨਿਆਦ ਹੋਵੇ ਐਨ ਤੇ ਸਾਹ ਸੰਗਤ ਵੀ ਗਿਆਨੀ ਜੀ ਦੀ ਕਮਾਈ ਹੈ ਤੇ ਅਗਲਾ ਲੰਘੂਗਾ ਵੇਖੂਗਾ ਤੇ ਪਿੰਡ ਦਿਆਂ ਨੂੰ ਵੀ ਬਹੁਤ ਖੁਸ਼ੀ ਹੋਊਗੀ। ਸਾਡੇ ਪਿੰਡ ਦਾ ਨਾਂ ਬਹੁਤ ਉੱਚਾ ਕਰ ਗਏ ਗਿਆਨੀ ਜੀ ਤੇ ਪਿੰਡ ਦੇ ਕਰਮਾਂ ਵਾਲੇ ਪੰਚਾਇਤ ਜਿਹੜੇ ਰਲ ਕੇ ਦੀਵਾਨ ਲਵਾ ਰਹੇ ਹੈ, ਇਹ ਵੀ ਗਿਆਨੀ ਜੀ ਦੀ ਦੇਣ ਹੈ ਤੁਹਾਨੂੰ ਦੀਵਾਨਾਂ ਦੀ ਪ੍ਰਚਾਰ ਸਿੱਖੀ ਦਾ। ਇਸ ਧਰਤੀ ਦੇ ਮੰਡੀ ਜਿੱਥੇ ਪਸ਼ੂ ਖੜਦੇ, ਜਿੱਥੇ ਕਣਕ ਅਨਾਜ, ਜਿੱਥੇ ਭਗਤਾਂ ਦੀ ਮੰਡੀ ਭਰੀ ਪਈ ਹੈ ਤੁਹਾਡੇ ਪਿੰਡ ਦੇ ਵਿੱਚ ਭਗਤ ਮੰਡੀ ਲੱਗੀ ਵੀ ਹੈ। ਵੇਖੋ ਕਰਮਾਂ ਵਾਲਾ ਪਿੰਡ ਹੈ। ਇਸ ਕਰਕੇ ਕੋਹੜ ਕਰੋ ਗਿਆਨੀ ਜੀ ਦੇ ਪੂਰਨਾਂ ਤੇ ਚੱਲੀਏ ਆਪਾਂ ਸਾਰੇ। ਹੁਣ ਸਾਨੂੰ ਸਮਾਂ ਮਿਲਿਆ ਹੈ। ਸੋ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹਨ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੀਏ, ਨਿਤਨੇਮ ਕਰੀਏ, ਸਤਿਗੁਰ ਦੇ ਦਰਸ਼ਨ ਕਰੀਏ, ਜਿਹਨੇ ਧਰਮ ਦੀ ਕਿਰਤ ਕਰੀਏ, ਭਲੇ ਮਹਾਂਪੁਰਖ ਦੀ ਸੰਗਤ ਕਰੀਏ, ਕਰਮਾਂ ਦੇ ਨਾਲ ਸਮਾਂ ਬਣੇ। ਗਿਆਨੀ ਜੀ ਨੂੰ ਕੋਈ ਬਿਮਾਰੀ ਨਹੀਂ ਸੀ, ਬਸ ਸਮਾਂ, ਬਸ ਕਹਿਣਾ ਬਾਬਾ ਜੀ ਜਦੋਂ ਦੂਜਾ ਚੋਲਾ ਪਾ ਦਿਓ, ਨਹੀਂ ਫਿਰ ਇੱਧਰੋਂ ਕਰੰਟ ਛੱਡੋ, ਐਂ ਵਿਹਲਾ ਤਾਂ ਰਿਹਾ ਨਹੀਂ ਜਾਂਦਾ, ਐਂ ਉਹਨਾਂ ਨੇ ਕਹਿਣਾ। ਜਾਣੀ ਕਮਾਈ ਜੋ ਵੀ ਵਜਨ ਕੀਤਾ ਉਹਨਾਂ ਨੇ ਜੀਵ ਦੇ ਵਾਸਤੇ ਪੂਰਨਾ ਪਾਇਆ। ਅੱਜ ਸਾਨੂੰ ਸਮਾਂ ਮਿਲਿਆ। ਸੁਖਮਨੀ ਸਾਹਿਬ, ਜਪਜੀਤ ਸਾਹਿਬ ਪਹਿਲੀ ਪੌੜੀ ਵਾਹਿਗੁਰੂ ਸਾਹਿਬ ਤੁਰਦੇ ਫਿਰਦੇ ਦੁਨੀਆਂ ਵੱਲੋਂ ਮੂੰਹ ਮੋੜ ਕੇ ਟੀਠ ਹੋ ਜਾਓ, ਗੁਰੂ ਨਾਨਕ ਵੱਲ ਨੂੰ ਮੁੱਖ ਕਰ ਲਓ ਤੇ ਸਾਰੇ ਤੁਹਾਡੇ ਗੁਰੂ ਨਾਨਕ ਕਾਰਜ ਸਾਰ ਦੇਵੇ। ਅੱਜ ਯੁੱਗ ਗੁਰੂ ਨਾਨਕ ਦਾ ਹੈ। ਮਾੜੇ ਮੋਟੇ ਕੱਚੇ ਪਿੱਲਿਆਂ ਦੀ ਸੰਗਤ ਸੱਦੋ, ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ।
ਸਿਰਫ 34 ਸਾਲ ਜ਼ਿੰਦਗੀ ਚ ਸੇਵਾ ਕੀਤੀ ਆ, ਪਰ ਕੀਤੀ ਕੀਤੀ ਆ ਪੂਰੇ ਗੁਰੂ ਨਾਨਕ ਦੇ ਘਰ ਦੀ। ਬਾਬਾ ਨਾਨਕ ਸਿੰਘ ਦੀ ਸੋਭਤ ਕਸਾਲ ਪੂਰੀ ਸੇਵਾ 34 ਸਾਲ ਸੇਵਾ ਕੀਤੀ ਆ। ਗੌਤਮ ਰਿਸ਼ੀ ਨੇ 20,000 ਵਾਰਾ ਤਪ ਕੀਤਾ, ਪਰ ਕੋਈ ਖਾਸ ਉਹਦਾ ਗੇਟ ਕੋਈ ਨਾਂ ਨਹੀਂ, ਕੋਈ ਨਾਂ ਨਹੀਂ ਹੈ। ਗੌਤਮ ਉਹਦੀ ਮਾਂ ਨੇ ਨਾਂ ਰੱਖਿਆ ਸੀ, ਤੇ ਉਹਦਾ ਪਿਓ ਵੀ ਗੌਤਮ ਕਹਿੰਦਾ ਸੀ, ਰਿਸ਼ੀ ਵੀ ਗੌਤਮ ਕਹਿੰਦੇ ਸੀ, ਪਰ ਧੰਨ ਧੰਨ ਬਾਬਾ ਗੌਤਮ ਨਹੀਂ ਬਣਿਆ, ਅੱਖਰ ਵਧੇ ਨਹੀਂ ਗੇ। ਨਾਲੇ ਸਤਜੁਗ ਦੀ ਗੱਲ ਸੀ, ਕਲਯੁਗ ਦੀ ਗੱਲ ਹੈ, ਜਿੱਥੇ ਹਰਬੰਸ ਸਿੰਘ ਨਾਂ ਸੀ ਉੱਥੇ ਧੰਨ ਧੰਨ ਬਾਬਾ ਗਿਆਨੀ ਹਰਬੰਸ ਸਿੰਘ ਕਹਿੰਦੇ ਆ। ਇੱਥੇ ਨਾਂ ਦੇ ਵਿੱਚ ਹੀ ਕਿੱਡਾ ਵਾਧਾ ਹੋ ਗਿਆ, ਜੇ ਆਪਾਂ ਉਹਦਾ ਨਾਂ ਲਵਾਂਗੇ ਤੇ ਆਪਣੇ ਨਾਂ ਦਾ ਵਿਸ਼ਵਾਸ ਵਾਧਾ ਹੋ ਗਿਆ। ਰਹਿੰਦੀ ਦੁਨੀਆਂ ਤਾਂ ਹੀ ਉਹ ਝੰਡਾ ਖੜਾ ਕਰ ਗਏ ਆ। ਇਸ ਕਰਕੇ ਆਓ ਮਾਈ ਭਾਈ, ਵੱਡੇ ਭਾਗਾਂ ਦੇ ਨਾਲ ਆਪਾਂ ਨੂੰ ਸਮਾਂ ਮਿਲਿਆ। ਪਹਿਲਾਂ ਉਹਨਾਂ ਨੇ ਬਾਬੇ ਸਾਡੇ ਦੀ ਸੇਵਾ ਕੀਤੀ, ਨਾਲ ਸੰਗਤਾਂ ਦੀ ਸੇਵਾ ਕੀਤੀ, ਸਾਡੀ ਸੇਵਾ ਵਿੱਚ ਵੀ ਰਹੇ। ਇਹ ਧੰਨ ਧੰਨ ਬ੍ਰਹਮ ਗਿਆਨੀ ਮਾਤਾ ਜੀ ਦੀ ਸੇਵਾ ਬਹੁਤ ਪ੍ਰੇਮ ਕੀਤਾ, ਪ੍ਰੇਮ ਕੀਤਾ। ਇਸ ਕਰਕੇ ਸਾ ਬੇਬੇ ਜੀ ਕਹਿਣਾ, ਇਹ ਮੇਰੀ ਬੇਬੇ ਜੀ ਹੈ, ਐਂ ਵਚਨ ਕਰਨਾ ਪ੍ਰੇਮ ਦੇ। ਇਸ ਕਰਕੇ ਸਾਧ ਸੰਗਤ, ਫਿਰ ਬਾਬਾ ਦੀ ਮਿਹਰ ਹੋਈ ਸਾਡੀ ਸੇਵਾ ਦੇ ਵਿੱਚ। ਹੁਣ ਦੇਖੋ, ਪਹਿਲਾਂ ਬਾਬੇ ਦੀ ਸੇਵਾ ਸਾਡੇ ਬਾਬੇ ਕਰਦੇ ਰਹੇ, ਫਿਰ ਮਾਤਾ ਜੀ ਦੀ, ਫਿਰ ਸਾਡੀ, ਫਿਰ ਚੱਕ ਚੱਕ ਕੇ ਗੁਰਬਾਸ਼ ਜੀ ਨੂੰ ਖੜਾਇਆ ਗੱਡੀ ਦੇ ਵਿੱਚ। ਵੇਖੋ ਕਿੰਨੀ ਵੱਡੀ ਗੱਲ ਹੈ, ਇਸ਼ਨਾਨ ਕਰਾਉਣਾ। ਹੇਮਕੁੰਡ ਗਏ, ਮੋਹਰਾਂ 'ਤੇ ਚੱਕ ਕੇ ਲੈ ਕੇ ਗਏ, ਉੱਥੇ ਇਸ਼ਨਾਨ ਕਰਾਇਆ, ਅਤੇ ਚੱਕ ਕੇ ਭੂਰੇ 'ਚ ਲਪੇਟਿਆ। ਜਾਣੀ ਕਿੱਡੀ ਵੱਡੀ ਕੋਈ ਸਰੀਰ, ਕਿੱਡਾ ਵੱਡਾ ਮੇਹਰ, ਪਰ ਉਹਦਾ ਫਲ ਵੀ ਕਿੰਨਾ ਮਿਲਿਆ ਗਿਆਨੀ ਜੀ। ਇਸ ਕਰਕੇ ਹੈ, ਫਲ ਵੀ ਸੇਵਾ ਨੂੰ ਲੱਗਦਾ, ਕਰਕੇ ਕੋਈ ਵੇਖੋ ਸੇਵਾ ਨੂੰ ਲੱਗਦਾ ਹੈ, ਪਰ ਸਿੱਧੀ ਨੀਤ, ਨੀਤ ਚੰਗੀ ਹੋਵੇ ਫਿਰ ਸੇਵਾ ਇਸੇ ਜਨਮ 'ਚ ਫਲੀਭੂਤ ਹੋ ਜਾਂਦੀ ਹੈ। ਸੋ ਆਓ ਮਾਈ ਭਾਈ ਭਾਗਾਂ ਵਾਲਿਆਂ ਨੂੰ, ਇੰਦਰ ਦੇਵਤਾ ਵੀ ਬਹੁਤ ਵੱਡੀ ਹਾਰੀ ਲਾ ਗਿਆ, ਕੇਵੜਾ ਛਿੜਕ ਗਿਆ, ਕੇਵੜਾ ਛਿੜਕ ਗਿਆ, ਇੰਦਰ ਦੇਵਤਾ ਵੀ ਖੁਸ਼ ਹੋ ਗਿਆ। ਗਿਆਨੀ ਜੀ ਦੇ ਸਾਧ ਵਰਸੀ ਦੀ ਯਾਦ ਵਿੱਚ ਸਾਰਿਆਂ ਨੇ ਹੀ ਸਮਾਂ ਬਖਸ਼ ਕੀਤੀ, ਗੁਰੂ ਦੀ ਮਿਹਰ ਹੋਈ ਹੈ। ਤੂੰ ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ, ਸਾਰੇ ਤਕੜੇ ਹੋ ਕੇ ਪਹਿਰਾ ਦਿਓ, ਨਿਤਰੀਬ ਕਰੋ। ਹੁਣ ਟਾਈਮ ਹੈ ਸਰੀਰ ਦੇ ਨਾਲ, ਘਰੇ ਮਾਈਆਂ, ਮੱਝਾਂ, ਗਾਈਆਂ, ਭੇਡਾਂ, ਬੱਕਰੀਆਂ, ਬਿੱਲੀਆਂ, ਕੁੱਤਿਆਂ ਨੂੰ ਕਹੋ ਨਾਮ ਜਪ ਲਓ, ਨਾ ਨਾ ਮੈਂ ਨੂੰ ਕਹੋ, ਮੈਂ ਬਾਬਾ ਜੀ ਦੇ ਕੋਲੋਂ ਆਇਆ, ਜਪ ਨਹੀਂ ਜਪਣਾ। ਕਿੰਨਾ ਕੰਨ ਫੁੜ ਕੇ ਸਿੰਘ ਕੋਲੇ ਹਿਲਾ ਦੇ ਵੀ ਜਪ ਨਾ, ਆਪ ਤਾਂ ਉਹਨੇ ਕੀ ਜਪਣਾ, ਸਿੰਘ ਮਾਰ ਕੇ ਤੈਨੂੰ ਭਾਵਾਂ ਖੋਣੀ ਜੀ ਸਿੱਟ ਲੈ, ਜਪੂ ਨਹੀਂ ਜਪਣਾ। ਜਿਹੜਾ ਜਪਦਾ ਸਾਧੂ ਉਹੀ ਜਪਾ। ਹੁਣ ਸਮਾਂ ਹੈ, ਜਪਿਆ ਕਰੋ, ਨਿਤਨੇਮ ਕਰੋ, ਕਲਗੀਆਂ ਵਾਲੇ ਪਾਤਸ਼ਾਹ ਦੀ ਮੋਹਰ ਲਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਾਂ ਕਰਜ਼ਾ ਨਹੀਂ ਮੋੜ ਸਕਦੇ। ਜੋ ਗੁਰੂ ਮਹਾਰਾਜ ਨੇ 22 ਜੰਗ ਕੀਤੇ, ਘਰ ਦੇ 22 ਜੀ ਆਪਦੇ ਸ਼ਹੀਦ ਕਰਵਾ ਕੇ, ਆਹ ਜਵਰਸੀ, ਆਹ ਦੀਵਾਨ, ਆਹ ਪਹਿਰੇ ਵਾਲੇ ਖੜੇ ਕਿਰਪਾਨਾਂ ਵਾਲੇ, ਆਹ ਸੰਤ ਮੰਡਲੀ ਬੈਗਮ ਬੈਠੇ ਹੈ, ਤੁਸੀਂ ਬੈਠੇ, ਤੁਹਾਡੇ ਮੁੱਖ 'ਤੇ ਦਾੜੀਆਂ, ਦਸਤਾਰਾਂ, ਗਾਤਰੇ ਪਾਏ ਆ। ਇਹ ਨਹੀਂ ਸੀ ਹੋਣਾ, ਇੱਥੇ ਅਲੀ ਦੇ ਨਾਅਰੇ ਲੱਗਣੇ ਸੀ, ਅੱਲਾਹੁ ਅਕਬਰ ਹੋਣਾ ਸੀ, ਤੁਹਾਡੇ ਜਿਵੇਂ ਬਾਟੀਆਂ ਮੂਧੀਆਂ ਸਿਰ 'ਤੇ ਵੱਜੀਆਂ ਟੋਪੀਆਂ ਹੋਣੀਆਂ ਸੀ,
ਸਲਵਾਰਾਂ ਹੋਣੀਆਂ ਸੀ, ਵੇਖੋ ਆਹ ਬੀਬੀਆਂ ਦੇ ਬੁਰਕੇ ਹੋਣੇ ਸੀ ਤੇ ਅੱਲਾਹ ਅਕਬਰ ਦੇ ਨਾਰੇ ਲੱਗਣੇ ਸੀ ਤੇ ਦਾਜ ਵਿੱਚ ਹੁੱਕੇ ਦਿੱਤੇ ਜਾਂਦੇ ਆ, ਹੁੱਕੇ ਦਾਜ ਵਿੱਚ ਹੁੱਕੇ ਤੇ ਪੋਸਤ ਦੀਆਂ ਬੋਰੀਆਂ ਦਿੱਤੀਆਂ ਜਾਂਦੀਆਂ ਦਾਜ 'ਚ, ਵੇਖੋ ਤੇ ਭੰਗ ਦਿੱਤੀ ਜਾਂਦੀ ਹੈ ਤੇ ਜਿੱਥੇ ਸੱਸ ਤੁਹਾਡੇ ਗੱਡੀਆਂ ਕਾਰਾਂ ਦਿੱਤੀਆਂ ਇੱਕ ਅਲਗੀ ਧਰਤੀ ਮੇਹਰ, ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ। ਤੇ ਜੇ ਕਹਿੰਦੇ 40 ਸਾਲ ਤੱਕ ਬੰਦਾ ਤੰਬਾਕੂ ਵਰਤ ਲਵੇ, 10 ਸਾਲ ਤੰਬਾਕੂ ਪੀ ਲਵੇ ਨਾ ਤੇ ਬੰਦੇ ਦੇ ਗੁਰਦਿਆਂ ਤੇ ਅਸਰ ਹੋ ਕੇ ਲੀਵਰ ਖਤਮ ਹੋ ਜਾਂਦਾ ਤੇ 40 ਸਾਲ ਦਾ ਬੰਦੇ ਦਾ ਭੋਗ ਪੈ ਜਾਂਦਾ, ਮਰ ਜਾਂਦਾ 40 ਸਾਲ ਦਾ ਬੰਦਾ। ਕਿੱਡੇ ਜਰਵਾਣੇ ਬੈਠੇ ਗੁਰਮ ਪਿਆਰੇ, ਗੁਰੂ ਦੀ ਮਿਹਰ, ਕਿੱਡੇ ਕਿੱਡੇ ਸੋਹਣੇ ਸਰੀਰ ਦਿੱਤੇ ਨਿਰੰਕਾਰ ਨੇ। ਨਸ਼ੇ ਦਾ ਸੰਕੋਚ ਕਰੋ, ਇੱਕ ਦੂਜੇ ਨੂੰ ਵੀ ਕਹੋ ਰੌਲਾ ਪਾਓ, ਬਚਤ ਕਰੋ, ਕਰਮਾਂ ਨਾਲ ਸਮਾਂ ਮਿਲਿਆ। ਜੇ ਬੰਦਾ ਨਸ਼ਾ ਵਰਤਦਾ ਵੇਖੋ, ਕੋਈ ਬੰਦਾ ਵੀ ਵੇਖ ਲਓ ਤੇ ਸਾ ਮੂੰਹ ਉਹਦਾ ਜਵਾੜੇ ਵਿਚਾਰੇ ਦੇ ਵਿੱਚ ਬੜੇ ਪਏ ਆ ਤੇ ਮਸਾਂ ਤੁਰਦਾ, ਜਿਵੇਂ 80 ਸਾਲ ਦਾ ਬੰਦਾ 40 ਸਾਲ 'ਚ ਨਸ਼ੇ ਦੇ ਕਰ, ਨਸ਼ੇ ਦਾ ਤਿਆਗ ਕਰਕੇ ਗੁਰੂ ਨਾਨਕ ਨਾਲ ਜੁੜੋ। ਅੰਮ੍ਰਿਤ ਵੇਲੇ ਉੱਠਾਂਗੇ, ਨਿਤਨੇਮ ਕਰਾਂਗੇ, ਸਤਿਗੁਰ ਦੇ ਦਰਸ਼ਨ ਕਰਾਂਗੇ, ਧਰਮ ਦੀ ਕਿਰਤ ਕਰਾਂਗੇ, ਪੂਰਾ ਦਸਵੰਧ ਕੱਢ ਕੇ ਸਿੱਖੀ ਦੇ ਪ੍ਰਚਾਰ 'ਤੇ ਲਾਵਾਂਗੇ ਅਤੇ ਬਚਨ ਸੁਣ ਕੇ ਅਮਲ ਕਰਾਂਗੇ। ਫਿਰ ਆਓ ਕੀ ਮਿਲਦਾ, ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨ ਕਰ ਪ੍ਰਭ ਆਪੇ ਮੇਲੇ, ਕਰੀਏ ਰਸਨਾ ਪਵਿੱਤਰ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਹੀ ਜਿਹਾ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ
ਮਿਲ ਕੇ ਸੰਤ ਪਿਆਰੇ ਲੇਖਾ ਪਾਟ ਗਿਆ, ਮਿਲ ਕੇ ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਸੰਤ ਪਿਆਰੇ ਲੇਖਾ ਪਾਟ ਗਿਆ, ਮਿਲ ਕੇ ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਮਿਲ ਕੇ ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਮਿਲ ਗਏ ਸੰਤ ਪਿਆਰੇ ਲੇਖਾ ਪਾਟ ਗਿਆ, ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਮਿਲ ਗਏ ਸੰਤ ਪਿਆਰੇ ਲੇਖਾ ਪਾਟ ਗਿਆ, ਲੇਖਾ ਪਾਟ ਗਿਆ, ਲੇਖਾ ਪਾਟ ਗਿਆ, ਪਾਟ ਗਿਆ, ਲੇਖਾ ਪਾਟ ਗਿਆ, ਲੇਖਾ ਪਾਟ ਗਿਆ, ਲੇਖਾ ਪਾਟ ਗਿਆ, ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਮਿਲ ਗਏ ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਮਿਲ ਗਏ ਬਾਬਾ ਜੀ ਪਿਆਰੇ ਲੇਖਾ ਪਾਟ ਗਿਆ, ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ, ਅਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰਿਵਾਰ ਪਰੀਆਂ ਸ਼ਬਦ ਗਾਉਂ ਦੇ ਆਈਆਂ, ਕਹੇ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹਿਣਾ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸੰਵਿਸਾਰਨਾ, ਸੁਆਮੀ ਸੋ ਕਿਉਂ ਮਨੋ ਵਿਸਾਰੇ, ਨਾਥ ਮਨ ਮੇਰੇ ਸਾਰੇ, ਸਾਚੇ ਸਾਹਿਬਾ ਕਾ ਨਹੀਂ ਕਰਤੇ ਰੇ, ਤੇਰੇ ਸਤਿਗੁਰੇ ਜੋ ਪਾਵੇ, ਸਲਾਹਾਂ ਤੇਰੀ ਨਾਮ ਮਨ ਵਸਾਵੇ, ਨਾਮ ਤੇ ਮਨੁਸਿਆ ਅਜੇ ਸੁਖ ਦੇ, ਕਹੇ ਨਾਨਕ ਤੇ ਸਭ ਕਾ ਨਹੀਂ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ, ਆਤਮਾ ਮੈਂ ਭਾਰਤ ਰਾਜ ਪੁਕਾਰ ਸੁਵਾਈਆ, ਮਨਿਆ ਉਸੇ ਅੱਜ ਨਿਸ਼ਾ ਸਭ ਪੁਜਾਈਆਂ, ਕਹੇ ਨਾਨਕ ਮੋ ਸੰਤੋ ਸ਼ਬਦ ਰੂਪੇ ਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਤੂੰ ਸੁਖਵਾਸ ਕੀਤੇ ਕਾਲ ਕੱਚ ਕੁਮਾਰਿਆ, ਮਾਇਆ ਦੁਸਿਲ ਕੋ ਸੇ ਨਾਨਕ ਨੇ ਸੁਖਵਾਸ ਕਰਨ ਹੱਦ ਵਾਜੇ, ਪਾਇਆ ਉਸਨੇ ਸਗਲ ਸੂਰੇ, ਸੱਚੀ ਸੱਚ ਪੂਰੇ ਗੁਰਤੇ ਜਾਣੀ, ਹਰਮੰਦ ਨਾਨਕ ਕਰਨ ਲਾਗੇ ਵਾਜੇ ਹਥੂਰੇ, ਹਰਮੰਦ ਨਾਨਕ ਕਰਨ ਲਾਗੇ ਵਾਜੇ ਹਥੂਰੇ, ਜਪੋ ਸਤਨਾ ਸ੍ਰੀ ਵਾਹਿਗੁਰੂ ਜੀ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤਾ।
ਦੇਵ ਸਰਾਪ ਕੋਈ ਦਾਈ ਰਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਜੇ ਕਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਸਿਮਰਨ ਸਭ ਕੁਛ ਪਾਈਐ ਬਿਰਥੀ ਕਾਲ ਨ ਜਾਹੀ ਗੁਰੂ ਪਿਆਰ ਨੇ ਸੱਚਖੰਡ ਦਰਗਾਹ ਵਿੱਚ ਹੁਕਮਨਾਮਾ ਸਰਵਣ ਕੀਤਾ ਹੈ ਜੋ ਕੀਤੀ ਹੋਈ ਕਮਾਈ ਗਿਆਨੀ ਜੀ ਦੀ ਮਾਲਕ ਬਾਬਾ ਜੀ ਨੇ ਹੁਣੇ ਹੀ ਬਚਨਾਂ ਵਿੱਚ ਫਰਮਾਇਆ
ਕਿ ਹੋ ਸਕਦਾ ਕਿਸੇ ਕਾਰਨ ਜਾਇਦਾਦ ਵਿੱਚੋਂ ਹਿੱਸਾ ਨਾ ਦੇ ਸਕੇ ਮਾਤਾ ਪਿਤਾ, ਪਰ ਜਾਂਦੇ ਜਾਂਦੇ ਮਹਾਂਪੁਰਖਾਂ ਦੀ ਸੰਗਤ ਜ਼ਰੂਰ ਦੇ ਜਾਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗਿਆਨੀ ਜੀ ਦੇ ਹਿੱਸੇ ਵਿੱਚ ਆਈ, ਆਪਣੇ ਪਰਿਵਾਰ ਨੂੰ ਸੰਗਤ ਵੀ ਦਿੱਤੀ ਔਰ ਪੂਰਨ ਜੋਗੀ ਮਹਾਂਪੁਰਖਾਂ ਦੀ ਮਾਲਕ ਬਾਬਾ ਜੀ ਸੰਗਤ ਦਿੱਤੀ ਹੈ। ਗੁਰਮੁਖ ਪਿਆਰ ਆਓ ਜ਼ਿਆਦਾ ਸਮਾਂ ਲਾਈਏ ਬਾਬਾ ਜੀ ਦੇ ਅਨੁਸਾਰ। ਖਾਲਸਾ ਜੀ ਇੱਕ ਦੋ ਮਿੰਟਾਂ ਵਿੱਚ ਹਾਜ਼ਰ ਹੋਣਗੇ। ਆਓ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਬਿੰਤਾ ਨਾਨਕ ਬਿਨਵੰਤਾ, ਸਾਧ ਜਨਾਂਗੀ ਅਚਰਜ ਕਥਾ ਅਚਰਜ ਕਥਾ। ਇਹ ਪੰਗਤੀ ਪੂਰੀ ਹੋਵੇ, ਪੂਰੀ ਗੱਲ ਪੂਰੀ ਸੇਵਾ ਕੀਤੀ, ਇਹ ਢੁਕਦੀ ਹੈ ਗਿਆਨੀ ਜੀ ਦੀ। ਸਤਸੰਗ ਜੀਓ ਆਪ ਵਡਭਾਗੇ ਹੋ, ਅਸੀਂ ਆਪਾਂ ਸਾਰੇ ਵਡਭਾਗੇ ਹੋ। ਅੱਜ ਗਿਆਨੀ ਜੀ ਉਹਨਾਂ ਨੇ ਸੇਵਾ ਕੀਤੀ, ਅਥਾਹ ਸੇਵਾ ਕੀਤੀ ਬਾਬਾ ਜੀਆਂ ਦੀ, ਬਾਬਾ ਜੀ ਦੇ ਘਰ ਦੀ ਸੇਵਾ ਕੀਤੀ ਆ, ਦੇਖੀ ਹੈ, ਅੱਖਾਂ ਨਾਲ ਤੱਕੀ ਹੈ, ਦਰਸ਼ਨ ਕੀਤੇ ਆ। ਬਹੁਤ ਉੱਚੇ ਸੁੱਚੇ ਸਨ ਗਿਆਨੀ ਜੀ ਦੇ ਵਿਚਾਰ, ਬਹੁਤ ਉੱਚੀ ਸੁੱਚੀ ਸੇਵਾ ਸੀ। ਤਦ ਇਹ ਤਾਂ ਪੰਕਤੀ ਆਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਣ ਮਿਤਾ ਨਾਨਕ ਬਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇਹ ਅਚਰਜ, ਇਹ ਰਾਜੇ ਜੋਗੀ ਮਹਾਨ ਸਤਿਗੁਰਾਂ ਦੇ ਦਰਗਾਹਾਂ ਭੇਜੇ ਹੋਏ ਬਾਬਾ ਨਾਨਕ ਸਿੰਘ ਦੇ ਵਰੋਸਾ, ਅੱਜ ਕਿਰਪਾ, ਅੱਜ ਆਪਾਂ ਆਨੰਦ ਮਾਣ ਰਹੇ ਨਾ ਸਤਸੰਗ ਜੀਓ, ਆਪਾਂ ਵਡਭਾਗੇ ਹਾਂ। ਅੱਜ ਆਪਾਂ ਨੂੰ ਸਮਾਂ ਮਿਲਿਆ, ਆਪਾਂ ਨੂੰ ਵੀ ਗਿਆਨੀ ਜੀ ਹੋਣਾ ਨੇ ਸੇਵਾ ਥਾ ਕੀਤੀ ਹੈ ਨਾ। ਮਹਾਂਪੁਰਖਾਂ ਦਾ ਬੋਲਿਆ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ, ਇਹ ਸੱਚੀ ਸੁੱਚੀ ਦਰਗਾਹ ਹੈ, ਸੱਚੀ ਸੁੱਚੀ ਟਕਸਾਲ ਹੈ। ਇੱਥੇ ਗੱਲ ਨਾਮ ਦੀ ਗੱਲ ਹੋ ਸਕਦੀ ਹੈ, ਪੂਰੀ ਗੱਲ ਹੋ ਸਕਦੀ ਹੈ। ਪੂਰੀ ਸੇਵਾ ਕੀਤੀ ਹੈ ਨਾ, ਤਾਂ ਦਾ ਦਰਗੇ ਬੈਸਣ ਮਹਾਂਪੁਰਖਾਂ ਨੇ ਜਿੱਥੋਂ ਤੋਰੀ ਸੀ ਉੱਥੇ ਸਮਾਪਤੀ ਕੀਤੀ ਹੈ। ਇਸ ਕਰਕੇ ਗਿਆਨੀ ਜੀ ਦਾ ਅਥਾਹ ਬਾਬਾ ਜੀ ਨਾਲ ਪਿਆਰ ਸੀ, ਥਾ ਸੰਗਤ ਨਾਲ। ਜੋ ਵੀ ਆਇਆ, ਆਓ ਸਰਦਾਰ ਜੀ, ਆਓ ਸਰਦਾਰ ਜੀ, ਆਓ ਗੁਰਮੁਖ ਜੀ, ਆ ਨਿੱਕੇ ਨਿੱਕੇ ਬਿਆਗਮਾਂ ਨਾ ਜੋ, ਇਹਨਾਂ ਨੂੰ ਮਹਾਂਪੁਰਖ ਕਹਿ ਕੇ ਬੁਲਾਉਣਾ, ਮਹਾਂਪੁਰਖ ਕਹਿ ਕੇ। ਕਿੱਡਾ ਕਿੱਡਾ ਉੱਚਾ ਸੁੱਚਾ ਮਾਣ ਉਹਨਾਂ ਦਾ ਸੀ, ਮੱਤ ਬੜੀ ਵੱਡੀ ਉੱਚੀ ਸੀ। ਬਾਬਾ ਜੀ ਨੂੰ ਸੱਚੀ ਮੁੱਚੀ ਗਰਵਸ਼, ਬਾਬਾ ਜੀ ਨੂੰ ਮੋਢਿਆਂ ਤੇ ਗਧੇੜਿਆਂ ਤੇ ਬਿਠਾ ਕੇ, ਜਿਵੇਂ ਭਾਈ ਦਿਆ ਸਿੰਘ ਨੇ ਵੱਡੇ ਸਾਹਿਬਜ਼ਾਦੇ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਗਧੇੜਿਆਂ ਦੇ ਬਿਠਾ ਕੇ ਖੜਾਇਆ ਨਾ, ਇਹ ਸੱਚਮੁੱਚੀ ਬਾਬਾ। ਇਸੇ ਤਰ੍ਹਾਂ ਬਾਬਾ ਜੀ ਨੂੰ, ਬਾਬੇ ਗਰਵਸ਼ ਬਾਬਾ ਜੀ ਉਹਨਾਂ ਨੂੰ ਖੜਾਇਆ। ਜੋ ਅੱਜ ਬਾਬਾ ਜੀ ਬਚਨ ਕਰ ਰਹੇ ਸੀ ਨਾ, ਗੁਰਵਸ਼ ਬਾਬਾ ਜੀ ਕਰ ਰਹੇ ਸੀ ਬਚਨ, ਕੇ ਉਹ ਰਾਜੇ ਦੇ ਮਨ ਚ ਛੰਕਿਆ ਸੀ। ਅੱਜ ਆਪਾਂ ਵੀ ਸ਼ੰਕਾ ਦੇ ਵਿੱਚ ਸਮਾਂ ਨਾ ਗਵਾ ਲਈ। ਉਹ ਪਿੰਡ ਵਾਲਿਓ ਤੁਹਾਨੂੰ ਲੱਖ ਲੱਖ ਵਧਾਈ ਹੈ, ਅੱਜ ਲੱਖ ਲੱਖ ਵਧਾਈ ਹੈ। ਕਿਹੜੀ ਵਧਾਈ ਹੈ? ਉਹੀ ਵਧਾਈ ਹੈ ਜਿਹੜੀ ਬਾਬੇ ਲਹਿਣੇ ਨੂੰ ਮਿਲੀ ਸੀ, ਉਹੀ ਵਧਾਈ ਜਿਹੜੀ ਬਾਬਾ ਜੀ ਨੇ ਹੁਣੇ ਆਪਣੀ ਸੋਹਣੀ ਮਿੱਠੀ ਰਸਨਾ ਚੋਂ
ਰਾਮੇ ਨੂੰ ਵਡਿਆਈ ਮਿਲੀ ਨਾ, ਰਾਮੇ ਨੂੰ ਵਧਾਈਆਂ। ਉਹ ਲੋਕ ਲਾਹੌਰ ਦੇ ਲੋਕ ਖੜ ਖੜ ਕੇ ਦੇਖਦੇ ਸੀ, ਉਹ ਜਿਹੜੇ ਸ਼ੰਕਾਵਾਦੀ ਸੀ ਉਹ ਮੱਥੇ ਟੇਕਦੇ ਸੀ। ਇਸ ਕਰਕੇ ਨਗਰ ਨਿਵਾਸੀਆਂ ਨੂੰ ਦੂਰ ਦਰੇਡੇ ਜਿੰਨੇ ਵੀ ਸਭ ਨੂੰ ਲੱਖ ਲੱਖ ਵਧਾਈ ਹੈ। ਆਪਾਂ ਵੀ ਪਿੰਡ ਵਾਲਿਓ ਪਿੱਛੇ ਨਾ ਰਹੀਏ, ਵੱਧ ਚੜ ਕੇ ਨਾਲ ਵਿੱਕੀ ਜੀ ਹੁਣਾਂ ਨੂੰ ਸਾਰੇ ਪਰਿਵਾਰ ਨੂੰ ਵਧਾਈ ਹੈ। ਬਾਬਾ ਜੀਆਂ ਦਾ, ਬਾਬਾ ਜੀਆਂ ਦਾ ਵੀ ਕੋਟਾਨ ਕੋਟਾਨ ਧੰਨਵਾਦ ਹੈ ਜਿਨ੍ਹਾਂ ਨੇ ਚਾਰ ਚੰਨ ਲਾ ਤੇ ਗੇਟ ਬਣਾ ਤਾ। ਬਾਬਾ ਜੀ ਆ ਮਾਣ, ਬਾਬਾ ਜੀ ਕਿਰਪਾ ਕਰਨ ਸਭ ਦੇ ਹਿੱਸੇ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬਾਬਾ ਗੁਰਬਖਸ਼ ਸਿੰਘ ਜੀ ਗਿਆਨੀ ਦੇ ਸਾਹਿਬਜ਼ਾਦੇ ਉਹਨਾਂ ਨੂੰ ਸਰੋਪਾਵ ਦੀ ਬਖਸ਼ਿਸ਼ ਕਰਨਗੇ। ਆਓ ਪਿਆਰ ਸਤਿਕਾਰ ਦੇ ਨਾਲ ਕਰੀਏ ਦਰਸ਼ਨ। ਆਓ ਵੱਡਿਆਂ ਪਦਾਂ ਵਾਲੇ ਹਾਂ ਜਿਨ੍ਹਾਂ ਨੂੰ ਇੱਥੇ ਦਰਬਾਰ 'ਚ ਹਾਜ਼ਰੀਆਂ ਭਰਨ ਦਾ ਸਮਾਂ ਮਿਲਿਆ ਹੈ। ਆਓ ਵਿੱਕੀ ਜੀ, ਗਿਆਨੀ ਦੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਆ ਜਾਓ ਜੀ। ਸਾਰੇ ਗੁਰਮੁਖ ਪਿਆਰਿਓ, ਆਓ ਵੱਡਿਆਂ ਪਦਾਂ ਵਾਲੇ ਜਿਨ੍ਹਾਂ ਨੂੰ ਇੱਥੇ ਦਰਸ਼ਨ ਕਰਨ ਦਾ ਸਮਾਂ ਮਿਲਿਆ, ਆਓ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਦਰਸ਼ਨ ਕਰੀਏ ਜੀ। ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰਿਓ, ਡਾਕਟਰ ਸਾਹਿਬ ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰਿਓ ਬੋਲੇ ਸੋ ਨਿਹਾਲ। ਆਓ ਸਾਰੀਆਂ ਸੰਗਤ ਕਰੀ ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰਿਓ ਬੋਲੇ ਸੋ ਨਿਹਾਲ। ਆਓ ਆਓ ਗੁਰਮੁਖਰ ਬੋਲੇ ਸੋ ਨਿਹਾਲ। ਆਓ ਗੁਰਮੁਖਰ ਅੱਗੇ ਹੁੰਦੇ ਚਲੋ ਜੀ। ਬੋਲੇ ਸੋ ਨਿਹਾਲ, ਆਓ ਇੱਧਰ ਦੀ ਹੁੰਦੇ ਚਲੋ ਜੀ। ਬੋਲੇ ਸੋ ਨਿਹਾਲ, ਆਓ ਗੁਰਮੁਖਰ ਸਾਰੀਆਂ ਸੰਗਤਾਂ ਕਰੀਏ ਦਰਸ਼ਨ ਪਿਆਰ ਸਤਿਕਾਰ ਦੇ ਨਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰਿਓ ਅੱਗੇ ਹੋ ਜਾਓ ਜੀ। ਸੇਵਾਦਾਰ ਗੁਰਮੁਖ ਪਿਆਰੇ ਬੋਲੇ ਸੋ ਨਿਹਾਲ। ਆਓ ਬੋਲੇ ਸੋ ਨਿਹਾਲ, ਆਓ ਸਾਰੀਆਂ ਸੰਗਤਾਂ ਕਰੀਏ ਦਰਸ਼ਨ ਪਿਆਰ ਸਤਿਕਾਰ ਦੇ ਨਾਲ। ਡਾਕਟਰ ਸਾਹਿਬ ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰ ਅੱਗੇ ਹੋ ਜੀ, ਬੋਲੇ ਸੋ ਨਿਹਾਲ। ਆਓ ਗਿਆਨੀ ਜੀ ਦੇ ਵੱਡੇ ਪ੍ਰਾਤਾ ਜੀ ਵਕੀਲ ਸਾਹਿਬ ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰ ਅੱਗੇ ਹੋ ਜੀ, ਡਾਕਟਰ ਸਾਹਿਬ। ਆਓ ਗੁਰਮੁਖ ਪਿਆਰ ਬਾਬੇ ਦੇ ਸੇਵਾਦਾਰ ਸੁਦਾਨੇ ਤੋਂ ਉਹਨਾਂ ਨੂੰ ਪਿਸਰੋ ਪਾਵ ਦੀ ਬਖਸ਼ਿਸ਼ ਹੋਵੇਗੀ। ਸਾਰੀਆਂ ਸੰਗਤਾਂ ਕਰੀਆਂ ਦਰਸ਼ਨ ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਆਓ ਅੱਗੇ ਹੋ ਜਾਓ ਜੀ ਗੁਰਮੁਖ ਪਿਆਰ, ਬੋਲੇ ਸੋ ਨਿਹਾਲ। ਆਓ ਗੁਰਮੁਖ ਪਿਆਰ ਅੱਗੇ ਹੋ ਜਾਓ ਜੀ, ਬੋਲੇ ਸੋ ਨਿਹਾਲ। ਆਓ ਦੀਪਗੜ ਤੋਂ ਜਿਹੜੇ ਗੁਰੂ ਕਾ ਲੰਗਰ ਲੈ ਕੇ ਜਾਂਦੇ ਹਨ, ਬੋਲੇ ਸੋ ਨਿਹਾਲ। ਆਓ ਪੰਤੂ ਸਰਦਾਰ ਜੀ, ਆਓ ਗੁਰਮੁਖ ਪਿਆਰ ਸਾਰੀਆਂ ਸੰਗਤਾਂ ਪ੍ਰਦਰਸ਼ਨ ਜੀ। ਆਓ ਪਿੰਡ ਵੱਲੋਂ ਔਰ ਗਿਆਨੀ ਦੇ ਵੱਡੇ ਦਾਤਾ ਜੀ, ਆਓ ਉਹਨਾਂ ਸਾਰਿਆਂ ਵੱਲੋਂ ਬਾਬਾ ਗੁਰਬਖਸ਼ ਸਿੰਘ ਜੀ ਦਾ ਧੰਨਵਾਦ ਕਰਦੇ ਹਨ। ਆਓ ਸਰਕਾਰ ਦੀ ਉਚਚੀ ਸਾਰੀਆਂ ਸੰਗਤਾਂ ਕਰੀਏ ਦਰਸ਼ਨ। ਬੋਲੇ ਸੋ ਨਿਹਾਲ, ਆਓ ਗੁਰਮੁਖ ਪਿਆਰ ਕਰੀਏ ਅਰਦਾਸ, ਸਾਨੂੰ ਫਿਰ
ਇਸ ਮਾਮਲੇ ਤੋਂ ਠਾਕੁਰ ਅਰਦਾਸ ਜਿਉ ਪਿੰਡ ਸਭ ਦਾਸ ਪਾਵੈ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਧਰਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਗਾਣੀ ਨਾਨਕ ਦਾਸ ਸਦਾ ਕੁਰਬਾਨੀ ਸਗਲ ਸਮਗਰੀ ਤੁਮਰੈ ਸੁਕਰਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਗਾਣੀ ਨਾਨਕ ਦਾਸ ਸ੍ਰੀ ਵਾਹਿਗੁਰੂ ਜੀ ਅਰਦਾਸ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਦਿੱਠੈ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਐ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਸਭ ਥਾਈ ਹੋਣਾ ਜੀ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ ਬੋਲਣਾ ਜੀ ਦਸਾਂ ਪਾਤਸ਼ਾਹਾਂ ਜੀ ਤੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗ ਦੀ ਜੋਤ ਹਾਜ਼ਰਾ ਹਜ਼ੂਰ ਜਾਹਿਰਾ ਜ਼ਹੂਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖਿਆ ਕੇ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਿਨਕੇ ਪਾਠ ਦਰਸ਼ਨ ਜ਼ਾਰ ਜੀ ਕਾ ਧਿਆਨ ਤਰਕੇ ਬੋਲਣਾ ਜੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸੂ ਸਚਿਆਰਿਆਂ ਪਿਆਰਿਆਂ ਸਿਦਕਵਾਨਾਂ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਗੁਰ ਤਖਤਾਂ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾ ਬਾਬਾ ਜੀ ਦੇ ਨਾਂ ਬੰਦਗੀ ਵਾਲੇ ਪਵਿੱਤਰ ਸਥਾਨਾਂ ਜੀ ਕਾ ਧਿਆਨ ਕਰਕੇ ਬੋਲਣਾ ਜੀ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਰੂਪ ਸੱਚੇ ਪਾਤਸ਼ਾਹ ਮਾਲਕ ਬਾਬਾ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਹਿ ਸਵਾਉ ਜਨ ਕਹਿ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਮਾਲਕ ਬਾਬਾ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਗਿਆਨੀ ਹਰਬੰਸ ਸਿੰਘ ਜੀ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਜੋ ਆਪ ਜੀ ਨੇ ਪਿੰਡ ਬੁਰਜ ਰਾਜਗੜ੍ਹ ਇਲਾਕਾ ਨਿਵਾਸੀਆਂ ਨੂੰ ਦੀਵਾਨਾਂ ਦੀ ਬਖਸ਼ ਕੀਤੀ ਸੀ ਅੱਜ ਦੀਵਾਨਾਂ ਦੀ ਸੰਪੂਰਨ ਸਮਾਪਤੀ ਹੋਈ ਹੈ ਦੀਵਾਨਾਂ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਮਾਈ ਭਾਈ ਗੁਰਮੁਖ ਪਿਆਰਿਆਂ ਵੱਲੋਂ ਆਪ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ
ਤੁਰ ਕੀ ਬਾਣੀ ਆਈ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨਾਲ ਇੱਕ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ ਗਏ ਹਨ। ਇਹਨਾਂ ਦੀਵਾਨਾਂ ਵਿੱਚ ਜਿੰਨਾ ਪਹਿਰੇ ਵਾਲਿਆਂ ਨੇ, ਸੈਂਕਲ ਸਟੈਂਡ ਵਾਲਿਆਂ ਨੇ, ਜੋੜਾ ਘਰ ਵਾਲਿਆਂ ਨੇ, ਲੰਗਰ ਵਾਲਿਆਂ ਨੇ, ਹੋਰ ਵੀ ਜਿੰਨਾ ਗੁਰਮੁਖ ਪਿਆਰਿਆਂ ਨੇ ਤਾਨ ਮਨ ਧਨ ਨਾਲ ਸੇਵਾ ਕੀਤੀ, ਸਭਨਾਂ ਦੀ ਸੱਚਖੰਡ ਦਰਗਾਹ ਵਿੱਚ ਹਾਜ਼ਰੀ ਲਵਾ ਲੈਣੀ। ਜਿੰਨਾ ਮਾਈਆਂ ਬੀਬੀਆਂ ਨੇ ਨਾਮ ਜਪ ਕੇ ਗੁਰੂ ਘਰ ਲੰਗਰ ਇਸ ਦਰਬਾਰ ਵਿੱਚ ਲੈ ਕੇ ਆਉਂਦਾ, ਸਭਨਾਂ ਦੀ ਸੱਚਖੰਡ ਦਰਗਾਹ ਵਿੱਚ ਹਾਜ਼ਰੀ ਲਵਾ ਲੈਣੀ। ਜਿੰਨਾ ਸੰਗਤਾਂ ਨੇ ਦੂਰੋਂ ਨੇੜੋਂ ਚੱਲ ਕੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ, ਸਭਨਾਂ ਦੀ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਲੈਣੀ। ਇਲਾਕੇ ਤੇ ਮੇਰ ਭਰਿਆ ਹੱਥ ਰੱਖਣਾ, ਸਰਬੱਤ ਦੇ ਕਾਰਜ ਰਾਸ ਕਰਨੇ। ਆਈਆਂ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਅੱਗੇ ਨੂੰ ਇਸੇ ਤਰ੍ਹਾਂ ਦੀਵਾਨਾਂ ਦੀ ਬਖਸ਼ ਕਰਨੀ। ਇਸ ਸਮੇਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਆਸਣ ਤੇ ਕੜਾ ਪ੍ਰਸ਼ਾਦ ਦਾ ਥਾਲ ਸੱਜ ਕੇ ਹਾਜ਼ਰ ਹੈ। ਕਿਰਪਾ ਕਰੋ, ਭੋਗ ਲਾਓ, ਸੀਤ ਪ੍ਰਸਾਦ ਪਿਆਰੀ ਸੰਗਤ ਨੂੰ ਮਿਲੇ, ਕਲਾ ਆਪ ਜੀ ਦੀ ਵਰਤੇ, ਨਾਮ ਚਿੱਤਾ ਵੈ ਸਰਬ ਸੁਖ ਹੋਵੇ। ਇਸ ਸਮੇਂ ਆਪ ਜੀ ਦੀ ਸੋਹਣੀ ਵਿਛਾਈ ਤਿਆਰ ਹੈ, ਆਪ ਜੀ ਆਪਣੇ ਸੁੱਖ ਆਸਣ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਇਸ ਸਮੇਂ ਆਪ ਜੀ ਦੇ ਸੋਹਣੇ ਦਰਬਾਰ ਤੇ ਜੋ ਜੀ ਆਇਆ ਹੈ, ਸੋ ਆਪ ਜੀ ਦੀਆਂ ਮਿਹਰਾਂ ਸਦਕਾ ਸਭ ਰਾਜੀ ਹੀ ਜਾਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕੀ ਫਤਿਹ।